ਹਾਂਜੀ, ਅੱਜ ਆਪਾਂ ਪਹਿਲੀ ਵਾਰ ਪਹੁੰਚੇ ਹਾਂ ਜੀ ਹਰਿਆਣੇ ਦੇ ਵਿੱਚ, ਅਤੇ ਆਪਣੇ ਨਾਲ ਬਾਈ ਜੀ ਰਾਜ ਜੋ ਕਿ ਆਸਟ੍ਰੇਲੀਆ ਤੋਂ ਹੈ, ਗਣੇਸ਼ਪੁਰ ਇਹਨਾਂ ਦਾ ਪਿੰਡ ਆ ਜੀ, ਨੇੜੇ ਸਾਹਾ ਜਗਾਧਰੀ ਰੋਡ ਅੰਬਾਲਾ। ਸਭ ਤੋਂ ਪਹਿਲਾਂ ਜਿਹੜਾ ਆਪਾਂ ਸਵਾਲ ਹਮੇਸ਼ਾ ਹੀ ਕਰਦੇ ਹਾਂ, ਸੋ ਬਾਈ ਜੀ ਨੂੰ ਸਵਾਲ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਦੇ ਬਚਪਨ ਦਾ। ਬਚਪਨ ਕਿੱਥੇ ਗੁਜ਼ਾਰਿਆ ਜੀ ਤੁਸੀਂ ਸਭ ਤੋਂ ਪਹਿਲਾਂ? ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਕਰਾਂਗਾ, ਗੁਰਪਿੰਦਰ ਭਾਅ ਜੀ ਦਾ, ਚੱਕੜਾ ਗਰੁੱਪ ਵਾਲਿਆਂ ਦਾ, ਕਨੇਡਾ ਕਾਕਾ ਗਰੁੱਪ ਵਾਲਿਆਂ ਦਾ, ਸਾਰਿਆਂ ਦਾ ਮੇਰੇ ਤਹਿ ਦਿਲੋਂ ਦੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ। ਅਤੇ ਬਚਪਨ ਤਾਂ ਜੀ ਐਸੇ ਪਿੰਡ 'ਚ ਗੁਜ਼ਾਰਿਆ ਜੀ, ਇੱਥੇ ਵੱਡੇ ਹੋਏ ਹਾਂ, ਅਤੇ ਨਾਲ ਵਾਲੀ ਗਲੀ 'ਚ ਆਪਣਾ ਘਰ ਹੈ ਜੀ, ਅਤੇ ਇੱਥੇ ਪੜ੍ਹੇ 10ਵੀਂ ਤੱਕ, ਉਸ ਤੋਂ ਬਾਅਦ ਅੰਬਾਲਾ ਚਲੇ ਗਏ ਜੀ, ਅਤੇ ਉੱਥੇ ਆਪਣਾ ਸਕੂਲ ਹਾਈ ਸਕੂਲ ਫਿਨਿਸ਼ ਕੀਤਾ, ਫਿਰ ਕੋਲਜ ਫਿਨਿਸ਼ ਕੀਤਾ। ਲਾਈਫ ਨੂੰ ਸੈਟਲ ਕਰਦੇ ਕਰਦੇ ਕਦੋਂ ਵੀ ਪਤਾ ਲੱਗਾ ਆਸਟ੍ਰੇਲੀਆ ਚਲੇ ਗਏ ਜੀ, ਫਿਰ ਉੱਥੇ ਸੈਟਲ ਹੋ ਗਏ ਜੀ, ਬਸ ਇਹ ਜੀਵਨੀ ਇਵੇਂ ਹੀ ਚਲੀ ਜਾਂਦੀ। ਇੱਕ ਦੱਸਦੀ ਹੈ ਜੀ ਕਿ ਇਹਨਾਂ ਨੇ ਬਹੁਤ ਹੀ ਛੋਟੇ ਘਰ 'ਚੋਂ, ਜੋ ਕਿ ਜ਼ਿਮੀਂਦਾਰਾ ਪਰਿਵਾਰ ਜੱਟ ਸਿੱਖ ਬਰਾਦਰੀ ਦੇ ਨਾਲ ਬਿਲੋਂਗ ਕਰਦਾ ਜੀ, ਬਹੁਤ ਹੀ ਜਿਹੜੇ ਇਹਨਾਂ ਦੇ ਰਾਤ ਸੀ ਬਜ਼ੁਰਗਾਂ ਦੇ ਨਾਲ, ਤੁਹਾਡੇ ਫਾਦਰ ਸਾਹਿਬ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਸੀ, ਉਹਨਾਂ ਨੂੰ ਪਸ਼ੂਆਂ ਦਾ ਕਾਫੀ ਸ਼ੌਕ ਹੈ ਜੀ। ਅੱਜ ਵੀ ਉਹਨਾਂ ਕੋਲ ਬਹੁਤ ਵਧੀਆ ਵਧੀਆ ਨਸਲ ਦੀਆਂ ਸੀ, ਜੋ ਕਿ ਮੱਝਾਂ ਦੇਖੀਆਂ ਸੀ। ਅਤੇ ਬਹੁਤ ਇਹਨਾਂ ਨੇ ਇੱਕ ਛੋਟੇ ਜਿਹੇ ਪਿੰਡ 'ਚੋਂ ਉੱਠ ਕੇ ਆਸਟ੍ਰੇਲੀਆ ਤੱਕ ਪੜ੍ਹਾਈ ਲਿਖਾਈ ਕਰਕੇ, ਇੱਥੋਂ ਪੂਰੀ ਮਿਹਨਤ ਕਰਕੇ ਆਸਟ੍ਰੇਲੀਆ ਪਹੁੰਚੇ। ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ 2 ਉੱਥੇ ਰੈਸਟੋਰੈਂਟ ਬਣਾਏ ਹੈ, ਅਤੇ ਉਹ ਰੈਸਟੋਰੈਂਟ ਬਾਰੇ ਪਹਿਲਾਂ ਸਾਨੂੰ ਜਾਣਕਾਰੀ ਦਿਓ ਜੀ, ਜਿਹੜੇ ਉਹ ਰੈਸਟੋਰੈਂਟ ਬਣਾਏ, ਉਹ ਤੁਹਾਡਾ ਕੀ ਸੁਪਨਾ ਸੀ ਜਾਂ ਉਹ ਬਣਾਉਣ ਦਾ ਕੀ ਵਿਚਾਰ ਰਿਹਾ, ਤੁਹਾਡੇ ਪਰਿਵਾਰ ਦਾ ਕੋਈ ਸਹਿਯੋਗ ਰਿਹਾ ਜਾਂ ਤੁਹਾਡੀ ਮਿਹਨਤ, ਥੋੜ੍ਹਾ ਜਿਹਾ ਜਾਣਨਾ ਪਾਓ ਉਹਦੇ ਬਾਰੇ। ਬੜਾ ਹੀ ਲੰਬਾ ਸਫ਼ਰ ਹੈ ਜੀ, ਪਰ ਕਹਿੰਦੇ ਨਾ ਜੇ ਮਿਹਨਤਾਂ ਕਰਦੇ ਜਾਈਏ ਤਾਂ ਫਲ ਪਰਮਾਤਮਾ ਆਪੇ ਦੇ ਜਾਂਦਾ। ਅਤੇ ਉੱਥੇ ਆਪਣੇ ਰੈਸਟੋਰੈਂਟ ਹੈਗੇ ਨੇ ਜੀ, 2 ਰੈਸਟੋਰੈਂਟ ਨੇ, 2 ਸਟੇਟ 'ਚ ਨੇ, ਇੱਕ ਨੌਰਦਰਨ ਟੈਰੀਟਰੀ ਡਾਰਵਿਨ 'ਚ ਹੈਗਾ ਜੀ, ਇੱਕ ਮੈਲਬੋਰਨ ਵਿਕਟੋਰੀਆ 'ਚ ਹੈਗਾ ਜੀ। ਮੈਮਰੀਜ਼ ਆਫ ਇੰਡੀਆ ਦੋਵਾਂ ਰੈਸਟੋਰੈਂਟਾਂ ਦਾ ਨਾਮ ਹੈ ਜੀ, ਅਤੇ ਉਹ ਬਸ ਉਹ ਖੂਨ ਪਸੀਨੇ ਨਾਲ ਹੀ ਜੀ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਕਰਕੇ ਵਧਾਇਆ ਜੀ, ਅੱਜ ਉਸ ਲੈਵਲ 'ਤੇ ਹੈਗੇ ਨੇ। ਜਿਹੜੇ ਮੈਲਬੋਰਨ ਦੇ ਆਪਣੇ ਵਾਸੀ ਨੇ ਜਾਂ ਨੌਰਦਰਨ ਟੈਰੀਟਰੀ ਦੇ ਵਾਸੀ ਨੇ, ਉਹਨਾਂ ਨੂੰ ਪਤਾ ਕਿ ਮੈਮਰੀਜ਼ ਆਫ ਇੰਡੀਆ ਕੀ ਹੈ ਜੀ, ਅਤੇ ਤੁਸੀਂ ਗੂਗਲ 'ਤੇ ਵੀ ਦੇਖੋ ਭਰ ਕੇ, ਅਤੇ ਵਧੀਆ ਆਪਣੇ ਰੈਸਟੋਰੈਂਟਾਂ ਦੀ ਰਿਪੋਰਟਾਂ ਹੈਗੀਆਂ ਨੇ, ਅਤੇ ਕੰਪਟੀਸ਼ਨ ਦੇ ਅੰਦਰ ਵੀ ਆਪਣਾ ਨੰਬਰ ਆਲਮੋਸਟ ਪਹਿਲੇ 2-3 'ਚ ਹੀ ਆਉਂਦਾ ਜੀ। ਅਤੇ ਮਿਹਨਤ ਕੀਤੀ ਜੀ ਦਿਨ ਰਾਤ 18-18, 20-20 ਘੰਟੇ ਰੋਜ਼ ਦੇ ਕੰਮ ਕਰਕੇ ਉਸ ਨੂੰ ਉਸ ਮੁਕੰਮਲ 'ਤੇ ਲੈ ਹੀ ਆਏ ਜਿੱਥੇ ਕਦੀ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ ਕਿ ਪਹੁੰਚਾਂਗੇ। ਜਿੱਥੇ ਹੈਗੇ ਹਾਂ ਆਹ ਤਾਂ ਜੀ ਦੇਖੋ ਜੀ ਪਰਮਾਤਮਾ ਵੱਲੋਂ ਕੋਈ ਐਸੀ ਕਿਰਪਾ ਹੋ ਗਈ, ਵਰਨਾ ਇੰਨਾ ਤਾਂ ਡਿਜ਼ਰਵ ਕਰਦੇ ਨਹੀਂ ਸੀਗੇ, ਸੱਚੀ ਗੱਲ ਤੁਹਾਨੂੰ ਦੱਸੀਏ ਇੰਨਾ ਡਿਜ਼ਰਵ ਨਹੀਂ ਸੀ ਕਰਦੇ, ਪਰ ਬਸ ਪਰਮਾਤਮਾ ਛੋਟੀਆਂ ਛੋਟੀਆਂ ਚੀਜ਼ਾਂ, ਤੁਹਾਡੀ ਨੀਅਤ, ਤੁਹਾਡੀ ਮਿਹਨਤ, ਅਤੇ ਇਹੀ ਚੀਜ਼ਾਂ ਨੇ ਜਿਹੜੀਆਂ ਤੁਹਾਡਾ ਇੱਕ ਕਰੈਕਟਰ ਬਿਲਡ ਕਰਦੀਆਂ ਨੇ, ਇੱਕ ਕਰੈਕਟਰ ਬਣਾ ਦਿੰਦੀਆਂ ਨੇ, ਅਤੇ ਜਿਹਦੇ ਨਾਲ ਤੁਹਾਨੂੰ ਫਲ ਵੀ ਮਿਲਦਾ ਜੀ। ਪੌਦਾ ਲਗਾ ਦੇਣਾ ਇੱਕ ਛੋਟਾ ਜਿਹਾ, ਜ਼ਰੂਰ ਉਹ ਫਲ ਮਿਲੇਗਾ ਕੱਲ੍ਹ ਨੂੰ, ਜੇ ਉਹਦੇ ਉੱਪਰ ਤੁਸੀਂ ਮਿਹਨਤ ਨਹੀਂ ਕਰਦੇ ਫਿਰ ਉਹ ਫਰੂਟ ਤਾਂ ਫਿਰ ਮਿਲਣਾ ਨਹੀਂ ਜੀ। ਜਦੋਂ ਤੱਕ ਤੁਸੀਂ ਮਿਹਨਤ ਕਰਦੇ ਰਹੋਗੇ ਹਰ ਸਾਲ ਦੀ ਤਰ੍ਹਾਂ ਤੁਹਾਨੂੰ ਉਹਦਾ ਫਰੂਟ ਜਿਹੜਾ ਹੈਗਾ ਉਹ ਤੁਹਾਨੂੰ ਮਿਲਦਾ ਰਹੇਗਾ, ਅਤੇ ਜਦੋਂ ਤੁਸੀਂ ਮਿਹਨਤ ਕਰਨੀ ਬੰਦ ਕਰਤੀ ਉਹ ਦਰਖਤ ਨੇ ਵੀ ਸੁੱਕ ਜਾਣਾ, ਤੁਹਾਨੂੰ ਫਰੂਟ ਵੀ ਨਹੀਂ ਮਿਲਦਾ। ਬਹੁਤ ਵਧੀਆ ਜਿਹੜੀ ਇਹਨਾਂ ਨੇ ਗੱਲ ਕੀਤੀ ਜੀ ਆਹ ਕਿ ਮਿਹਨਤ ਕਰੋਗੇ ਤਾਂ ਉਹਦਾ ਫਲ ਜਿਹੜਾ ਤੁਹਾਨੂੰ ਜ਼ਰੂਰ ਮਿਲਦਾ। ਉਸ ਤੋਂ ਪਹਿਲਾਂ ਆਪਾਂ ਅਗਲੀ ਗੱਲ ਸਟਾਰਟ ਕਰੀਏ। ਇੱਕ ਜਿਹੜਾ ਆਪਣਾ ਚੈਨਲ ਵੀਰ ਸਾਰੇ ਵੇਖ ਰਹੇ ਆ, ਤੁਹਾਡੇ ਜਿੰਨੇ ਵੀ ਉੱਥੇ ਮੈਲਬੋਰਨ ਆਸਟ੍ਰੇਲੀਆ ਦੇ ਵਿੱਚ ਫਰੈਂਡ ਆ ਜਾਂ ਇੱਥੇ ਫਰੈਂਡ ਹੈ, ਉਹਨਾਂ ਨੂੰ ਇੱਕ ਰਿਕੁਐਸਟ ਕਰੋ ਕਿ ਸਾਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਜੀ। ਬਿਲਕੁਲ ਜੀ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਆਪਣੇ ਸਾਰੇ ਫਰੈਂਡ ਸਰਕਲ ਨੂੰ, ਜਿੰਨੇ ਵੀ ਆਪਣੇ ਹੈਗੇ ਨੇ, ਕਿ ਚੈਨਲ ਆਪਣਾ ਹੇਅਰ ਰਿਕੋਰਡ ਚੈਨਲ, ਠੀਕ ਹੈ ਜੀ, ਸਾਰੇ ਇਹਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ, ਤਾਂ ਕਿ ਜਿੰਨੀਆਂ ਵੀ ਭਿੰਦਰ ਭਾਅ ਜੀ ਆਪਣੇ ਜਿੰਨੀਆਂ ਵੀ ਟੋਪ ਕੁਆਲਿਟੀ ਦੀਆਂ ਵੀਡੀਓ ਬਣਾਉਂਦੇ ਨੇ ਉਹ ਹਰ ਬੰਦੇ ਤੱਕ ਪਹੁੰਚ ਸਕਣ, ਲੋਕ ਉਹਨੂੰ ਇੰਜੋਏ ਕਰ ਪਾਉਣ, ਐਂਟਰਟੇਨ ਹੋਣ, ਔਰ ਆਪਣਾ ਟਾਈਮ ਵਧੀਆ ਤਰੀਕੇ ਨਾਲ ਯੂਟੀਲਾਈਜ਼ ਕਰ ਸਕਣ। ਅਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਜੀ, ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਨੂੰ,
ਲਾਈਕ ਕਰੋ, ਸ਼ੇਅਰ ਕਰੋ ਵੀਡੀਓ ਨੂੰ ਜੀ। ਹੁਣ ਆਪਾਂ ਪਹਿਲਾਂ ਗੱਲ ਸਟਾਰਟ ਕਰਦੇ ਹਾਂ ਜੀ ਤੁਹਾਡੀ ਪੜ੍ਹਾਈ ਲਿਖਾਈ ਦੀ। ਐਸੇ ਪਿੰਡ 'ਚ ਪੜ੍ਹੇ ਤੁਸੀਂ? ਹਾਂਜੀ, ਐਸੇ ਪਿੰਡ 'ਚ ਪੜ੍ਹੇ ਜੀ, ਇੱਕ ਤੋਂ ਲੈ ਕੇ ਦਸਵੀਂ ਤੱਕ ਇੱਥੇ। ਫਿਰ ਉਸ ਤੋਂ ਬਾਅਦ ਮੈਂ ਚਲਾ ਗਿਆ ਗਿਆਰਵੀਂ, ਚਲਾ ਗਿਆ ਜੀ ਮੈਂ ਗਿਆਰਵੀਂ ਬਾਰਵੀਂ ਅੰਬਾਲਾ ਕੈਂਟ ਐਸ ਡੀ ਸਕੂਲ, ਸੈਕਿੰਡ ਟੋਪਰ ਰਿਹਾ ਜੀ ਸਕੂਲ ਦਾ। ਅਤੇ ਉੱਥੋਂ ਦੀ ਫਿਰ ਇੱਕ ਚਾਅ ਹੋ ਗਿਆ ਕਿ ਯਾਰ ਪੜ੍ਹਨਾ, ਕਬੂਤਰਬਾਜ਼ੀ ਵੀ ਆਪਾਂ ਨਾਲ ਨਾਲ ਕਰਦੇ ਰਹੇ ਪਰ ਜ਼ਿੰਦਗੀ ਸੀਗੀ ਆਪਣੇ ਸਿਰ 'ਤੇ ਆਪਣੇ ਦਮ 'ਤੇ ਕੁਛ ਕਰਨਾ ਹੈ। ਇਹ ਮੇਰਾ ਪੂਰਾ ਪਿੰਡ ਹੈ ਜੀ, ਪੂਰੇ ਪਿੰਡ 'ਚ ਕਿਸੇ ਵੀ ਬੰਦੇ ਨੂੰ ਜਾ ਕੇ ਤੁਸੀਂ ਪੁੱਛ ਲਿਓ ਵੀ ਬਿਲਕੁਲ ਹੀ ਜ਼ਮੀਨ ਤੋਂ ਸ਼ੁਰੂ ਕੀਤੀ ਜੀ ਲਾਈਫ, ਬਿਲਕੁਲ ਜ਼ਮੀਨ ਤੋਂ ਲਾਈਫ ਸ਼ੁਰੂ ਕੀਤੀ ਹੈ। ਮਿਹਨਤ ਬਹੁਤ ਕੀਤੀ ਹੈ ਜੀ, ਬਹੁਤ ਮਿਹਨਤ ਕੀਤੀ ਹੈ ਇੱਥੇ ਤੱਕ ਪਹੁੰਚਣ ਵਾਸਤੇ। ਪਰ ਇਹ ਜੀ ਇੱਕ ਲਾਈਫ 'ਚ ਸੈਟਿਸਫੈਕਸ਼ਨ ਹੈਗੀ ਜੀ, ਸੰਤੁਸ਼ਟੀ ਹੈ, ਪਰਮਾਤਮਾ ਵੱਲੋਂ ਵੀ ਸੰਤੁਸ਼ਟੀ ਹੈ, ਜੀਵਨ ਵੱਲੋਂ ਵੀ ਸੰਤੁਸ਼ਟੀ ਹੈ ਅਤੇ ਆਪਣੇ ਸ਼ੌਂਕ ਵੱਲੋਂ ਵੀ ਸੰਤੁਸ਼ਟੀ ਹੈ ਜੀ। ਦੇਖੋ ਜੀ, ਸਾਡਾ ਜਿਹੜਾ ਚੈਨਲ ਦਾ ਮੇਨ ਮਕਸਦ ਹੈ, ਜਿਵੇਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਕਬੂਤਰਬਾਜ਼ੀ ਨੂੰ ਲੋਕ ਇੰਨਾ ਚੰਗਾ ਨਹੀਂ ਗਿਣਦੇ ਸੀ, ਪਰ ਅੱਜ ਬਾਈ ਜੀ ਰਾਜ ਨੂੰ ਵੇਖ ਕੇ ਲੱਗਦਾ ਕਿ ਇਹਨਾਂ ਨੇ ਬਚਪਨ ਤੋਂ ਕਬੂਤਰਬਾਜ਼ੀ ਵੀ ਕੀਤੀ, ਪੜ੍ਹਾਈ ਲਿਖਾਈ ਵੀ ਕੀਤੀ ਅਤੇ ਆਸਟ੍ਰੇਲੀਆ ਪਹੁੰਚੇ, ਆਪਦੇ ਦਮ 'ਤੇ ਪਹੁੰਚੇ। ਆਸਟ੍ਰੇਲੀਆ ਜਾਣ ਦਾ ਤੁਹਾਡਾ ਸੁਪਨਾ ਸੀ, ਕਿਵੇਂ ਗਏ ਉੱਥੇ, ਕੀ ਵਿਚਾਰ ਰਿਹਾ, ਕਿਸ ਵੀਰ ਦਾ ਯੋਗਦਾਨ ਆਸਟ੍ਰੇਲੀਆ ਪਹੁੰਚਾਉਣ ਦਾ? ਪਹਿਲਾਂ ਜੀ ਉਸ ਟਾਈਮ ਕਰੇਜ਼ ਹੁੰਦਾ ਸੀ, ਮੈਂ 2002 ਜਾਂ 2003 ਦੀ ਗੱਲ ਸੁਣਾਉਂਦਾ ਜੀ ਜੀ, ਅਤੇ 2003 ਜਾਂ 2004 'ਚ ਅਮਰੀਕਾ ਦਾ ਬਹੁਤ ਕਰੇਜ਼ ਸੀਗਾ। ਹਰ ਬੰਦਾ ਕਹਿੰਦਾ ਮੈਂ 15 ਲੱਖ ਦੇ ਦਿਉ, ਮੈਨੂੰ ਅਮਰੀਕਾ ਪਹੁੰਚਾ ਦਿਉ, ਮੈਨੂੰ ਕਨੇਡਾ ਪਹੁੰਚਾ ਦਿਉ ਜੀ। ਅਤੇ ਮੈਂ 2-3 ਵਾਰੀ ਫਾਈਲ ਲਾਈ ਜੀ, ਮੇਰੀ ਰਿਜੈਕਸ਼ਨ ਹੋ ਗਈ ਜੀ, ਨਹੀਂ ਹੋ ਪਾਇਆ। ਫਿਰ ਮੇਰੇ ਅੰਕਲ ਜੀ ਨੇ, ਸਤਪਾਲ ਅੰਕਲ ਜੀ ਮੇਰੇ ਜਿਹੜੇ ਰਾਜਪੁਰਾ ਰਹਿੰਦੇ ਨੇ ਜੀ, ਮੇਰੇ ਫਾਦਰ ਤੋਂ ਵੀ ਵੱਧ ਕੇ ਨੇ ਜੀ, ਪੇਰੈਂਟਸ ਤੋਂ ਵੀ ਵੱਧ ਕੇ ਨੇ, ਉਹਨਾਂ ਨੇ ਕਿਹਾ, ਕਹਿੰਦਾ ਵੀ ਰਾਜ ਵੀ ਤੂੰ ਛੋਟੀ ਕੰਟਰੀ 'ਚ ਚਲਾ ਜਾ, ਵੱਡੀ ਕੰਟਰੀ ਦਾ ਤੇਰਾ ਲੱਗਣਾ ਨਹੀਂ, ਤੂੰ ਟਾਈਮ ਨਾ ਖਰਾਬ ਕਰ। ਫਿਰ ਉਹਨਾਂ ਦੇ ਕਹਿਣ 'ਤੇ ਜੀ ਮੈਂ ਆਸਟ੍ਰੇਲੀਆ ਚਲਿਆ ਗਿਆ ਜੀ, ਵੀਜ਼ਾ ਅਪਲਾਈ ਕੀਤਾ, 3 ਮਹੀਨੇ 'ਚ ਵੀਜ਼ਾ ਆ ਗਿਆ ਜੀ। ਉੱਥੇ ਮੈਂ ਮਾਸਟਰ ਕੀਤੀ ਅਕਾਊਂਟਿੰਗ 'ਚ, ਇੱਥੇ ਮੈਂ ਐੱਮ ਕੋਮ ਕਰਕੇ ਗਿਆ ਸੀਗਾ, ਅਤੇ ਉੱਥੇ ਜਾ ਕੇ ਵੀ ਮੈਂ ਮਾਸਟਰ ਕੀਤੀ, ਸੀ ਏ ਦਾ ਮੈਂ ਐਂਟਰ ਕੀਤਾ, ਫਾਈਨਲ ਛੱਡ ਗਿਆ ਜੀ। ਅਤੇ ਉਸ ਤੋਂ ਬਾਅਦ ਉੱਥੇ ਪੜ੍ਹਾਈ ਲਿਖਾਈ ਕੀਤੀ, ਨਾਲ ਨਾਲ ਮਿਹਨਤਾਂ ਕਰਦੇ ਗਏ ਜੀ। ਉਹਨਾਂ ਟਾਈਮਾਂ 'ਚ ਥੋੜ੍ਹੀ ਜਿਹੀ ਕਬੂਤਰਬਾਜ਼ੀ ਤੋਂ ਮਾੜਾ ਜਿਹਾ ਧਿਆਨ ਆਪਾਂ ਥੋੜ੍ਹਾ ਜਿਹਾ ਪਿੱਛੇ ਕੀਤਾ, ਕਿਉਂਕਿ ਸਾਨੂੰ ਇਹ ਸੀਗਾ ਪਹਿਲਾਂ ਸੈਟਲ ਹੋ ਜਾਓ, ਫਿਰ ਲਾਈਫ ਟਾਈਮ ਸ਼ੌਂਕ ਕਰਾਂਗੇ। ਔਰ ਪਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਉਹੀ ਹੋਇਆ ਜੋ ਸੋਚਿਆ ਸੀਗਾ, ਕਿ 3 ਸਾਲ ਮਿਹਨਤ ਕੀਤੀ, ਲਾਈਫ ਸੈੱਟ ਕੀਤੀ, ਵਧੀਆ ਲੈਵਲ 'ਤੇ ਲੈ ਕੇ ਆਏ, ਫਿਰ ਆਪਣਾ ਕਬੂਤਰਬਾਜ਼ੀ ਨੂੰ ਵੀ ਉਸੇ ਲੈਵਲ 'ਤੇ ਅੱਜ ਲੈ ਕੇ ਖੜ੍ਹੇ ਹਾਂ, ਜਾਂ ਆਪਣਾ ਸ਼ੌਂਕ ਪੂਰਾ ਕਰ ਰਹੇ ਹਾਂ। ਉਹਦਾ ਇਹੀ ਰੀਜ਼ਨ ਹੈ ਕਿ ਮਿਹਨਤ ਦੇ ਉੱਪਰ ਹੀ ਬਿਲਡਿੰਗ ਖੜ੍ਹੀ ਹੋਈ ਹੈ ਅੱਜ ਦਾ ਜਿਹੜਾ। ਦੇਖੋ ਜੀ, ਬੜਾ ਮਨ ਖੁਸ਼ ਹੋਇਆ। ਸਭ ਤੋਂ ਪਹਿਲਾਂ ਅਸੀਂ ਜੋ ਕਿ ਪਿਜ਼ਨ ਦੇ ਸਾਡੇ ਕਬੂਤਰਾਂ ਦੇ ਆਪਾਂ ਖੁੱਡੇ ਕਹਿ ਦਿੰਦੇ ਹਾਂ ਬਾਈ ਜੀ, ਸੁੱਖਾ ਚੰਡੀਗੜ੍ਹੀਆ ਦੇ ਘਰ ਦੇਖੇ ਸੀ। ਉਸ ਤੋਂ ਬਾਅਦ ਜਿਹੜੇ ਤੁਸੀਂ ਆ ਖੁੱਡੇ ਬਣਾਏ ਹੈ ਜੀ, ਇਹਨਾਂ ਦੀ ਗੱਲ ਕਰਦੇ ਹਾਂ, ਬਾਕੀ ਗੱਲ ਦੁਬਾਰਾ ਤੋਂ ਫਿਰ ਕਰਾਂਗੇ। ਖੁੱਡੇ ਬਣਾਏ ਆ, ਇਹ ਕਿਹਨੂੰ ਦੇਖ ਕੇ ਤੁਸੀਂ ਖੁੱਡੇ ਬਣਾਏ, ਜਾਂ ਮਨ ਦੇ ਵਿੱਚ ਕੋਈ ਖੁੱਡੇ ਬਣਾਉਣ ਦਾ ਸ਼ੁਰੂ ਤੋਂ ਹੀ ਚਾਅ ਸੀ? ਇਹ ਚਾਹ ਤਾਂ ਸੀਗਾ ਜੀ ਜੀ, ਬਾਕੀ ਇੱਕ ਸਟਾਰ ਹੈਗੇ ਨੇ ਮੰਨੇ ਪਰਮੰਨੇ ਸਟਾਰ, ਮਿੱਕੀ ਗਾਮੀ ਵਾਲਾ ਜੀ, ਉਹਨਾਂ ਦੀ ਇੱਕ ਖੁੱਡਿਆਂ ਦੀ ਮੈਂ ਫੋਟੋ ਦੇਖੀ ਸੀਗੀ, ਇੱਕ ਲੈਨ 'ਚ ਲਾਏ ਹੋਏ ਸੀ ਉਹਨਾਂ ਨੇ 8-10 ਖੁੱਡੇ, ਅਤੇ ਬਹੁਤ ਵਧੀਆ ਬਣਾਏ ਹੋਏ ਸੀ। ਬਸ ਉਹਨਾਂ ਤੋਂ ਥੋੜ੍ਹਾ ਜਿਹਾ ਇੰਸਪਾਇਰ ਹੋ ਗਏ ਕਿ ਯਾਰ ਕਿਤੇ ਸਾਡੇ ਵੀ ਇਵੇਂ ਦੇ ਹੋਣਗੇ, ਕਦੇ ਅਸੀਂ ਵੀ ਬਣਾਵਾਂਗੇ। ਮਹਾਰਾਜ ਦੀ ਕਿਰਪਾ ਹੋਈ, ਥੋੜ੍ਹੀ ਮਿਹਨਤਾਂ ਨਾਲ ਥੋੜ੍ਹੇ ਪੈਸੇ ਸੇਵ ਕੀਤੇ, ਫਿਰ ਆਪਣਾ ਇਹ ਆਪਣਾ ਇੱਥੇ ਬਣਾ ਲਿਆ ਜੀ। ਇਹਦੇ ਤੋਂ ਆਪਾਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ। ਬਾਕੀ ਤੁਸੀਂ ਦਿਖਾਓ ਲੋਕਾਂ ਨੂੰ, ਹੈ ਨਾ, ਵੀ ਕਿੱਦਾਂ ਲੋਕਾਂ ਨੂੰ ਪਸੰਦ ਨੇ। ਬਹੁਤ ਵਧੀਆ ਸੈਟਅਪ ਇਹਨਾਂ ਨੇ ਬਣਾਇਆ ਜੀ, ਹਾਲਾਂਕਿ ਮੈਨੂੰ ਲੱਗਦਾ ਵੀ ਟੂਟੀਆਂ ਬਾਥਰੂਮ 'ਚ ਰਹਿੰਦੀਆਂ, ਕੱਲ੍ਹ ਹੀ ਮਿਸਤਰੀ ਇਹਨਾਂ ਨੇ ਬੰਦ ਕੀਤੇ ਆ, ਕਿਉਂਕਿ ਅੱਜ ਇਹਨਾਂ ਨੇ ਜੋ ਐਂਟਰੀਆਂ ਵੀ ਫੜਨੀਆਂ ਬਾਜ਼ੀ ਦੀਆਂ, ਅਤੇ ਨਾਲ ਨਾਲ ਇਹਨਾਂ ਦੀ ਆਪਾਂ ਇੰਟਰਵਿਊ ਵੀ ਕਰ ਰਹੇ ਹਾਂ। ਸੋ ਕੱਲ੍ਹ ਹੀ ਮਿਸਤਰੀ ਬੰਦ ਹੋਇਆ, ਹਾਲੇ ਕੁਛ ਮੈਨੂੰ ਲੱਗਦਾ ਵੀ ਉਹ ਇੱਕ ਜੋ 8 ਨੰਬਰ ਸਾਹਮਣੇ ਸਾਨੂੰ ਦਰਵਾਜ਼ਾ ਰਹਿੰਦਾ ਜੀ ਉਹਦਾ ਹਾਲੇ। ਉਸ ਤੋਂ ਬਾਅਦ ਆਸਟ੍ਰੇਲੀਆ ਸੈੱਟ ਹੋਣ ਤੋਂ ਬਾਅਦ, ਹਾਂਜੀ ਆਸਟ੍ਰੇਲੀਆ ਸੈੱਟ ਹੋਣ ਤੋਂ ਬਾਅਦ ਤੁਸੀਂ ਜਿਹੜਾ ਆ ਕਬੂਤਰਬਾਜ਼ੀ ਆਪਣਾ ਸ਼ੌਕ ਹੈ, ਹਾਂਜੀ ਇਹਨੂੰ ਜਿਹੜਾ ਜਿੰਦਾ ਰੱਖਿਆ, ਇਹ ਬਹੁਤ ਵਧੀਆ ਲੱਗਿਆ ਜੀ। ਕਿਉਂਕਿ ਆਪਾਂ ਗੱਲ ਕਰਦੇ ਸੀ, ਆਪਣੀ ਗੱਲ ਵਿੱਚ ਰਹਿ ਗਈ ਸੀ ਵੀ ਇਹਨਾਂ ਨੇ ਪੜ੍ਹਾਈ ਲਿਖਾਈ ਕੀਤੀ, ਮਿਹਨਤ ਕੀਤੀ, ਕਬੂਤਰਬਾਜ਼ੀ ਵੀ ਕੀਤੀ, ਜੋ ਕਿ ਆਪਣੇ
ਜਿੰਨਾ ਵੀਰਾਂ ਦੇ ਜਿੰਨਾ ਛੋਟੇ ਬੱਚੇ ਆ ਹਲੇ ਮੇਰੇ ਵੀਰ 15 ਸਾਲ 10 ਸਾਲ ਦੀ ਉਮਰ 'ਚ ਹੈ ਉਹਨਾਂ ਦੇ ਲਈ ਮੈਸੇਜ ਦੇ ਰਹੇ ਹਾਂ ਅਸੀਂ ਆਪਦੇ ਚੈਨਲ ਦੇ ਜ਼ਰੀਏ ਕਿ ਇੱਕ ਤਾਂ ਇਹ ਨਸ਼ਿਆਂ ਤੋਂ ਦੂਰ ਦੇਖੋ ਜੀ ਜੋ ਕਬੂਤਰ ਰੱਖਦਾ ਨਸ਼ਿਆਂ ਤੋਂ ਦੂਰ ਰਹੂਗਾ 100% ਬਿਲਕੁਲ ਦੂਜੀ ਇਹ ਨਹੀਂ ਵੀ ਕਬੂਤਰ ਰੱਖਣ ਵਾਲਾ ਮਿਹਨਤ ਨਹੀਂ ਕਰਦਾ ਬਾਈ ਜੀ ਨੇ ਮਿਹਨਤ ਕੀਤੀ ਪੜ੍ਹਾਈ ਲਿਖਾਈ ਵੀ ਕੀਤੀ ਸ਼ੌਕ ਵੀ ਕੀਤਾ ਆਸਟ੍ਰੇਲੀਆ ਦੇ ਵਿੱਚ ਅੱਜ ਬਹੁਤ ਬਹੁਤ ਵਧੀਆ ਇਹਨਾਂ ਦਾ ਜਿਹੜਾ ਕਾਰੋਬਾਰ ਬਿਜ਼ਨਸ ਸੈੱਟ ਹੈ ਦੋ ਰੈਸਟੋਰੈਂਟ ਬਣਾਏ ਉੱਥੇ ਉਸ ਤੋਂ ਬਾਅਦ ਉੱਥੇ ਮਿਹਨਤ ਕਰਕੇ ਅੱਜ ਆਏ ਸਾਲ ਇਹ ਇਸ ਬਾਜੀ ਦੇ ਵਿੱਚ ਆਉਂਦੇ ਆ ਇੱਕ ਮਹੀਨੇ ਦੇ ਲਈ ਇੱਥੇ ਰਾਤ ਇਹਨਾਂ ਨਾਲ ਕਾਫੀ ਗੱਲਾਂ ਬਾਤਾਂ ਮੈਂ ਕੀਤੀਆਂ ਸੀ ਇਹਨਾਂ ਦੀ ਫੈਮਿਲੀ ਬਾਰੇ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਮਹੀਨਾ ਅਸੀਂ ਜੋ ਕਿ ਮਈ ਜਾਂ ਜੂਨ ਦੇ ਮਹੀਨੇ ਇੱਥੇ ਆਉਂਦੇ ਹਾਂ ਕਬੂਤਰਬਾਜ਼ੀ ਨੂੰ ਪੂਰਾ ਇੱਥੇ ਵਧੀਆ ਢੰਗ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਸਾਰਿਆਂ ਨਾਲ ਇੰਜੋਏ ਕਰਕੇ ਜਾਂਦੇ ਹਾਂ ਸੋ ਸਾਡੀ ਇੰਨੀ ਕੁ ਤਮੰਨਾ ਹੈ ਕਿ ਜਿੰਨੇ ਕੁ ਮਾਂ ਬਾਪ ਕਬੂਤਰਾਂ ਤੋਂ ਬੱਚਿਆਂ ਨੂੰ ਲੜਦੇ ਆ ਲੜਿਆ ਨਾ ਕਰੋ ਕਿਉਂਕਿ ਜੇ ਉਹਨਾਂ ਦਾ ਸ਼ੌਕ ਨਾਲ ਜਾਊਗਾ ਪੜ੍ਹਾਈ ਲਿਖਾਈ ਵੀ ਜ਼ਰੂਰ ਕਰਨਗੇ ਸਾਡਾ ਵਾਅਦਾ ਹੈ ਸਾਡੇ ਚੈਨਲ ਦਾ ਵਾਅਦਾ ਹੈ ਤੁਹਾਡੇ ਨਾਲ ਤੁਹਾਡਾ ਕੀ ਵਿਚਾਰ ਹੈ ਜੀ ਇਸ ਚੀਜ਼ ਬਾਰੇ ਦੇਖੋ ਜੀ ਇੱਕ ਨਾ ਜ਼ਿੰਦਗੀ ਜਿਹੜੀ ਇਹ ਮੇਰੀ 35-36 ਸਾਲ ਦੀ ਉਮਰ ਦਾ ਜਿਹੜਾ ਤਜਰਬਾ ਹੈਗਾ ਜੀ ਉਹ ਹੈਗਾ ਇੱਕ ਵਰਡ 'ਤੇ ਟਿੱਕਿਆ ਜੀ ਬੈਲੈਂਸ ਲਾਈਫ ਦੇ ਅੰਦਰ ਬੈਲੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜ਼ਰੂਰੀ ਨਹੀਂ ਕਿ ਅਸੀਂ ਸਾਰਾ ਦਿਨ ਕਬੂਤਰਾਂ ਦੀ ਗੱਲ ਕਰੀਏ ਆਪਾਂ ਲਾਈਫ 'ਚ ਫੈਮਿਲੀ ਵੀ ਹੈਗੀ ਬੱਚੇ ਵੀ ਹੈਗੇ ਨੇ ਜੀ ਦੇਖੋ ਤੁਹਾਡੀ ਕਰੀਅਰ ਵੀ ਹੈਗਾ ਤੁਸੀਂ ਉਹਦੇ 'ਚ ਬੈਲੈਂਸ ਬਣਾਉਣਾ ਡਿਪੈਂਡ ਕਰਦਾ ਤੁਸੀਂ ਬੈਲੈਂਸ ਕਿਵੇਂ ਬਣਾਉਂਦੇ ਹੋ ਇਹ ਨਹੀਂ ਕਿ ਸਾਰਾ ਦਿਨ ਤੁਸੀਂ ਕੋਠੇ 'ਤੇ ਚੜ੍ਹੇ ਹੋ 24 ਘੰਟੇ ਤੁਸੀਂ ਉੱਥੇ ਹੋ ਥੋੜ੍ਹਾ ਟਾਈਮ ਤੁਹਾਡੀ ਫੈਮਿਲੀ ਵੀ ਮੰਗਦੀ ਆ ਥੋੜ੍ਹਾ ਟਾਈਮ ਤੁਹਾਨੂੰ ਬਿਜ਼ਨਸ ਵਾਸਤੇ ਵੀ ਦੇਣਾ ਇਹ ਬਸ ਇਹ ਬੈਲੈਂਸ ਵਰਡ ਜਿਹਨੂੰ ਸਮਝ ਆ ਗਈ ਨਾ ਜੀ ਉਹ ਲਾਈਫ 'ਚ ਤਰੱਕੀ ਵੀ ਕਰੂਗਾ ਸ਼ੌਂਕ ਵੀ ਕਰੂਗਾ ਜੀ ਅਤੇ ਉਸ ਤੋਂ ਬਾਅਦ ਉਹ ਆਪਣੇ ਲਾਈਫ 'ਚ ਅੱਗੇ ਵੀ ਵਧੂਗਾ ਬਸ ਇਹ ਬੈਲੈਂਸ ਵਰਡ ਸਮਝਣ ਵਾਲੀ ਗੱਲ ਹੈ ਜੀ ਬਸ ਇੱਕ ਛੋਟਾ ਜਿਹਾ ਵਰਡ ਆ ਬੈਲੈਂਸ ਬਿਲਕੁਲ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਆਪਣੇ ਇੱਕ ਤਾਂ ਦੱਸ ਦਈਏ ਕਿ ਅੱਜ ਜਨਵਰੀ ਦੇ ਵਿੱਚ ਜੋ ਇਹਨਾਂ ਦੇ ਦਾਦਾ ਜੀ ਹੈ ਉਹ ਪੂਰੇ 100 ਸਾਲ ਦੇ ਹੋ ਗਏ ਜੀ ਦਿਖਾਵਾਂਗੇ ਤੁਹਾਨੂੰ ਮੂਵੀ ਦੇ ਵਿੱਚ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਝਲਕ 100 ਸਾਲ ਦੀ ਉਮਰ ਬਿਲਕੁਲ ਜੀ ਅੱਜ ਉਹਨਾਂ ਦੀ ਉਮਰ 100 ਸਾਲ ਹੋ ਗਈ ਜੀ ਔਰ ਬੜਾ ਖੁਸ਼ੀ ਵਾਲਾ ਟਾਈਮ ਆ ਅਤੇ ਉਹ ਮੈਂ ਉਹਨਾਂ ਨੂੰ ਜਦੋਂ ਵੀ ਉਹਨਾਂ ਨੂੰ ਦੇਖਦਾ ਅਸੀਂ ਬੜੇ ਇੰਸਪਾਇਰ ਹੁੰਦੇ ਹਾਂ ਕਿਉਂਕਿ ਉਹ ਅੱਜ ਵੀ ਯਕੀਨ ਮੰਨਿਓ ਅੱਜ ਵੀ ਉਹ ਮਿਹਨਤ ਕਰਦੇ ਨੇ ਅੱਜ ਵੀ ਉਹ ਮੱਝ ਝੋਟੇ ਨੂੰ ਲੈ ਕੇ ਪਾਣੀ ਪਿਲਾ ਇੱਧਰ ਕਰ ਉੱਧਰ ਕਰ ਦੋ ਗੇੜੇ ਪਿੰਡ ਦੇ ਕੱਢਿਆ ਖੇਤਾਂ ਦੇ ਕੱਢਿਆ ਜੀ ਅੱਜ ਵੀ ਉਹ ਮਤਲਬ ਕਿ ਫਿੱਟ ਨੇ ਜੀ ਚੱਲਦੇ ਨੇ ਕੋਈ ਬਿਮਾਰੀ ਮਿਹਨਤ ਦੇਖੀ ਗਈ ਜੀ ਨਹੀਂ ਤਾਂ ਜਿਹਦਾ ਮਤਲਬ ਕੋਈ ਰਿਸ਼ਤੇਦਾਰ ਵੀ ਆਸਟ੍ਰੇਲੀਆ 'ਚ ਹੋਵੇ ਉਹ ਵੀ ਐਪਲ ਦਾ ਫੋਨ ਕੰਨ ਨੂੰ ਲਾ ਲੈਂਦਾ ਲੇਕਿਨ ਮੈਂ ਬਾਈ ਦੇ ਪਰਿਵਾਰ ਦੀ ਇੱਕ ਚੀਜ਼ ਨੋਟ ਕੀਤੀ ਕਿ ਬਾਈ ਆਸਟ੍ਰੇਲੀਆ ਦੇ ਵਿੱਚ ਮਿਹਨਤ ਕਰ ਰਿਹਾ ਖੂਬ ਪੈਸਾ ਅੱਜ ਇਹਨਾਂ ਕੋਈ ਦਾਦਾ ਜੀ 100 ਸਾਲ ਦੇ ਹੋ ਗਏ ਤਾਂ ਉਹਨਾਂ ਨੂੰ ਇੱਕ ਪ੍ਰੋਬਲਮ ਵੀ ਹੈ ਜੋ ਕਿ ਬਲਦ ਨੇ ਉਹਨਾਂ ਨੂੰ ਸ਼ਾਇਦ ਚੱਕ ਕੇ ਮਾਰਿਆ ਸੀ ਅਤੇ ਰੀੜ੍ਹ ਦੀ ਹੱਡੀ 'ਚ ਕੋਈ ਪ੍ਰੋਬਲਮ ਆ ਗਈ ਸੀ ਪਰ ਉਸ ਦੇ ਬਾਵਜੂਦ 100 ਸਾਲ ਦੀ ਉਮਰ ਦੇ ਬਾਵਜੂਦ ਅੱਜ ਮੱਝਾਂ ਦੇ ਜੋ ਕਿ ਪੱਠੇ ਨੀਰੇ ਵੇਖਦੇ ਵੇਖ ਕੇ ਮੈਂ ਹੈਰਾਨ ਹੋ ਗਿਆ ਵੀ 100 ਸਾਲ ਦੀ ਉਮਰ 'ਚ ਇਹ ਗੱਲ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਹੈ ਮੱਝਾਂ ਰੱਖੀਆਂ ਉਹਨਾਂ ਨੇ ਸ਼ੌਕ ਦੇ ਨਾਲ ਅਤੇ ਦੁੱਧ ਦਾ ਕਾਰੋਬਾਰ ਕਰਦੇ ਆ ਜੀ ਆਪਦਾ ਇੱਥੇ ਜਿਹੜਾ ਹੈਗਾ ਜਿਵੇਂ ਨੂੰ ਆਪਾਂ ਕਹਿ ਦਿੰਦੇ ਵੀ ਵਿਹਲੇਪਨ ਤੋਂ ਨਾਲੇ ਕੰਮ ਨਾਲੇ ਆਪਦਾ ਉਹਨਾਂ ਦਾ ਜੀ ਲੱਗਿਆ ਜੀ ਅਤੇ ਹੋਰ ਫੈਮਿਲੀ ਦੇ ਵਿੱਚ ਕੌਣ ਕੌਣ ਬਾਕੀ ਇੱਥੇ ਸੋਰੀ ਮੈਂ ਗੱਲ ਟੋਕਾਂਗਾ ਵੀ ਪੈਸੇ ਦੀ ਕਮੀ ਨਹੀਂ ਗੱਲ ਇੱਕ ਬੰਦਾ ਪੈਸੇ ਵਾਸਤੇ ਨਹੀਂ ਜਿੰਦਾ ਜਿਵੇਂ ਹੁਣ ਮੇਰੇ ਫਾਦਰ ਸਾਹਿਬ ਨੇ ਅਸੀਂ ਇਹ ਨਹੀਂ ਕਿ ਸਾਡੇ ਕੋਲ ਪੈਸੇ ਦੀ ਕਮੀ ਉਹਨੂੰ ਅਸੀਂ ਉਹਨੂੰ ਦੇ ਨਹੀਂ ਸਕਦੇ ਪਰ ਨਾ ਉਹ ਸਾਡੇ ਕੋਲ ਮੰਗਦੇ ਨੇ ਨਾ ਹੀ ਉਹਨਾਂ ਨੂੰ ਇਹ ਕਹਿੰਦੇ ਹਾਂ ਅਸੀਂ ਤੁਸੀਂ ਆਪਣਾ ਕੰਮ ਛੱਡ ਦਿਉ ਮੈਂ ਤੁਹਾਨੂੰ ਪੈਸੇ ਭੇਜੀ ਜਾਂ ਨਾ ਤੁਸੀਂ ਬਹਿ ਕੇ ਖਾਓ ਉਹ ਆਪਣੀ ਮਿਹਨਤ ਕਰਦੇ ਨੇ ਕਈ ਵਾਰੀ ਤੁਹਾਡੀ ਮਿਹਨਤ ਜਿਹੜੀ ਹੈਗੀ ਮੈਸੇਜ ਆ ਮੇਰਾ ਵੀਰ ਮਾਈਂਡ ਨਾ ਕਰਿਓ ਪਲੀਜ਼ ਕੋਈ ਇੱਕ ਮੈਸੇਜ ਆ ਕਿ ਮਿਹਨਤ ਤੁਸੀਂ ਇਕੱਲਾ ਪੈਸਾ ਕਮਾਉਣ ਵਾਸਤੇ ਨਹੀਂ ਕਰਦੇ ਜਿਹੜੀ ਮਿਹਨਤ ਹੈ ਤੁਹਾਨੂੰ ਆਪਣੇ ਦਿਲ ਦੀ ਸੰਤੁਸ਼ਟੀ ਨੂੰ ਔਰ ਆਪਣੇ ਆਪ ਨੂੰ ਐਕਟਿਵ ਰੱਖਣ ਵਾਸਤੇ ਫਿੱਟ ਰੱਖਣ ਵਾਸਤੇ ਵੀ ਮਿਹਨਤ ਕੀਤੀ ਜਾਂਦੀ ਜਿਵੇਂ ਬੜੇ ਲੋਕ ਜਿੰਮਾਂ 'ਚ ਜਾਂਦੇ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਅਤੇ ਜਿਵੇਂ ਹੁਣ ਫਾਦਰ ਸਾਹਿਬ ਨੇ ਉਹਨਾਂ ਨੇ 8-10 ਮੱਝਾਂ ਰੱਖੀਆਂ ਜੀ ਅਤੇ ਉਹਨਾਂ 'ਚ ਖੁਸ਼ ਨੇ ਉਹਨਾਂ ਦੀ ਲਾਈਫ ਹੈ ਜੀ ਉਹਨਾਂ ਬਿਨਾਂ ਰਹਿ ਨਹੀਂ ਸਕਦੇ ਅਤੇ ਉਹਨਾਂ ਦਾ ਇੱਕ ਆਪਣਾ ਜੀਣ ਦਾ ਤਰੀਕਾ ਅਸੀਂ ਕਦੇ ਇੰਟਰਫੇਅਰ ਨਹੀਂ ਕੀਤਾ ਅਸੀਂ ਉਹਨਾਂ ਨਾ ਇੰਟਰਫੇਅਰ ਕਰਨੇ ਹਾਂ ਆਪਾਂ ਕਹਿੰਦੇ ਉਹਨਾਂ ਦਾ ਇੱਕ ਲਾਈਫ ਨੂੰ ਜੀਣ ਦਾ ਆਪਣਾ ਢੰਗ ਬਣਾਇਆ ਪਿਛਲੇ 60 ਸਾਲਾਂ ਦਾ ਅਸੀਂ ਕਿਵੇਂ 6 ਸਾਲਾਂ 'ਚ ਉਹਨੂੰ ਚੇਂਜ ਕਰ ਦਾਂਗੇ ਜਾਂ 6 ਦਿਨਾਂ 'ਚ ਕਿਵੇਂ ਚੇਂਜ ਕਰ ਦਾਂਗੇ ਅਸੀਂ ਨਹੀਂ ਕਰ ਸਕਦੇ ਉਹਨਾਂ ਦਾ ਆਪਣਾ ਤਰੀਕਾ ਹੈ ਜੀ ਅਤੇ ਉਹ ਐਸੇ ਕਰਕੇ ਮੈਂ ਕਹਿੰਦਾ ਮੈਸੇਜ ਆਹੀ ਹੈ ਕਿ ਤੁਸੀਂ ਮਿਹਨਤਾਂ ਕਰਦੇ ਹੋ ਕਈ ਵਾਰੀ ਆਪਣੇ ਆਪ ਨੂੰ ਐਕਟਿਵ ਰੱਖਣ ਵਾਸਤੇ ਜਾਂ ਜੀਣ ਵਾਸਤੇ ਇੱਕ ਚੀਜ਼ ਹੋਰ ਹੈ ਜੀ ਮਾਂ ਹਮੇਸ਼ਾ ਆਪਦੇ ਪੁੱਤ ਨੂੰ ਪਿਆਰ ਕਰਦੀ ਹੈ ਪਰ ਰਾਤ
ਇਹ ਚੀਜ਼ ਦੇਖੀ ਕਿ ਪੁੱਤ ਆਪਦੀ ਮਾਂ ਨੂੰ ਕਿੰਨਾ ਕੁ ਪਿਆਰ ਕਰਦਾ। ਅਤੇ ਬਾਈ ਜੀ ਨੇ ਇੱਕ ਕਹਾਣੀ ਸੁਣਾਈ ਸੀ ਜੋ ਕਿ ਉਹਨਾਂ ਦੀ ਮਦਰ ਦਾ ਇੱਥੇ ਟੈਟੂ ਦੱਸਾਂਗੇ ਜੀ ਬਾਅਦ ਵਿੱਚ ਬਣਿਆ ਹੋਇਆ ਤੁਹਾਨੂੰ ਲਾਸਟ ਦੇ ਵਿੱਚ। ਉਹ ਮਾਂ ਦਾ ਇਸ ਬਾਂਹ ਦੇ ਉੱਤੇ ਟੈਟੂ ਵੀ ਬਣਿਆ ਹੋਇਆ, ਉਹ ਦਿਖਾਵਾਂਗੇ ਜੀ। ਬਹੁਤ ਵਧੀਆ ਲੱਗਿਆ ਜੀ ਰਾਤ ਜਦੋਂ ਤੁਸੀਂ ਆਪਦੀ ਸ਼ਰਟ ਉਤਾਰੀ ਸੀ ਤਾਂ ਟੈਟੂ ਬਾਰੇ ਤੁਸੀਂ ਦੱਸਿਆ ਕਿ ਮੇਰੀ ਮਾਂ ਹਮੇਸ਼ਾ ਦਿਲ 'ਚ ਜਾਂ ਰੋਜ਼ ਤਸਵੀਰ ਨਹੀਂ ਮੈਂ ਜਦੋਂ ਵੀ ਦੇਖਦਾ ਮੇਰੇ ਨਾਲ ਹੁੰਦੀ ਹੈ, ਬਿਲਕੁਲ ਮੇਰੇ ਨਾਲ ਖੜੀ। ਬਿਲਕੁਲ ਬਹੁਤ ਵਧੀਆ ਲੱਗਿਆ ਜੀ ਜੋ ਕਿ ਉਹਨਾਂ ਦੀ ਡੈਥ ਹੋ ਗਈ ਸੀ 3 ਸਾਲ ਪਹਿਲਾਂ। ਸੋ ਮਾਂ ਪੁੱਤ ਦਾ ਪਿਆਰ ਦੇਖ ਕੇ ਵੀ ਬਹੁਤ ਵਧੀਆ ਲੱਗਿਆ। ਉਹ ਤਾਂ ਜਿੰਦਾ ਹੈ ਜੀ, ਉਹ ਇੱਥੇ ਜਿੰਦਾ, ਉਹ ਮਰੀ ਨਹੀਂ ਹੈਗੀ ਜੀ, ਆਪਾਂ ਆਪਣੇ ਨਾਲ ਹੀ ਹੈ ਜੀ। ਅਤੇ ਉਹ ਮੈਂ ਹਮੇਸ਼ਾ ਹੀ ਮਿਸ ਕਰਦਾ ਸੀ, ਰੋਜ਼ ਚੌਥੇ ਦਿਨ ਫੋਟੋ ਕੱਢ ਲੈਣੀ, ਫਿਰ ਦੇਖਣ ਨੂੰ ਦਿਲ ਕਰਦਾ ਸੀਗਾ। ਫਿਰ ਉਸ ਤੋਂ ਬਾਅਦ ਕਿਹਾ ਵੀ ਕੁਛ ਐਸਾ ਕਰੋ ਯਾਰ ਕਿ ਸਾਹਮਣੇ ਹੀ ਰਹੇ, ਦੂਰ ਨਾ ਜਾਏ। ਫਿਰ ਛੋਟੀ ਜਿਹੀ ਤਸਵੀਰ ਉਹਨਾਂ ਦੀ ਆਪਣੀ ਗਦਾ ਲਈ ਵੀ ਜਦੋਂ ਵੀ ਨਹਾਉਣਾ, ਜਦੋਂ ਵੀ ਕੱਪੜੇ ਉਤਾਰਨੇ ਨੇ, ਸ਼ੀਸ਼ੇ 'ਚ ਸਾਹਮਣੇ ਨਜ਼ਰ ਆ ਜਾਏ, ਅਤੇ ਤਾਂ ਕਿ ਆਪਣੇ ਦਿਲ ਨੂੰ ਵੀ ਸੰਤੁਸ਼ਟੀ ਹੋਏ ਕਿ ਨਹੀਂ ਉਹ ਮੇਰੇ ਨਾਲ ਆ ਹਮੇਸ਼ਾ ਨਾ। ਅਤੇ ਤਾਂ ਕਰਕੇ ਉਹ ਤਾਂ ਸ਼ੋ ਆਫ ਕਰਨ ਵਾਸਤੇ ਨਹੀਂ ਜੀ, ਪਲੀਜ਼। ਕਈ ਬੰਦੇ ਕਿਉਂਕਿ ਗੱਲ ਜ਼ਿਕਰ ਤਾਂ ਕੀਤਾ ਜੀ, ਮੈਨੂੰ ਲੱਗਦਾ ਵੀ ਦੁਨੀਆਂ ਦੇ ਵਿੱਚ ਸ਼ਾਇਦ ਹੋ ਸਕਦਾ ਕੋਈ ਇਨਸਾਨ ਹੋਰ ਵੀ ਹੋਵੇ, ਪਰ ਮੈਨੂੰ ਨਹੀਂ ਲੱਗਦਾ ਦੁਨੀਆਂ ਦੇ ਵਿੱਚ ਪਹਿਲਾ ਕੋਈ ਇਨਸਾਨ ਹੋਊਗਾ ਜਿਹਨੇ ਆਪਦੀ ਮਦਰ ਦਾ ਇੱਥੇ ਟੈਟੂ ਕਹਿ ਦਿੰਦੇ ਹਾਂ, ਤਸਵੀਰ ਕਹਿ ਲਓ, ਜੋ ਵੀ ਆਪਣੀ ਬਣਵਾਇਆ ਹੋਊਗਾ ਜੀ, ਮੈਨੂੰ ਲੱਗਦਾ ਤੁਸੀਂ ਪਹਿਲੇ ਇਨਸਾਨ ਹੋਣਗੇ। ਮੈਂ ਹਾਲੇ ਤੱਕ ਤਾਂ ਦੇਖਿਆ ਨਹੀਂ ਜੀ, ਪਰ ਹੋ ਸਕਦਾ ਹੋਣ ਵੀ ਲੋਕ। ਹਾਂਜੀ, ਪਰ ਇੱਕ ਤੋਂ ਵੱਧ ਕੇ ਇੱਕ ਪਿਆ, ਪਰ ਡਿਪੈਂਡ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੀ, ਕਿੱਦਾਂ ਕਿ ਜੇ ਤਸਵੀਰ ਕੱਢ ਲਈ ਸ਼ੋ ਆਫ ਕਰਨ ਵਾਸਤੇ ਨਹੀਂ, ਇਹ ਤੁਹਾਡੇ ਦਿਲ ਦੀ ਆਤਮਾ ਦੀ ਸੰਤੁਸ਼ਟੀ ਵਾਸਤੇ ਜੀ। ਅਤੇ ਮੈਂ ਖੈਰ ਲੁਕੋ ਕੇ ਰੱਖਦਾ, ਕੋਸ਼ਿਸ਼ ਕਰਦਾ, ਪਰ ਭਾਜੀ ਰਾਂ ਨੇ ਰਾਤ ਕੱਪੜੇ ਚੇਂਜ ਕਰ ਰਹੇ ਸੀ, ਕਿਤੇ ਰਹਿਣਾ ਦੀ ਨਜ਼ਰ ਪੈ ਗਈ, ਮੈਂ ਬਨੈਣ ਪਾਈ ਹੋਈ, ਕਹਿੰਦੇ ਰਾਜ ਆ ਕੀ, ਅਤੇ ਥੋੜ੍ਹੀ ਜੀ ਉਹਦੇ 'ਤੇ ਗੱਲ ਹੋਈ ਜੀ ਆਪਣੀ। ਬਾਕੀ ਮੈਂ ਫਿਰ ਵੀ ਕਹਾਂਗਾ ਮੇਰੀ ਮਾਂ ਹੈਗੀ ਜਿੱਥੇ ਵੀ ਹੈਗੀ, ਉਹ ਮੇਰੇ ਨਾਲ ਹੀ ਹੈਗੀ, ਅਤੇ ਮੈਂ ਹਮੇਸ਼ਾ ਤੁਹਾਨੂੰ ਮਿਸ ਕਰਦਾ। ਫੈਮਿਲੀ ਦੇ ਵਿੱਚ ਹੋਰ ਕਿੰਨੇ ਤੁਹਾਡੇ ਬੱਚੇ ਕਿੰਨੇ ਆ ਜੀ? ਅਤੇ 2 ਬੱਚੇ ਨੇ ਜੀ, ਇੱਕ ਮੇਰੇ ਕੋਲ 2 ਸਾਲ ਦਾ ਮੁੰਡਾ ਜੀ, 5.5 ਸਾਲ ਦੀ ਕੁੜੀ ਆ, 3 ਭੈਣ ਭਰਾ ਹੈਗੇ ਆ ਜੀ ਅਸੀਂ। ਇੱਕ ਮੇਰਾ ਸਾਰਿਆਂ ਤੋਂ ਵੱਡਾ ਮੇਰਾ ਭਰਾ ਹੈਗਾ ਜੀ, ਅਤੇ ਉਸ ਤੋਂ ਛੋਟੀ ਮੇਰੀ ਭੈਣ, ਫਿਰ ਮੈਂ ਆ ਗਿਆ ਜੀ। ਛੋਟੀ ਜਿਹੀ ਫੈਮਿਲੀ ਜੀ ਆਪਣੀ, ਅਤੇ ਸਾਰੇ ਹੀ ਬਾਹਰ ਸੈਟਲ ਨੇ ਜੀ। ਸਿਸਟਰ ਸਪੇਨ ਰਹਿੰਦੀ ਹੈ ਜੀ, ਅਤੇ ਭਰਾ ਪੁਰਤਗਾਲ ਪੱਕਾ ਜੀ, ਅਤੇ ਮੈਂ ਜਾ ਕੇ ਆਸਟ੍ਰੇਲੀਆ। ਕਦੇ ਕਦੇ ਸਾਲਾਂ 'ਚ ਹੀ ਸਬੱਬ ਹੁੰਦਾ ਜੀ ਸਾਰੇ ਇਕੱਠੇ ਹੋਈਏ ਜੀ, 4-5 ਸਾਲਾਂ 'ਚ ਕਦੇ ਪਰਮਾਤਮਾ ਨੇ ਕੋਈ ਐਸਾ ਮੌਕਾ ਦੇ ਦਿੱਤਾ ਸਾਰੇ ਇਕੱਠੇ ਹੋ ਜਾਂਦੇ। ਲਓ ਜੀ, ਇਹ ਤਾਂ ਇਹਨਾਂ ਦੀ ਸੀ ਇੱਕ ਛੋਟੀ ਜਿਹੀ ਜੀਵਨੀ। ਹੁਣ ਆਪਾਂ ਆਉਂਦੇ ਹਾਂ ਮੁੱਦੇ 'ਤੇ, ਜੋ ਇਹਨਾਂ ਦਾ ਸ਼ੌਕ ਹੈ, ਕਬੂਤਰਬਾਜ਼ੀ ਦਾ ਸ਼ੌਕ ਕਦੋਂ ਕਿੱਥੋਂ ਕਿਵੇਂ ਪਿਆ? ਦੇਖੋ ਜੀ, ਕਣਕ ਕੱਢਦੇ ਪਏ ਸੀਗੇ ਆਪਣਾ ਬਾਹਰ ਬਾਹਰ ਡੇਰਾ ਜੀ, ਅਤੇ ਕਬੂਤਰ ਉੱਡਦੇ ਪਏ ਸੀਗੇ, 40-50 ਕਬੂਤਰ ਜੀ। ਅਤੇ ਆਪਣੇ ਪਿੰਡ ਦਾ ਇੱਕ ਬੰਦਾ ਹੈਗਾ, ਨਾਮ ਉਹਦਾ ਮੀਤਾ ਹੈਗਾ ਜੀ, ਉਹ ਸ਼ੁਰੂ ਤੋਂ ਹੀ ਰੱਖਦਾ ਜੀ, ਮੈਨੂੰ ਲੱਗਦਾ 40-45 ਸਾਲ ਹੋ ਗਏ ਜੀ ਉਹਨੂੰ ਰੱਖਦੇ। ਉਹ ਦੇਖੇ ਜੀ ਕਬੂਤਰ, ਉੱਥੇ ਦੇਖ ਕੇ ਮੈਂ ਕਿਹਾ ਯਾਰ ਆ ਬੜੇ ਸੋਹਣੇ ਲੱਗੇ ਜੀ, ਬਹੁਤ ਦਿਲ ਨੂੰ, ਮਤਲਬ ਕਿ ਜਿਵੇਂ ਇੱਕ ਤੁਹਾਨੂੰ ਕੋਈ ਚੀਜ਼ ਦਿਲ ਨੂੰ ਟੱਚ ਕਰਕੇ ਨਿਕਲ ਜਾਂਦੀ ਹੈ ਨਾ। ਅਤੇ ਮੈਂ ਉਸ ਤੋਂ ਬਾਅਦ 2-3 ਦਿਨ ਬਾਅਦ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਬੜੇ ਸੋਹਣੇ ਕਬੂਤਰ ਨੇ ਤੇਰੇ ਕੋਲ, ਦੇਸੀ ਹੁੰਦੇ ਸੀਗੇ ਜੀ ਛੱਤਾਂ ਵਾਲੇ। ਅਤੇ 1996 ਦੀ ਗੱਲ ਹੈਗੀ ਜੀ, ਮੇਰੇ ਐਗਜੈਕਟ ਯਾਦ ਹੈ ਕਿ ਮੈਂ 7ਵੀਂ 'ਚ ਸੀਗਾ। ਅਤੇ ਉਸ ਤੋਂ ਬਾਅਦ ਜੀ ਮੈਂ ਆਪਣਾ, ਮੈਂ ਕਿਹਾ ਵੀ 2 ਮੈਨੂੰ ਵੀ ਦੇ ਦੇ, ਉਹ ਕਹਿੰਦਾ ਯਾਰ 50 ਰੁਪਏ ਦੇ ਦੇਣੇ ਨੇ। ਮੈਂ ਕਿਹਾ ਚਲੋ ਠੀਕ ਹੈ, ਇਹ ਵੇਖ ਨਹੀਂ ਮੈਂ ਕਰਕੇ ਕਿੱਧਰੋਂ ਗਏ ਸੀ, 50 ਰੁਪਏ ਇਕੱਠੇ ਕੀਤੇ। ਯਾਰ ਹੱਸਣ ਦਾ ਕੋਈ ਕਾਰਨ ਹੈ? ਮੈਂ ਪਲੀਜ਼ ਦੱਸੂਗਾ ਨਹੀਂ, ਸਾਡਾ ਹੱਸਣ ਦਾ ਕੋਈ ਕਾਰਨ ਹੈ? 50 ਰੁਪਏ ਦੀ ਗੱਲ ਮਾਈਂਡ ਨਾ ਕਰਨਾ ਜੀ, ਕੋਈ ਸਟੋਰੀ ਸਟੋਰੀ ਹੈ ਜੀ। ਅਤੇ 50 ਰੁਪਏ ਇਕੱਠੇ ਕੀਤੇ ਜੀ ਔਖੇ ਸੌਖੇ ਹੋ ਕੇ। ਉਹਦੇ ਕੋਲੋਂ 2 ਜੋੜੇ, ਇੱਕ ਜੋੜਾ ਉਹਨੇ ਬੱਚਿਆਂ ਦਾ ਦੇ ਦਿੱਤਾ ਜੀ। ਮੈਂ ਘਰੇ ਲਿਆਣ ਕੇ ਆਪਣਾ ਜਾਲੀ ਸੀਗੀ ਮੰਮੀ ਨੂੰ, ਮੈਂ ਕਿਹਾ ਮੰਮੀ ਜਾਲੀ ਖਾਲੀ ਕਰਦੇ, ਕਬੂਤਰ ਪਾਵਾਂਗੇ ਇਹਦੇ। ਅਤੇ ਮੇਰੇ ਡੈਡੀ ਹਮੇਸ਼ਾ ਹੀ ਸ਼ੁਰੂ ਤੋਂ ਕਹਿੰਦਾ ਯਾਰ ਐਵੇਂ ਜਾੜ ਮੰਗਦੇ, ਇਹਨਾਂ ਨੂੰ ਨਹੀਂ ਰੱਖਣਾ। ਅਤੇ ਮੰਮੀ ਨੇ ਮੇਰੀ ਨੇ ਜ਼ਿਆਦਾ ਕੁਛ ਕਿਹਾ ਨਹੀਂ, ਕਹਿੰਦੀ ਚੱਲ ਕਦੀ ਚੋਰੀ ਰਖਾ ਤੇ। ਫਿਰ ਦੂਸਰੇ, ਫਿਰ ਉਹ, ਮੈਂ ਕਿਹਾ ਚੱਲ 2 ਹੋਰ ਲਿਆਣੇ। ਫਿਰ 40 ਰੁਪਏ ਹੋਰ ਇਕੱਠੇ ਕੀਤੇ ਸੀ ਭਾਈ। ਮੈਂ ਤਾਂ ਬੜੀ ਮਿਹਨਤ ਹੋ ਗਈ, 40 ਹੋਰ ਇਕੱਠੇ ਕੀਤੇ ਜੀ। ਉਸ ਤੋਂ ਬਾਅਦ ਉਹ ਵੀ 2 ਹੋਰ ਲਿਆਉਂਦੇ, ਐਵੇਂ ਕਰਦੇ 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 ਇੱਕ ਆਪਣੇ ਕੋਲ ATM ਵਿੱਚ ਜਿਹਦੇ 'ਚ ਪੈਸੇ ਨਿਕਲਦੇ।
ਬਹੁਤ ਹੀ ਵਧੀਆ ਇੱਕ ATM ਹੈ ਜੀ, ਠੀਕ ਹੈ, ਜੋ ਕਿ 50 ਰੁਪਏ ਚਾਲੀ ਰੁਪਏ ਅੱਜ ਮੈਨੂੰ ਉਹਦਾ 500-700 ਨਿਕਲਦਾ, ਉਹਨਾਂ ਟਾਈਮਾਂ 'ਚ 40-50 ਰੁਪਏ ਹਾਂਜੀ 50 ਰੁਪਏ ਫੀਸ ਸੀਗੀ, ਲੋਕ ਸਾਨੂੰ ਦਾਰੂ ਅਤੇ ਮੁਰਗਾ ਇੱਕ ਦੇ ਦਿੰਦੇ ਸੀ, ਉਹਦੇ ਨਾਲ ਵੀ ATM ਚੱਲਦਾ ਸੀਗਾ ਜੀ। ਹਾਂਜੀ ATM ਦਾ ਨਾਮ ਝੋਟਾ ਹੈ ਜੀ। ਚਲੋ ਹੁਣ ਥੋੜ੍ਹੀ ਜਿਹੀ ਗੱਲ ਆਪਾਂ ਸ਼ੇਅਰ ਕਰ ਹੀ ਦਿੰਦੇ ਹਾਂ, ਬੜੀ ਹਾਸੇ ਵਾਲੀ ਗੱਲ ਹੈ ਜੀ। ਜਦੋਂ ਪਹਿਲੀ ਵਾਰੀ ਬਾਈ ਜੀ ਨੇ ਕਬੂਤਰ ਲੈ ਕੇ ਆਉਂਦੇ ਸੀ, ਥੋੜ੍ਹੀ ਜਿਹੀ ਸੁਣਾਇਓ, ਹੁਣ ਆਪਣੀ ਗੱਲ ਸ਼ੋ ਹੋ ਹੀ ਗਈ। ਅਤੇ ਉਹ ਇੱਦਾਂ ਸੀਗਾ ਜੀ, ਸਾਡੇ ਝੋਟਾ ਸੀ, ਮੱਝਾਂ ਮੁਝਾਂ ਆ ਜਾਂਦੀ ਜੀ, 50 ਰੁਪਏ ਫੀਸ ਰੱਖੀ ਸੀ ਜੀ। ਅਤੇ ਉਹ ਬਾਈ ਡੈਡੀ ਸਾਡੇ ਇੱਧਰ ਉੱਧਰ ਹੋ ਗਏ, ਮੈਂ 2 ਮਿੰਟ 5 ਲਾਏ ਜੀ, ਆਪਾਂ 50 ਰੁਪਏ ਕਮਾਏ, ਜਾ ਕੇ ਮੀਤੇ ਘਰ ਚਲੇ ਗਏ ਜੀ। ਉੱਥੇ ਜਾ ਕੇ ਜੀ ਆਪਾਂ 50 ਰੁਪਏ ਉਹਨੂੰ ਦਿੱਤੇ, 2 ਕਬੂਤਰ ਲੈ ਲਏ ਜੀ। ਐਵੇਂ ਹੀ 10-ਕੁ ਦਿਨ ਬਾਅਦ ਫਿਰ ਫੈਮਿਲੀ ਇੱਧਰ ਉੱਧਰ ਹੋ ਗਈ ਜੀ, ਫਿਰ ਅਸੀਂ 40 ਫੇਰ ਕਮਾ ਲਏ ਜੀ। ਉਹ ਐਂ 40-40, 50-50 ਕਰਕੇ ਜੀ, ਉਹ ਪੈਸੇ ਉੱਥੋਂ ਜਿੰਨੇ ਜਿੰਨੇ ਆਈ ਜਾਣੇ ਜੀ, ਉਹਨੇ ਤੇ ਅਸੀਂ ਕਬੂਤਰ ਖਰੀਦੇ ਜਾਣੇ। ਇੱਕ ਮੈਂ ਜ਼ਿਕਰ ਕਰਨਾ ਚਾਹਾਂਗਾ, ਜਿਹਨੇ ਮੈਨੂੰ ਸ਼ੌਂਕ ਪਾਇਆ ਉਹ ਹੈਗਾ ਮੇਰੇ ਤਾਏ ਦਾ ਮੁੰਡਾ, ਨਾਮ ਹੈਗਾ ਉਹਦਾ ਮੋਂਟੂ, ਮੇਰੇ ਤਾਏ ਦਾ ਮੁੰਡਾ ਹੈ ਜੀ। ਉਹਨੇ ਇਹ ਸ਼ੌਂਕ ਪਾਇਆ, ਉਹ ਮੈਨੂੰ ਦੁਪਹਿਰੇ ਲੈ ਜਾਂਦੇ ਸੀ ਸਾਈਕਲ 'ਤੇ, ਇੱਥੋਂ ਦੀ ਘੱਟੋ ਘੱਟ 10 ਕਿਲੋਮੀਟਰ ਦਾ ਸਾਈਕਲ 'ਤੇ, ਦੁਪਹਿਰੇ ਸ਼ਿਗਰ ਦੁਪਹਿਰੇ ਚੱਕਰ ਕੱਟਣਾ ਜੀ ਪਿੰਡਾਂ 'ਚੋਂ, ਪੁੱਛ ਰਿਹਾ ਕਿੱਧਰ ਕਬੂਤਰ ਵਿਕ ਰਿਹਾ, ਕੋਈ ਵੇਚ ਰਿਹਾ, ਅਸੀਂ ਲੈ ਲੈਂਦੇ ਹਾਂ, ਲਿਆਉਣ ਕੇ ਇੱਥੇ ਆਪਾਂ ਛੱਡ ਦੇਣਾ ਪਿੰਡ 'ਚ ਜਾਂ ਆਪਣਾ ਲਾ ਲੈਣਾ। ਉੱਥੋਂ ਦੀ ਕਬੂਤਰ 'ਚ ਦੇਸੀ ਸੀਗੇ, ਕਾਫੀ ਟਾਈਮ ਮੈਂ ਦੇਸੀ ਕਬੂਤਰ ਰੱਖੇ, 5-6 ਸਾਲ ਕਬੂਤਰ ਦੇਸੀ ਰੱਖੇ। ਫਿਰ ਇੱਕ ਵਾਰੀ, ਚਲੋ ਮੈਂ ਗੱਲ ਸੁਣਾ ਹੀ ਦੇਣਾਗੇ, ਇੱਕ ਵਾਰੀ ਫਿਰ ਮੈਂ, ਸਾਨੂੰ ਕੋਈ ਬੰਦਾ ਗਿਆ ਲੰਗਰ ਛੰਨੀ ਹੈ ਜੀ, ਆਪਣੇ ਉਸਤਾਦ ਦਾ ਪਿੰਡ ਹੈਗਾ ਜੀ ਲੰਗਰ ਛੰਨੀ, ਸਾਨੂੰ ਪਤਾ ਲੱਗਾ ਵੀ ਉਹਨਾਂ ਕੋਲ 200-250 ਕਬੂਤਰ ਆ। ਅਸੀਂ ਉਹਨਾਂ ਕੋਲ ਚਲੇ ਗਏ ਜੀ, ਉਹਨਾਂ ਦੇ ਖੇਤਾਂ 'ਚ ਚਲੇ ਗਏ, ਉਹ ਗੰਨੇ ਦੀ ਗੁਡਾਈ ਕਰਦੇ ਸੀਗੇ, ਦੋਨੇ ਭਰਾ ਸੀ, ਇੱਕ ਦਾ ਨਾਮ ਬਿੰਦਰ ਹੈਗਾ, ਇੱਕ ਦਾ ਨਾਮ ਜੱਸੂ, ਦੋਨੇ ਸਾਡੇ ਭਰਾ ਹੀ ਨੇ, ਉਸਤਾਦ ਵੀ ਨੇ। ਅਤੇ ਉਹਨਾਂ ਨੂੰ ਮੈਂ ਕਿਹਾ ਜੀ ਕਬੂਤਰ ਚਾਹੀਦੇ ਨੇ, ਉਹ ਕਹਿੰਦੇ ਯਾਰ ਪਤਾ ਨਹੀਂ ਕੌਣ ਮੰਗਣ ਆ ਗਏ ਨੇ। ਅਸੀਂ ਉਹਨੂੰ ਮੈਂ ਦੱਸਿਆ, ਮੈਂ ਕਿਹਾ ਬੜੀ ਦੂਰੋਂ ਦੀ ਆਏ ਹਾਂ ਸਾਈਕਲ 'ਤੇ, ਇੱਥੋਂ ਦੀ ਘੱਟੋ ਘੱਟ 18-20 ਕਿਲੋਮੀਟਰ ਦੂਰ ਸਾਈਕਲ ਚਲਾ ਕੇ ਮੈਂ ਕਿਹਾ ਅਸੀਂ ਤੁਹਾਡੇ ਕੋਲ ਆਏ ਹਾਂ। ਉਹ ਕਹਿੰਦਾ, ਉਹਨੇ ਆਪਣਾ ਭਰਾ ਨੂੰ ਕਿਹਾ, ਕਹਿੰਦਾ ਯਾਰ ਬੱਚੇ ਨੇ, ਚਲੋ ਐਂ ਕਰੋ ਦੇ ਦਿਓ 2-4। ਉਹਨਾਂ ਦੇ ਖੁੱਡਿਆਂ 'ਤੇ ਚਲੇ ਗਏ ਜੀ, ਉਹਨਾਂ ਨੇ 5-6 ਸਾਨੂੰ ਦੇਸੀ ਕਲਸਰੇ ਕਹਿੰਦੇ ਸੀ ਜੀ ਜੀ, ਉਹ ਉਹਨਾਂ ਨੇ ਕਬੂਤਰ ਸਾਨੂੰ ਦੇ ਤੇ, ਅਸੀਂ ਲਿਆਣ ਕੇ ਉਹਨਾਂ ਦੇ ਬੱਚੇ ਕਢਾਏ ਜੀ, ਉਹ 40-45 ਕਬੂਤਰ ਕਰ ਲਏ ਜੀ। ਫਿਰ ਸਬੱਬ ਹੋਇਆ ਜੀ, ਮੈਂ ਥੋੜ੍ਹੀ ਪੜ੍ਹਾਈ 'ਚ ਮੈਨੂੰ ਲਾਈਫ ਬਣਾਉਣ ਦੇ ਅੰਦਰ ਜ਼ਿਆਦਾ ਥੋੜ੍ਹਾ ਇੰਟਰਸਟ ਲੱਗਾ, ਫਿਰ ਮੈਂ ਥੋੜ੍ਹੇ ਟਾਈਮ ਵਾਸਤੇ ਜੀ ਛੱਡਣੇ ਪੈ ਗਏ, ਛੱਡਣੇ ਪੈ ਗਏ। ਅਤੇ ਜਿੰਨੇ ਵੀ ਕਬੂਤਰ ਉਸ ਟਾਈਮ 35-40 ਸੀਗੇ ਜੀ, ਉਹ ਸਾਰੇ ਦੇ ਸਾਰੇ ਅਸੀਂ ਆਪਣੇ ਉਸਤਾਦ ਕੋਲ ਹੀ ਛੱਡਿਆ ਹੈ, ਉਹਨਾਂ ਕੋਲ ਹੀ ਛੱਡਿਆ ਹੈ। ਉਹਨਾਂ ਨੇ ਕਿਹਾ ਵੀ ਰਾਜ ਸਾਨੂੰ ਜ਼ਰੂਰਤ ਨਹੀਂ, ਤੁਸੀਂ ਲੈ ਜਾਓ, ਵੀ ਚਲੋ ਜੀ ਜੋ ਵੀ ਹੈਗਾ ਵੀ ਤੁਸੀਂ ਕਿਸੇ ਹੋਰ ਨੂੰ ਦੇ ਦਿਓ। ਮੈਂ ਕਿਹਾ ਵੀ ਤੁਹਾਡੀ ਨਸਲ ਆ, ਤੁਹਾਡੇ ਕੋਲੋਂ ਲੈ ਗਏ ਸੀਗੇ ਅਤੇ ਅਸੀਂ ਤੁਹਾਨੂੰ ਹੀ ਵਾਪਸ ਦੇ ਦਿੰਦੇ ਜੀ। ਬਾਕੀ ਉਸਤਾਦ ਲੋਕ ਆਪਣੇ ਜਿਹੜੇ ਹੈਗੇ ਨੇ ਉਹ ਆਏ ਹੋਏ ਨੇ ਇੱਥੇ ਸਾਰੇ, ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਆਸਤਾ ਆਸਤਾ ਜੀ। ਅਤੇ ਐਵੇਂ ਫਿਰ ਉਹ ਵਿੱਚੋਂ ਦੀ ਛੱਡਦੇ ਜੀ ਕਬੂਤਰ, 2-3 ਸਾਲ ਕਬੂਤਰ ਛੱਡਦੇ। ਫਿਰ ਉਹਨਾਂ ਅਸੀਂ ਕਿ ਪੜ੍ਹ ਲਈਏ ਯਾਰ, ਪੜ੍ਹਾਈ ਕਰੀਏ ਜੀ, ਕੋਲਜ ਪੂਰਾ ਕੀਤਾ ਜੀ, ਵਧੀਆ ਨੰਬਰਾਂ ਤੋਂ ਪੜ੍ਹਾਈ ਕੀਤੀ, ਕਰਨ ਤੋਂ ਬਾਅਦ ਫਿਰ ਆਪਣਾ ਆਸਤਾ ਆਸਤਾ ਫਿਰ ਰੱਖ ਲਏ ਜੀ। ਫਿਰ ਆਸਟ੍ਰੇਲੀਆ ਗਏ, ਉਦੋਂ ਛੱਡਤੇ 3 ਸਾਲ ਜੀ, 2005-6-7 'ਚ ਛੱਡਤੇ ਜੀ, 8 'ਚ ਫਿਰ ਰੱਖ ਲਏ, ਫਿਰ 8 ਤੋਂ ਬਾਅਦ ਛੱਡੇ ਨੇ ਜੀ। 8 ਤੋਂ ਬਾਅਦ ਹੁਣ ਕੰਟੀਨਿਊਸਲੀ ਚੱਲਦੇ ਹੀ ਹੈਗੇ ਨੇ। ਇੱਕ ਜਿਹੜਾ ਆਪਣਾ ਭਰਾ ਹੈਗਾ ਜਿਹਨੇ ਮੇਰੇ 14-15 ਸਾਲ ਹੋ ਗਏ ਜੀ, ਜਿਹਨੇ ਕਬੂਤਰ ਮੇਰੇ ਸਾਹਮਣੇ ਹੋਏ ਸੀਗੇ, ਪੁਰਾਣੇ ਕੀ ਨਵੇਂ। ਹਾਂਜੀ, ਅਗਲਾ ਜਿਹੜਾ ਸਵਾਲ ਹੈ ਤੁਹਾਨੂੰ ਆਪਾਂ ਕਰਦੇ ਹਾਂ, ਜਦੋਂ ਤੁਸੀਂ ਪਹਿਲੀ ਬਾਜੀ ਕਿੱਥੋਂ ਛੱਡੀ, ਕਿੰਨੀ ਉਮਰ ਸੀ ਉਦੋਂ ਤੁਹਾਡੀ ਜਦੋਂ ਤੁਸੀਂ ਪਹਿਲੀ ਬਾਜੀ ਛੱਡੀ ਸੀ? ਪਹਿਲੀ ਬਾਜੀ ਛੱਡੀ ਸੀਗੀ ਜੀ ਭਾਅ ਜੀ 1999-2000 ਦੇ ਆਸ ਪਾਸ, ਐਗਜੈਕਟ ਮੈਨੂੰ ਡੇਟ ਯਾਦ ਨਹੀਂ ਹੈਗੀ ਜੀ। ਪਹਿਲੀ ਬਾਜੀ ਛੱਡੀ ਸੀ ਪਿੰਡ ਕੋੜਵੇ, ਚਿੱਟੀ ਕਬੂਤਰੀ ਸੀਗੀ ਕਾਲੀਆਂ ਅੱਖਾਂ ਦੀ। ਉਸ ਟਾਈਮ UP ਵਾਲੇ ਕਾਫੀ ਇੱਧਰ ਆਣ ਕੇ ਕਬੂਤਰ ਉਡਾਉਂਦੇ ਸੀਗੇ ਆਪਣੇ, ਅਤੇ ਉਹਨਾਂ 'ਚੋਂ ਇੱਕ ਮਿਕਸ ਘਰ ਦੀ ਪੱਠੀ ਸੀਗੀ, ਉਹ ਕਬੂਤਰੀ 5 ਵਜੇ ਬਹਿ ਗਈ ਸੀਗੀ ਜੀ। ਦਿਨ ਜ਼ਿਆਦਾ ਕੈੜਾ ਵੀ ਨਹੀਂ ਸੀਗਾ, ਸਾਨੂੰ ਉਹ ਤਾਂ ਦਾਣੇ ਵੀ ਨਹੀਂ ਸੀ ਆਉਂਦੇ, ਸਾਨੂੰ ਪਤਾ ਹੀ ਨਹੀਂ ਸੀਗਾ ਕੀ ਕਰਨਾ, ਅਸੀਂ ਤਾਂ ਉਹੀ ਬਦਾਮਾਂ ਨਾਲ ਰਜਾਈ ਕਬੂਤਰੀ ਜਾ ਕੇ ਛੱਡਤੀ, ਘਰ ਫਿਰਦੇ ਸੀ 4 ਘੰਟੇ। ਸਾਨੂੰ ਐਂ ਸੀਗਾ ਵੀ 1:30-2 ਵਜੇ ਤੋਂ ਕਬੂਤਰ ਉੱਡ ਗਈ ਤਾਂ ਅਸੀਂ ਖੁਸ਼ ਹੋ ਜਾਂਦੇ, 5 ਵਜੇ ਉਹ ਕਬੂਤਰੀ ਬੈਠੀ। ਔਰ ਸਾਡੇ ਵਾਸਤੇ ਤਾਂ ਸੀਗੀ ਵੀ ਜਿਹੜੇ ਕਬੂਤਰ ਅਸੀਂ 2-3 ਘੰਟੇ ਤੋਂ ਜ਼ਿਆਦਾ ਕਦੇ ਡਾਏ ਹੀ ਨਹੀਂ, ਸਾਡੇ ਉੱਡੇ ਹੀ ਨਹੀਂ, ਅਤੇ ਉਹ ਸਵੇਰੇ 7 ਤੋਂ ਲੈ ਕੇ ਜੀ 5 ਵਜੇ ਤੱਕ ਕਬੂਤਰੀ ਉੱਡ ਗਈ। ਅਸੀਂ ਤਾਂ ਘਰ ਆ ਕੇ ਜੀ, ਅਸੀਂ ਉਹ ਬੜੇ 13-14 ਮਿੰਟ ਰਾਤ ਰਹਿ ਗਏ ਜੀ, ਅਸੀਂ ਉਹਨਾਂ ਰਾਤ ਰਹਿਣ ਵਾਲਿਆਂ ਦੀ ਪ੍ਰਵਾਹ ਨਹੀਂ ਕੀਤੀ। ਅਸੀਂ ਕਿਹਾ ਨਾ, ਅਸੀਂ ਸਾਡੀ ਕਬੂਤਰੀ ਇੰਨੀ ਜਿੱਤ ਗਈ, ਅਸੀਂ ਤਾਂ ਟਿਕੇ ਹੀ ਨਹੀਂ ਸੀ, ਅਸੀਂ ਤਾਂ ਜੀ ਪੈਰ ਹਰੇ ਨਹੀਂ, ਹਰੇ ਕੀ ਸਮਝੋ, ਪਰ ਸਾਡੇ ਪੈਰ ਨਹੀਂ ਲੱਗੇ ਜ਼ਮੀਨ ਤੇ, ਮਨ 'ਚ ਖੁਸ਼ੀ ਹੋ ਬਸ ਵੀ ਇੰਨੀ ਕਬੂਤਰੀ ਉੱਡ ਗਈ, ਪਤਾ ਨਹੀਂ ਕੀ ਹੋ ਗਿਆ ਜੀ।
ਉਸ ਤੋਂ ਬਾਅਦ ਜ਼ਿਕਰ ਕੀਤਾ ਤੁਸੀਂ ਆਪਦੇ ਉਸਤਾਦ ਜੀ ਦਾ। ਹਾਂਜੀ, ਇਹ ਭਰਾ ਵੀ ਨੇ ਜੀ, ਆਪਣੇ ਉਸਤਾਦ ਵੀ ਲਾ ਲਓ ਤੁਸੀਂ। ਅਤੇ ਜੇ ਕੋਈ ਉੱਨੀਕੀ ਹੋ ਜਾਂਦੀ ਕਬੂਤਰਾਂ 'ਚ ਜਾਂ ਕੋਈ ਪੁੱਛਣਾ ਹੈ ਜਾਂ ਕੁਛ ਵੀ ਹੈ, ਇਹਨਾਂ ਨੂੰ ਫੋਨ ਕਰ ਲਈਦਾ ਅਤੇ ਇਹ ਆਣ ਕੇ ਆਪ ਹੀ ਆ ਜਾਂਦੇ ਨੇ ਅਤੇ ਜਿਵੇਂ ਗਾਈਡ ਕਰਦੇ ਨੇ ਸਾਨੂੰ। ਕਬੂਤਰ ਵੀ ਲੈ ਕੇ ਆਏ ਇਹਨਾਂ ਤੋਂ? ਨਾ ਜੀ, ਕਦੇ ਕਬੂਤਰ ਨਹੀਂ ਲੈ ਕੇ। ਨਾ, ਬਹੁਤ ਵਧੀਆ ਗੱਲ ਹੈ ਜੀ ਕਿ ਉਸਤਾਦ ਨੇ ਜੋ ਕਿ ਸਾਡੇ ਨਾਲ ਇਹਨਾਂ ਨੇ ਕਾਫੀ ਪਹਿਲਾਂ ਜ਼ਿਕਰ ਕੀਤਾ ਸੀ। ਆਪਦਾ ਕੁਛ ਦੱਸੋ ਜੀ, ਕਿਵੇਂ ਇਹਨਾਂ ਦਾ ਸੁਭਾਅ ਤੁਹਾਨੂੰ ਲੱਗਦਾ, ਤੁਹਾਡੀ ਦੋਸਤੀ ਕਿਵੇਂ ਹੋਈ, ਤੁਹਾਨੂੰ ਦੋਸਤੀ ਕਿਵੇਂ? ਆਏ ਵੀਰ ਛੋਟਾ ਜ਼ਿਆਦਾ ਜੀ, ਇਹਨੇ ਪਹਿਲਾਂ ਦੱਸਿਆ ਵੀ ਮੈਂ ਲੰਗਰ ਛੱਡਣ ਗਿਆ ਤਾਂ ਜੀ, ਤੋ ਆਪਾਂ ਦੋਨੋਂ ਭਰਾ ਖੇਤਾਂ 'ਚੋਂ ਜੱਟਾਂ ਜੀ ਜੀ, ਤੋ ਕੰਮ ਕਰਦੇ ਸੀ ਗੰਨੇ ਦੀ ਗੁਡਾਈ ਦੀ ਦੁਪਹਿਰ ਕੇ 12 ਵਜੇ ਰਹੇ ਸੀ ਜੀ। ਬਹੁਤ ਧੁੱਪ ਸੀ, ਥੋੜਾ ਬੱਚਾ ਇੱਕ ਹੋਰ ਤਾਂ ਜਿਸਕੇ ਨਾਲ ਮੈਂ ਕੋਈ ਨਾਂ ਨਹੀਂ ਜਾਣਦਾ। ਹਾਂਜੀ ਹਾਂਜੀ, ਰੋਮੀ ਸੀਗਾ। ਤੋ ਉਹਨੇ ਲਾਲ ਮੂੰਹ ਹੋ ਰਹੇ, ਜਮੀ ਸੁਰਖ ਜੀ, ਪਹਿਲੀ ਸੁਥਰੇ ਬਹੁਤ ਆ ਜੀ। ਤੋ ਮੈਂ ਦੇਖਿਆ ਮਾਂ ਪੁੱਤਰ ਬੈਠੋ, ਤੋ ਚੌਂਕਾ ਪੇਡਾ ਤੇ ਕਥੱਲੇ ਬਹਿ ਗਏ। ਤਾਂ ਲੱਗੇ ਕਹਿਣ, ਅੰਕਲ ਜੀ ਮੈਨੂੰ ਕਬੂਤਰ ਚਾਹੀਦਾ, ਮੈਂ ਪਹਿਲਾਂ ਪਾਣੀ ਪੀਓ, ਪਾਣੀ ਪੂਣੀ ਪਿਲਾਇਆ ਜੀ, ਪਹਿਨ ਕੇ ਨਾਲ ਘਰਾਂ ਨੂੰ ਆ ਗਏ। ਮੈਂ ਕਦੀ ਨਹੀਂ ਪਹਿਲਾਂ ਜਾਣਦਾ ਵੀ ਇਹਨਾਂ ਨੂੰ ਪੁੱਛ ਲਿਓ ਜਾਂ ਮੁੰਡੇ ਨੂੰ। ਇਹਨੇ ਦੱਸਿਆ ਜੀ ਮੈਂ ਕਲੇਸ਼ ਪੜਤਾ ਔਰ ਮੈਨੂੰ ਕਬੂਤਰਬਾਜ਼ੀ ਦਾ ਸ਼ੌਕ। ਤੋ ਆਪਣੇ ਪਾਸ ਹੀ ਜਦ ਵੀਰ ਥੇ ਨੇ ਛੱਪਕੇ ਗਹਿਰੇ ਕਲਸੇ ਹਰੇ ਨੇ ਕਬੂਤਰ ਦੇ ਜੀ ਛੱਤ ਵਾਲੇ ਜੀ, ਛੱਤ ਵਾਲੇ। ਹਾਂ, ਇਹਨਾਂ ਕਦੇ ਸ਼ੌਕ ਜੀ ਮੈਨੂੰ 17 ਸਾਲ 'ਤੇ ਪਿਆ ਜੀ, ਤਹਿਦਾਰਾਂ ਦਾ ਜਿਹੜੇ ਪੰਜਾਬੀ ਬੋਲਦੇ ਆ ਕਬੂਤਰ ਦਿਖਾਏ। ਮੈਨੂੰ ਜਾਲ ਜੂਲ ਬੜੇ ਲਾਏ ਗਏ, ਬੜਾ ਸ਼ੌਕ ਤਾ ਮੈਂ, ਮੇਰੇ ਖਿਆਲ ਜੀ 8-9 ਸਾਲ ਹੈਗਾ ਤਾ ਜਦ ਮੈਨੇ ਕਬੂਤਰ ਰੱਖ ਲਿਆ। ਤੋ ਪਹਿਲਾਂ ਕਿਸੇ ਦੇ ਨੇੜੇ ਚਲੇ ਜਾਂ ਤੇ ਉੱਧਰ ਚਲੇ ਜਾਂ ਤੇ ਫਿਰ ਘਰ ਕੇ ਲੱਗੇ ਗਣਕੇ ਆਪਣੇ ਘਰੇ ਲੱਗ, ਕਿਸੇ ਦੇ ਨੇੜਾ ਨਹੀਂ ਜਾਣਾ। ਤੋ ਮੇਰੇ ਧਿਆਨ ਨਹੀਂ ਖਾਣੀ, ਮੈਨੂੰ 6 ਜੋੜੀਆਂ ਦਿੱਤੀ ਜੀ, ਖਾਣੀ 7 ਦਿੱਤੀ। ਹਾਂਜੀ, ਉਹ ਕਬੂਤਰ ਮੈਂ 2 ਜੋੜੀਆਂ 2 ਪੱਠੇ 6 ਕਬੂਤਰ ਇਹਨਾਂ ਨੇ ਮੈਨੂੰ ਦਿੱਤੇ ਜੀ ਉਸ ਟਾਈਮ। ਤੋ ਮੇਰੇ ਮਤਬਲ ਨੇ ਰੱਖੇ ਨੇ ਕਬੂਤਰ ਜਾਈ ਆਏਂਗੇ ਆਪਾਂ। ਤੋ ਇਹਨਾਂ ਨੇ ਫਿਰ ਜਾਣ ਦਾ ਪ੍ਰੋਗਰਾਮ ਵੀ ਸਕੂਲ 'ਚ ਪੜ੍ਹਨਾ ਹੈ, ਕੋਈ ਲਾਈਨ 'ਤੇ ਲੱਗਣਾ, ਚਲੋ ਸਾਰਾ ਕੰਮ ਦੇਖਣਾ ਪਵਾ ਜੀ। ਜਿਹਦੇ ਕਿ ਡੈਡੀ ਥੇ ਉਹ ਬੜੇ ਮਿਹਨਤੀ ਥੇ, ਕਬੂਤਰਾਂ ਦੇ ਨੱਕ 'ਤੇ ਵੀ ਕਰਦੇ ਗਏ ਬਹੁਤ ਜ਼ਿਆਦਾ, ਵੀ ਹੋਰ ਕਰ ਲਏ ਤੋ ਕੁਛ ਯਾਰ ਕਬੂਤਰ ਨਾ ਰੱਖੇ। ਉਹ ਕਹਿ ਰਿਹਾ ਡੈਡੀ ਮੈਨੇ ਰੱਖਣੀ ਰੱਖਣੀ, ਮੈਨੂੰ ਸ਼ੌਂਕ ਪੈ ਗਿਆ। ਚਲੋ ਘਰ ਕਹਿੰਦੀ ਮੰਮੀ ਚੰਗੀ ਤੇ ਜਿਹਨੇ ਸਮਝ ਆਇਆ ਸਮਝਿਆ ਤੇ ਮਤਲਬ ਦੇ ਰੱਖ। ਤੋ ਜਦ ਉਹ ਥਾਵੇਂ ਬਾਹਰ ਗਏ, ਇਹਦਾ ਪ੍ਰੋਗਰਾਮ ਬਣ ਗਿਆ ਜੀ ਬਾਹਰ ਜਾਣਾ। ਤੋ ਜਿਹਨੇ ਕਬੂਤਰ ਵੀ ਦੇਖੇ 30-35 ਮੇਰੇ ਗਾਲ ਹੀ ਸੀ ਹੁਣੇ, ਹਾਂ 30-35 ਤੇ ਆਪ ਭਰ ਕਾ ਜੀ ਥੈਲੇ 'ਚ ਮੇਰੇ ਕੋਲ। ਮੈਂ ਇਹਨਾਂ ਨੂੰ ਦੇਤੇ ਜੀ, ਮੈਂ ਕਿਹਾ ਜੀ ਵਾਪਸ। ਮੈਂ ਕਿਹਾ ਵੀਰ ਕੋਈ ਗੱਲ ਨਹੀਂ, ਤੋ ਕਬੂਤਰ ਆਪਣੇ ਪਾ 100-150 ਮਿਲਦਾ। ਤੋ ਐਸਾ ਕਰੋ, ਤੂੰ ਆਪਣੇ ਕਿਸੇ ਯਾਰ ਦੋਸਤ ਨੂੰ ਦੇ ਦੇ ਜਿਹੜਾ ਤੇਰੇ ਨਾਲ ਲੱਗਦਾ। ਦੇਖ ਇਕੱਲਾ ਬੰਦਾ ਤੈਨੂੰ ਰੱਖਦਾ ਨਹੀਂ ਵੀਰ, ਠੀਕ 2-3 ਤੋਂ ਬੰਦੇ ਵੜਦੇ ਰਹਿੰਦੇ ਆ। ਤੋ ਕਹਾਂ ਨਾ ਜੀ, ਮੈਂ ਤੇਰੀ ਇਮਾਨਤਾ ਤੈਨੂੰ ਦੇਣਾ। ਮੈਂ ਕਿਹਾ ਭਾਈ ਛੱਡ ਜਾ। ਤੋ ਜੀ ਫਿਰ ਨੇਪਾਲ ਨੂੰ ਨਿਕਲ ਗਏ, ਬਾਹਰ ਨਿਕਲ ਗਿਆ ਵੀਰ ਕਾ ਇਤਨਾ ਸੀ ਉਹ ਦਿੰਦੇ ਆ ਜੀ ਨੇ ਪਿੰਡਾਂ ਨੂੰ। ਇਹ ਇਕੱਲਾ ਬੰਦਾ ਆ ਜੀ, ਆਪਣੇ ਇੱਥੇ ਕੋਈ ਇਤਨੇ ਗੁੰਜਾਇਸ਼ਦਾਰ ਬੰਦੇ ਨਹੀਂ ਆ ਜਿੱਥੇ ਥਾਰੇ ਪੰਜਾਬ ਮਾ ਨਾ ਜੀ, ਸਾਰੇ ਪੰਜਾਬੀ ਬਾਹਰ ਨੂੰ ਗਏ ਵੀ। ਆਪਣੇ ਜਿਹੜੇ ਬੰਦੇ ਬਾਹਰ ਨੂੰ ਗਏ ਉਹਨੂੰ ਕਬੂਤਰਾਂ ਦਾ ਸ਼ੌਂਕ ਨਹੀਂ, 10 ਰੁਪਈਏ ਨਹੀਂ ਵਿੱਚ ਮੈਂ ਜੋੜਦੇ। ਇਹ 2 ਸਾਲ ਤੇ ਗੇਮਾਂ ਕਰਾਉਂਦਾ ਜੀ, ਪਿੱਛਾਂ ਨੇ ਮੋਟਰਸਾਈਕਲਾਂ ਦਿੱਤੀ, ਟਰੋਫੀਆਂ ਦਿੱਤੀ, ਜਿੱਡੀ ਵੱਡੀ ਵੱਡੀ ਟੋਟੀ ਦਾ ਕੋਈ ਖਰਚਾ ਨਹੀਂ ਕਿਸੇ 'ਤੇ ਵੀ ਲਿਆ, ਕਿਸੇ 'ਤੇ ਵੀ ਆਪਣੇ ਪੱਲੋਂ ਟੈਂਟ ਲਾਉਣਾ, ਲੁਹਾਈ ਬੁਲਾਉਣੇ, ਬਹੁਤ ਚੰਗੀ ਮਦਦ ਸੀ। ਵੀ ਕਦੋਂ ਜੀ ਨੇ ਜਿਪਸੀ ਰੱਖ ਲਈ, ਅਗਲੇ ਕਹਿੰਦਾ ਅਗਲੇ ਸਾਲ ਨੂੰ 20 ਨੂੰ ਤੋਂ ਮੈਂ ਟਰੈਕਟਰ ਵੀ ਰੱਖ ਲਿਆ। ਮਤਲਬ ਮੈਂ ਇਸ ਬੰਦੇ ਨੂੰ ਵਧਾਈਆਂ ਦਿੰਦਾ ਜੀ, ਇਸਕੇ ਮਤਲਬ ਮਨ ਨੂੰ, ਇਸਕੇ ਜਿਤਨਾ ਮਤਲਬ ਇਤਨਾ ਪੈਸਾ ਜਿਹੜਾ ਬੰਦਾ ਇਕੱਲਾ ਖਰਚ ਰਿਹਾ ਜੀ, ਕੋਈ ਬੰਦਾ ਖਰਚਦਾ ਨਹੀਂ ਇਹਦੇ ਪਾ ਜੀ। ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਇਹਨੇ, ਮਤਲਬ ਗਰਮੀ ਕੇ ਮਹੀਨੇ ਚਲੋ ਹੀ ਪਾ ਗਏ ਨੇ, ਇਹਨੇ ਲੱਗਦੀ ਮੈਂ ਹੀ ਆਉਣਾ ਜੀ। ਜਿਹੜੇ ਪਾ ਇਤਨਾ ਪੈਸਾ ਸਾਰੇ ਹੋਸਟਲ ਚੱਲ ਰਹੇ ਆ ਜੀ, ਉਹਨੇ ਕਬੂਤਰਬਾਜ਼ੀ ਦਾ ਸ਼ੌਂਕ, 1 ਮਹੀਨਾ ਇਹਨੇ ਇੱਥੇ ਲਾ ਲਿਆ, ਫਿਰ ਉੱਧਰ ਚਲਿਆ ਜਾਣਾ। ਬਾਕੀ ਆਪਣੀ ਕੌਲ ਹੁੰਦੀ ਰਾਜ ਵੀਰ ਕੋਲ, ਆਹ ਵੀ ਕਿਆ ਕਰ ਰਹੇ ਹਾਂ, ਕਿੱਥਾਂ ਕਿੱਦੇ ਕਬੂਤਰਾਂ, ਕਿਸ ਤਰ੍ਹਾਂ ਕਬੂਤਰ ਤਿਆਰੀ ਕਿੱਤਰੀ ਚੱਲਦੀ ਆ। ਮੈਂ ਕਿਹਾ ਜੀ ਫੁੱਲ ਤਿਆਰੀ ਆ, ਮੈਨੂੰ ਫਿਰ ਆਪਾਂ ਦਿਖਾ ਵੀ ਦਿੰਦੇ ਹਾਂ। ਤੀਸਰੇ ਚੌਥੇ ਦਿਨ ਜੀ ਮੇਰਾ ਗੇੜਾ, ਮੇਰੇ 12 ਨਿਆਣੇ ਆ ਜੀ, 2 ਨਿਆਣੇ ਤਾਂ ਆਪਾਂ ਨਹੀਂ ਕਹਿੰਦੇ ਚੇਲੇ, ਸਾਰੇ ਇੱਕ ਤੇ ਇੱਕ ਟੋਪ। ਆਪਾਂ ਨੇ ਇਹ ਵੀ ਨਹੀਂ ਦੇਖਿਆ ਵੀ ਜੱਟਾਂ ਦਾ ਬਣਾਉਣਾ, ਸਿੱਖਾਂ ਦਾ ਬਣਾਉਣਾ। ਮਨ 'ਤੇ ਸਾਫ਼ ਬੰਦਾ ਆ ਜਾਓ, ਚਾਹੇ ਕੋਈ ਬਾਲਮੀਕੀ, ਮਤਲਬ ਦਿਲ ਤਾਂ ਸਾਫ਼ ਹੋ ਜਾਵੇ। ਬਹੁਤ
ਇਹ ਜਿਹੜਾ ਇਹਨਾਂ ਦਾ ਵਿਚਾਰ ਹੈ ਜੀ, ਵੇਖੋ ਨਹੀਂ ਤਾਂ ਆਮ ਬੰਦੇ ਪੈਸੇ ਵਾਲਾ ਹੋਰ। ਤੁਹਾਡੀ ਬਹੁਤ ਵਧੀਆ ਗੱਲ ਲੱਗੀ ਹੈ ਜੀ, ਜਿਹੜਾ ਵੀ ਕੋਈ ਵੀ ਹੋਵੇ ਇਮਾਨਦਾਰ ਹੋਵੇ। ਹਾਂਜੀ, ਵਧੀਆ ਜਿਹੜੀ ਆ ਗੱਲ, ਚਲੋ ਦੇਖੋ ਜੀ, ਮੇਰੀ ਗੱਲ, ਮੇਰੀ ਗਰੀਬੀ ਬਣੀ ਵੀ ਹੈ। ਹਾਂਜੀ, ਤੋ ਕਿਸੇ ਨੂੰ ਸ਼ੌਂਕ ਲੱਗਿਆ, ਅਗਲਾ ਚੈਨ ਕੜਾ ਪਾ ਨਹੀਂ ਸਕਦਾ, ਤੋ ਉਸਕਾ ਤਾਂ ਕਬੂਤਰਬਾਜ਼ੀ ਸ਼ੌਂਕ ਖਤਮ ਹੋ ਗਿਆ। ਤੋ ਜਿਸ ਤਰ੍ਹਾਂ ਮੇਰਾ ਵੀਰ ਕਹਿੰਦਾ ਛੋਟਾ ਸਾ, ਮੈਂ ਛੋਟਾ ਸਾ ਕਿਸਾਨ, ਅਤੇ ਕਹਾਂ ਤਾਂ ਬੰਦੇ ਕੋਈ ਪਤਾ ਨਹੀਂ ਕਿ ਕਿੱਥੇ ਦੇ ਕਿੱਥੇ ਲੰਘ ਜਾ। ਤੋ ਜਿਹੜੇ ਆਪਣੇ ਵਿਚਾਰ ਆ, ਆਪਣੇ ਕੋਲ 'ਚ 12 ਨਿਆਣੇ ਆ। ਇੱਕ ਜੀ ਇੱਕ ਸਵਾਲ ਤੁਹਾਨੂੰ ਹੋਰ ਪੁੱਛਦੇ। ਹਾਂਜੀ ਪੁੱਛ। ਕਈ ਵਾਰੀ ਹੁੰਦਾ ਵੀ ਗੁਰੂ ਨਾਲੋਂ ਚੇਲਾ ਅੱਗੇ। ਹਾਂਜੀ, ਬੱਜ ਜਾਂਦਾ, ਕਹਾਵਤ ਬਣੀ ਵੀ ਆ, ਗੁਰੂ ਨਾਲੋਂ ਚੇਲਾ ਅੱਗੇ। ਤੁਹਾਡੇ ਐਕਸਪੀਰੀਅੰਸ ਜਿੰਨਾ ਕਿਸੇ ਨੂੰ ਤੁਸੀਂ ਦਿੱਤਾ ਹੋਊਗਾ, ਹਾਂਜੀ, ਗੁਰੂ ਵਾਲਾ, ਤੁਹਾਡੇ ਤੋਂ ਵੀ ਵੱਧ ਕੇ ਕੋਈ ਅੱਗੇ ਗਿਆ? ਹਾਂਜੀ, ਮੇਰਾ ਚੇਲਾ ਲੰਘ ਗਿਆ, ਲੰਘ ਗਿਆ ਜੀ। ਹਾਂਜੀ, ਮੇਰੇ ਕੋਲ ਆ ਗਈ ਬਿਮਾਰੀ ਜੀ। ਜ਼ਰੂਰ ਨਾਂ ਉਹਦਾ ਸਾਡੇ ਟੀਵੀ 'ਤੇ। ਹਾਂਜੀ, ਜ਼ਰੂਰ ਨਾਂ ਦੋ। ਕੌਣ? ਜੀਤਾ ਕੇਸਰੀ ਜੀ, ਟਿੰਕੂ ਦੁੱਬੜੇ ਜੀ, ਉਹ ਜੀ ਕਾ ਅੱਗੇ ਲੰਘ ਗਏ ਮੇਰੇ ਦੇ। ਬਾਕੀ ਕੰਪੀਟੀਸ਼ਨ ਬਰੋਬਰ ਚੱਲਦਾ ਰਿਹਾ। ਕੀ ਚੀਜ਼ ਵੇਖੀ ਤੁਸੀਂ ਉਹਨਾਂ 'ਚ ਆਪਦੇ ਤੋਂ ਅੱਗੇ ਜਾਣ? ਉਹਨ ਕੀ ਜੀ, ਮਿਹਨਤ ਬਹੁਤ ਹੈ, ਮਤਲਬ ਕੰਮ ਕਾਜ ਵੀ ਕਰਦੇ ਆ ਬੰਦੇ ਜੀ, ਫੈਕਟਰੀ 'ਚ ਲੱਗਿਆ ਜੀ, ਕੰਪਨੀ 'ਚ ਬੰਦਾ ਟਿੰਕੂ। ਤੋ ਅੱਛਾ, ਆਪਣੇ ਨੇ ਆਪਣੇ ਮਨ 'ਤੇ ਵੀਰੇ ਕੋਈ ਆਪਣੇ ਕਪਟ ਨਹੀਂ ਰੱਖਿਆ, ਜਿਹੜੇ ਮਤਲਬ ਅੱਜ ਦੇਖ ਲਓ ਵੀਰ, ਆਪਣੀ ਆਪਣੀ ਜਿਤਨੀ ਨੌਜਵਾਨ ਮਤਲਬ ਬੱਚੇ ਆ, ਨਿਆਣੇ ਕੁੜੀਆਂ, ਤੋ ਜਦ ਸ਼ਾਦੀ ਹੋ ਜਾ ਤੋ ਮੁੰਡਾ ਜਾਂ ਕੁੜੀ ਆਪਣੇ ਦੂਜੇ ਪਰਿਵਾਰ ਨੂੰ ਜੁੜ ਜਾਂਦਾ ਜੀ। ਤੋ ਮੇਰੇ ਜਿਤਨੇ ਨਿਆਣੇ ਹਨ, ਕਿ ਜਿਸ ਤਰ੍ਹਾਂ ਆਪਣਾ ਵੀਰ ਆਸਟ੍ਰੇਲੀਆ 'ਤੇ ਆਏ ਕੱਲ੍ਹ, ਡੈਡੀ ਆ ਘਰਾਂ, ਦਾਦਾ ਜੀ ਹੈ, ਉਹਨੂੰ ਆ ਕੇ ਇਹਨੇ ਪੈਰਾਂ ਨੂੰ ਹੱਥ ਲਾਇਆ, ਤੋ ਇੱਕ ਦੋ ਦਿਨ ਸਤਿ ਸ਼੍ਰੀ ਅਕਾਲ ਬੁਲਾ ਲਈ, ਤੋ ਉਸ ਤੋਂ ਬਾਅਦ ਫਿਰ ਜਲਦੀ ਜਲਦੀ ਮੈਂ ਪੈਰਾਂ ਪੂਰਾਂ ਨੂੰ ਹੱਥ ਨਹੀਂ ਲਾਉਂਦੇ ਬੰਦੇ ਕੋਈ ਵੀ ਹੈ, ਜਿਹੜੇ ਬਾਹਰ ਦੇ ਆ ਗਏ ਚੰਦਰ 'ਤੇ ਵੀ ਆ ਗਏ, ਪਰ ਫੌਜੀ ਆ ਗਿਆ। ਤੋ ਮੇਰੇ ਨਿਆਣੇ 150 ਬੰਦਿਆਂ ਵਾਲੀਆਂ ਆ ਕੇ ਉਹਨੇ ਉਹ ਨਹੀਂ ਦੇਖਣਾ ਵੀ ਬੰਦੇ ਕੋਲ ਖੜ੍ਹੇ ਆ। ਉਸਤਾਦ ਜੀ ਸਤਿ ਸ਼੍ਰੀ ਅਕਾਲ। ਕੋਈ ਬੱਚਾ ਨਹੀਂ ਲਾਉਂਦਾ ਆਪਣੇ ਮਾਂ ਪਿਓ ਨੂੰ, ਤੂੰ ਹੀ ਦੇਖ ਰਹੇ ਹੋ ਜੀ। ਤੋ ਜੇ ਉਹਨਾਂ 'ਤੇ ਮੈਂ ਕਪਟ ਰੱਖਾਂ, ਤੋ ਮੇਰੀ ਦੇਹ ਮੈਂ ਕਿਹੜੇ ਨਹੀਂ ਪਾਵਾਂਗਾ? ਜਾਂ ਚੇਲਾ ਨਾ ਬਣਾਓ। ਮੈਂ ਦੇਖਿਆ ਵੀਰੇ, ਚਲੋ ਮੇਰੀ ਬਾਤ ਦਾ ਕੋਈ ਗੁੱਸਾ ਨਾ ਕਰਿਓ, ਸਾਰੇ ਕਬੂਤਰਬਾਜ਼ਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਆਖਦਾ ਹੈ। ਪੰਜਾਬ ਦੇ ਰੂਲ ਆ ਗਏ, 2-2 ਸਾਲ ਕਿਸੇ ਨੂੰ ਕੁਛ ਨਹੀਂ ਦੱਸਦੇ, ਖੁੱਡੇ ਸਾਫ਼ ਕਰਾਉਂਦੇ ਆ, ਉਹਨੂੰ ਦੇਖਦੇ ਹਾਂ ਵੀ ਹਾਂ ਕਿੱਥੇ ਤੱਕ ਮੇਰੀ ਨਾਲ ਚਲਾ। ਤਾਂ ਬੰਦੇ ਤੋਂ ਵੈਸੇ ਠੀਕ ਆ ਉਹਨਾਂ ਵਿਚਾਰ ਜੀ, ਪਰ 2 ਸਾਲ ਤੱਕ ਤਾਂ ਬੰਦਾ ਉਹੀ ਭੱਜ ਜਾ ਕਿਧਰੀ। ਬਿਲਕੁਲ ਜੀ, ਅੱਜ ਕੱਲ੍ਹ ਸਮਾਂ ਤੇਜ਼ੀ ਦਾ ਹੋ ਗਿਆ। ਅੱਛਾ, ਤੇਜ਼ੀ ਪਤਾ ਕੀ ਹੈ ਜੀ, ਆਪਣੇ ਇੱਦਾਂ ਮਤਲਬ ਇੰਟਰੀ ਹੁੰਦੀ ਤੀ 700-800, ਪੰਜਾਬ 2000-2200 ਚੱਲਦੀ ਤੀ ਇੱਧਰ ਨੂੰ ਕਿਲਾ ਰਾਏ, ਪਰ ਤਾਂ ਮਸ਼ਹੂਰ ਤੋਂ ਉਹੀ ਹੈ ਜ਼ਿਆਦਾ। ਤਾਂ ਮੈਂ ਰੰਗੀਆਂ ਵੀ ਕਬੂਤਰ ਛੱਡਿਆ ਜੀ, ਪਹਿਲੀ ਵਾਰ ਮੇਰੀ ਇੰਟਰੀ ਨਹੀਂ ਹੋਵਾ, ਮੈਨੂੰ ਟੈਕ ਪੈ ਗਿਆ ਤਾ ਵੀਰ, ਟੈਕ ਪੈਣੇ ਕਰਕੇ ਜੀ ਮਨ ਨੇ ਫਿਰ, ਭਾਈ ਹੈ ਮੇਰਾ ਛੋਟਾ ਬ੍ਰਦਰ, ਮੈਂ ਉਹਨੂੰ ਕਿਹਾ ਯਾਰ ਮੇਰਾ ਪਤਾ ਨਹੀਂ ਵੀ ਅੱਗੇ ਟਾਈਮ ਨਿਕਲਾ ਜਾਂ ਨਹੀਂ ਨਿਕਲਾ, ਪਰ ਮੈਨੂੰ ਕਬੂਤਰਬਾਜ਼ੀ ਦਾ ਸ਼ੌਂਕ ਆ, ਮੈਂ ਕਿਲਾ ਰਾਏ ਪਰ ਕੀ ਇੰਟਰੀ ਭਰ ਦਿਆ। ਉਹ ਕਹਾ ਭਾਈ ਤੈਨੂੰ ਪੈਸੇ ਦੇਣੇ ਤੂੰ ਗੁਰਦੁਆਰੇ ਹੁੰਦੀ ਹੈ, ਤੇਰਾ ਮਹਾਂ ਕਿਆ ਵੱਡਦਾ? ਮੈਂ ਕਿਹਾ ਉਹਨੇ ਤਾਂ ਕਬੂਤਰਾਂ ਯਾਰ, ਚਲੋ ਖਿਲਾੜੀ ਬੜੇ ਬੜੇ ਆਉਣੇ ਆ, ਆਪਾਂ ਵੀ ਦੇਖ ਲਏ ਮੇਲਾ। ਤੂੰ ਬਾਈ ਵੀ ਆ ਗਿਆ, ਬਾਈ ਲੈ ਗਿਆ ਕਹਿੰਦੇ ਇੰਟਰੀ ਮੈਂ ਕਰਾ ਦਿਆਂ ਤੇਰੀ, ਮਹਾਂ ਮਾਇਆ ਕਰਾ ਇੰਤਰੀ ਕਰ। ਤੋ ਜੀ ਰੱਬ ਨੇ ਸੁਣੀ ਪਹਿਲੀ ਵਾਰ ਮੈਂ ਜੀ ਰੰਗੀਆਂ ਕਬੂਤਰ ਛੱਡਿਆ, 2200 ਇੰਟਰੀ ਸੀ, 72 ਕਬੂਤਰ ਛੱਡਿਆ, 5 ਕਬੂਤਰਾਂ ਮੈਂ ਦੋਸਰਵਾਂ ਜੀ ਮੇਰੀ ਕੱਚੀ ਹੋਈ, 5 ਕਬੂਤਰ 2000 ਤੋਂ ਫਿਰ ਮੇਰਾ 30 ਨੰਬਰ ਵਾ ਬੈਠ ਗਿਆ ਜੀ, ਟਾਂਗਿਆ ਵਾ ਕਿਸੇ ਕਾ ਨਹੀਂ ਆਇਆ ਉੱਥੇ, ਕੋਈ ਇੱਧਰ ਗਿਰ ਗਿਆ ਕੋਈ ਇੱਧਰ ਗਿਰ ਗਿਆ, ਮੇਰਾ 30 ਨੰਬਰ ਵਾ ਬੈਠ ਗਿਆ ਕੁੱਲਰ ਪਰ। ਮਤਲਬ ਜੀ ਮੈਨੂੰ ਬਹੁਤ ਚੌਅ, ਇਤਨਾ ਚੌਅ ਹੋਇਆ ਵੀ ਮੈਂ ਤੈਨੂੰ ਕਿਆ ਦੱਸਾਂ ਵੀ, ਵੀ ਆਪਾਂ ਯਹਾਂ ਤੱਕ ਵੀ ਖੇਡ ਗਏ ਆ ਵੀ ਸਟਾਰ ਆਦਮੀ ਵਰਲਡ ਚੈਂਪੀਅਨ। ਅਸੀਂ ਤੁਹਾਨੂੰ ਫਿਰ ਵਧਾਈ ਦਿੰਦੇ ਆ, ਤੁਹਾਡੀ ਜਿਹੜੀ ਇਮਾਨਦਾਰੀ ਆ, ਹਾਂਜੀ, ਜਿਹੜੀ ਅੱਜ ਤੁਸੀਂ ਗੱਲ ਚੇਲਿਆਂ ਦੇ ਪ੍ਰਤੀ ਕਹੀ ਆ, ਖੜਿਆ ਜੀ ਦੇਖੋ ਇੱਕ ਚੇਲਾ ਜੀਤਾ ਕੇਸਰੀ ਉਹ ਟਿੰਕੂ ਦੁੱਬੜੇ। ਲਓ ਜੀ ਆਓ, ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਸੀ, ਆਓ ਜੀ 2 ਮਿੰਟ ਤੁਹਾਨੂੰ ਵੀ ਮਿਲਾਉਂਦੇ ਆ ਆਪਣੇ। ਇਹ ਜੀਤਾ ਕੇਸਰੀ ਜੀ ਇਹਨਾਂ ਦਾ ਤੁਹਾਡੇ ਜਿਹੜੇ ਉਸਤਾਦ ਜੀ ਹੈ, ਇਹਨਾਂ ਨੇ ਅੱਜ ਸਾਡੇ ਚੈਨਲ ਦੇ ਥਰੂ ਬੋਲਿਆ, ਜੋ ਕਿ ਸਾਰੇ ਵਰਲਡ ਦੇ ਵਿੱਚ ਇਹ ਜਿਹੜੀ ਇਹਨਾਂ ਦੀ ਗੱਲ ਆ ਜਾਣੀ ਹੈ ਜੀ, ਇਹਨਾਂ ਨੇ ਤੁਹਾਡਾ ਨਾਮ ਲਿਆ ਕਿ ਬਹੁਤ ਮਿਹਨਤੀ ਇਨਸਾਨ ਹੈ ਜੀਤਾ ਕੇਸਰੀ, ਜੋ ਕਿ ਮੇਰੇ ਜੋ ਵੀ ਇਹਨਾਂ ਨੂੰ ਮੈਂ ਗੱਲਬਾਤ ਜੋ ਵੀ ਦੱਸਿਆ ਸੀ ਉਸ ਤੋਂ ਬਹੁਤ ਅੱਗੇ ਨਿਕਲ ਗਿਆ, ਮੇਰਾ ਜਿਹੜਾ ਨਾਮ ਹੈ ਬਹੁਤ ਰੋਸ਼ਨ ਕੀਤਾ। ਤੁਸੀਂ ਵੀ ਤੁਹਾਨੂੰ ਵਧਾਈ ਦਿੰਦੇ ਹਾਂ, ਸਾਡੀ ਟੀਮ ਵਧਾਈ ਦਿੰਦੀ ਹੈ ਜੀ, ਸਤਿ ਸ਼੍ਰੀ ਅਕਾਲ। ਅਤੇ ਇੱਕ ਨਾਮ ਲਿਆ ਸੀ ਇਹਨਾਂ ਨੇ ਕਿ ਟਿੰਕੂ ਦੁੱਗਲੀ ਜੀ, ਤੁਹਾਡਾ ਵੀ ਇਹਨਾਂ ਨੇ ਜ਼ਿਕਰ ਕੀਤਾ ਜੀ, ਕਿ ਜਿਹੜੇ 2 ਨਾਮ ਲਏ ਇਹਨਾਂ ਨੇ ਆਪਦੇ ਚੇਲਿਆਂ ਤੋਂ, 10-12 ਜਵਾਕ ਕਹਿੰਦੇ, ਕੋਈ ਚੇਲਾ ਕਹਿ ਦਿੰਦਾ, ਕੋਈ ਆਪਦੇ ਬੱਚੇ ਕਹਿ ਦਿੰਦਾ, ਕੁਛ ਗਿਰਦ ਕੁਛ,
ਅਲੱਗ ਅਲੱਗ ਆ ਆਪਣੇ, ਇੱਕ ਤੁਹਾਡਾ ਨਾਮ ਆਇਆ ਵੀ ਬਹੁਤ ਅੱਗੇ ਜਿਹੜੇ ਨਿਕਲ ਗਏ ਆ ਕਬੂਤਰਬਾਜ਼ੀ ਦੇ ਵਿੱਚ, ਮਿਹਨਤ ਵੀ ਕਰਦੇ ਆ ਅਤੇ ਕਬੂਤਰਬਾਜ਼ੀ ਮੇਰੇ ਤੋਂ ਵਧੀਆ ਮਤਲਬ ਹੋ ਰਿਹਾ, ਕੀ ਤੁਹਾਨੂੰ ਗੁਰੂ ਦੀ ਐਡੀ ਵੱਡੀ ਸਿੱਖਿਆ ਮਿਲੀ ਉਹਦਾ ਕਾਰਨ ਹੈ ਜਾਂ ਤੁਹਾਡੇ ਕੋਲ ਪੈਸਾ ਆਉਣ ਦਾ ਕਾਰਨ ਹੈ ਕੀ ਹੈ, ਤੁਸੀਂ ਵੀ ਦੋ ਗੱਲਾਂ ਸਾਨੂੰ ਜ਼ਰੂਰ ਸ਼ੇਅਰ ਕਰੋ। ਨਹੀਂ ਜੀ, ਆਪਾਂ ਸਾਰੀ ਥੋੜ੍ਹਾ ਉੱਚੀ ਬੋਲ ਕੇ, ਸਾਰੀ ਬਦੌਲਤ ਉਸਤਾਦ ਜੀ ਹੈ ਜੀ। ਜੀ ਆਪਾਂ ਜੀ 4 ਸਾਲ ਹੋ ਗਏ ਇਹਨਾਂ ਦੇ ਨਾਲ ਜੁੜੇ ਨੂੰ ਜੀ, ਆਪਣਾ ਜੀ ਕਹੇ ਨਹੀਂ ਨੰਬਰ ਪੜਦਾ ਜੀ, ਸੱਚੀ ਗੱਲ ਹੈ ਜਿਹੜੀ ਜੀ ਜੀ ਜਦ ਤੋਂ ਇਹਨਾਂ ਦੇ ਨਾਲ ਜੁੜਿਆ 4 ਸਾਲਾਂ ਤੋਂ ਜੀ, ਬਹੁਤ ਕੰਮ ਕੀ ਬਾਤ ਜੀ, ਜਿੱਤ ਰਹੇ ਮਤਲਬ ਬਹੁਤ ਉੱਚਾ ਪਹੁੰਚਾ ਤੇ ਜੀ ਉਸਤਾਦ ਦੀ ਬਦੌਲਤ ਜੀ। ਔਰ ਟਿੰਕੂ ਦੁਗਲੀ ਆਪਕੋ ਕੇ ਵਿਚਾਰ ਹੈ ਬਈ? ਨਹੀਂ ਹੈ ਤੂੰ ਉਸਤਾਦ ਕੀ ਬਦੌਲਤ ਹੈ ਜੀ, ਜਾਣ ਲੱਗਾ ਇਸ ਟਾਈਮ ਹਮ ਖੜੇ ਹਾਂ ਜੀ, ਜੀ ਆਪਣਾ ਨਾਮ ਹੈ ਜੀ, ਚਲੋ ਮੰਨ ਲਿਆ ਅੱਛੇ ਕਬੂਤਰ ਜੀਤਦੇ ਹਾਂ ਜੀ, ਉਸਤਾਦ ਦੀ ਬਦੌਲਤ ਬੜੀਆ ਕਬੂਤਰ ਜੀਤ ਰਹੇ ਹਾਂ ਜੀ। ਪਿਛਲੇ ਸਾਲ 2 ਮੈਚ ਕਰਾਏ ਸੀਗੇ ਜੀ, ਹਾਂਜੀ ਦੋਵਾਂ ਮੈਚਾਂ 'ਚ ਆਸਟ੍ਰੇਲੀਅਨ ਕਲੱਬ ਦੇ ਰਾਜ ਆਸਟ੍ਰੇਲੀਅਨ ਕਲੱਬ ਦੇ ਜੀ, ਦੋਵਾਂ ਮੈਚਾਂ 'ਚ ਸ਼ਰਤ ਰੱਖੀ ਸੀਗੀ ਕਿ ਜੇ ਇੱਕ ਨਾਮ ਦਾ 2 ਮੈਚਾਂ 'ਚ ਜਿੱਤ ਗਿਆ 11,000 ਅਤੇ 6 ਫੁੱਟ ਦੀ ਟਰੋਫੀ ਦਊਂਗਾ। ਇਹ ਬਾਈ ਦਾ ਪਹਿਲੇ 'ਚ ਫਸਟ ਰਹਿ ਗਿਆ ਸੀ, ਦੂਸਰੇ 'ਚ ਭਾਈ 2 ਮਿੰਟ ਤੋਂ ਹਾਰ ਗਿਆ ਸੀਗਾ, 2 ਮਿੰਟ ਤੋਂ ਹਾਰ ਗਿਆ ਜੀ। ਐਤਕੀ ਜਿਹੜੇ ਵੀ ਬੰਦੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਕਹਿਣਾ ਜੀ, 3 ਮੈਚ ਨੇ ਆਪਣੇ ਟੋਟਲ, 2 ਕਲੱਬ ਨੇ ਐਤਕੀ ਰਾਜ ਆਸਟ੍ਰੇਲੀਅਨ ਦੇ। ਜਿਹੜਾ ਬੰਦਾ ਚਲੋ ਛੱਡੋ, ਜਿਹੜਾ ਬੰਦਾ ਪਹਿਲਾਂ ਤੇ ਰੱਖਿਆ ਸੀਗਾ, 2 ਮੈਚਾਂ 'ਚੋਂ 3 ਮੈਚਾਂ 'ਚੋਂ 1 ਬੰਦੇ ਦਾ ਫਸਟ ਰਹਿ ਗਿਆ, ਮੋਟਰਸਾਈਕਲ ਅਲੱਗ ਨਾਮ ਦਊਂਗਾ, 1 ਰਾਇਤ ਹੋਰ ਦੇ ਦਿੰਦੇ ਹਾਂ ਜੀ, ਭਾਅ ਜੀ ਹਰੇ ਆਏ ਨੇ। ਜੇ 3 ਚੋਂ 1 ਆਦਮੀ ਫਸਟ ਰਹਿ ਗਿਆ, 1 ਨਾਮ ਦਾ ਕਬੂਤਰ ਫਸਟ ਰਹਿ ਗਿਆ ਜੀ 2 ਮੈਚਾਂ 'ਚ ਉਹਨੂੰ ਮੈਂ ਅਲੱਗ ਤੋਂ ਮੋਟਰਸਾਈਕਲ ਨਾਮ ਦਊਂਗਾ ਜੀ। 3 ਮੈਚਾਂ 'ਚ ਜਿਹੜੇ ਬੰਦੇ ਨੇ 2 'ਚ ਫਸਟ ਨੰਬਰ ਲੈ ਲਿਆ ਸੇਮ ਨਾਮ ਤੋਂ, ਉਹਨੂੰ ਮੋਟਰਸਾਈਕਲ ਅਲੱਗ ਤੋਂ ਸਨਮਾਨਿਤ ਕੀਤਾ ਜਾਏਗਾ ਜੀ। ਬਹੁਤ ਵਧੀਆ, ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਇੱਕ ਵੀਰ ਹੋਰ ਵੀ ਨਾਲ ਆਇਆ ਥੋੜ੍ਹਾ ਜਿਹਾ, ਉਹਨਾਂ ਦੇ ਵਿਚਾਰਾਂ ਦਾ ਪਾਉਣੇ ਆ ਭਰਾ ਜੀ, ਇਹ ਵੀ ਤੁਹਾਡਾ ਛੋਟਾ ਭਰਾ ਹੈ ਜੀ? ਹਾਂਜੀ, ਇੱਥੇ ਦੇ ਜੀ ਮਲਾਣੇ ਤੇ। ਠੀਕ ਹੈ ਜੀ, ਥੋੜੀ ਜੀ ਆਓ ਇੱਧਰ ਸਾਡੇ ਕੋਲੇ ਆਓ ਥੋੜਾ ਜਿਹਾ। ਕੀ ਨਾਮ ਹੈ ਜੀ ਆਪਣਾ? ਰਵੀ ਮਲਾਣਾ। ਰਵੀ ਮਲਾਣਾ, ਮੀਨੂ ਮਲਾਣਾ ਤੇ ਰਵੀ ਮਲਾਣਾ ਜੀ 2 ਭਰਾ ਨੇ ਭਰਾ, ਤੇ ਇਹ ਬਾਈ ਜੀ ਦੇ ਸਟੈਂਪ ਚੇਲੇ ਨੇ, ਜਿਨ੍ਹਾਂ ਤੇ ਸਟੈਂਪ ਲਾਤੀ ਅਸੀਂ ਬਾਈ ਦੇ ਪਿਆਰ ਲੂਆ, ਤੇ ਇਹ ਸਾਡੇ ਭਰਾ ਵੀ ਨੇ ਉਸਤਾਦ ਵੀ ਨੇ। ਹੁਣ ਕਬੂਤਰਬਾਜ਼ੀ ਸਾਡੀ ਸਾਰੀ ਇਹੀ ਸਾਂਭਦੇ ਨੇ, ਇਹੀ ਸਾਂਭ ਕੇ ਛੱਡੇ ਜੀ ਅਸੀਂ ਇਹਨੂੰ ਰਾਤ ਨੂੰ ਫੜਾਇਆ ਨਾ ਜੀ, ਠੀਕ ਹੈ ਜੀ। ਹੁਣ ਤੱਕ ਅਸੀਂ ਸਾਂਭਦੇ, ਪਿਛਲੇ ਸਾਲ ਤੋਂ ਆਪਾਂ ਇਹਨਾਂ ਨੂੰ ਦੇ ਦਿੱਤੇ ਜੀ, ਕਿਉਂਕਿ ਅਸੀਂ ਘਰੇ ਸਾਂਭਾਂਗੇ, ਅਸੀਂ ਤਿਆਰ ਕਰਕੇ ਕਹਿ ਦੇਣਾ ਵੀ ਯਾਰ ਕਬੂਤਰ ਛੱਡਣਾ, ਤੁਸੀਂ ਸਾਂਭ ਕੇ ਛੱਡੋ ਜੀ, ਜਿੱਥੇ ਵੀ ਛੱਡਣਾ ਗੱਲ ਖਤਮ। ਲਓ ਜੀ, ਬਾਕੀ 8 ਘਰਾਂ ਦੇ ਕਬੂਤਰ ਹੁਣ ਸਾਡੇ ਜੀ ਇਹੀ ਸਾਂਭਦੇ। ਬਹੁਤ ਵਧੀਆ ਗੱਲ ਹੈ ਜੀ। ਲਓ ਜੀ, ਹੁਣ ਆਪਾਂ ਇਹਨਾਂ ਦੇ ਉਸਤਾਦ ਨੂੰ ਵੀ ਮਿਲਾ ਚੁੱਕੇ ਹਾਂ, ਇਹਨਾਂ ਦੇ ਗਾਂ ਉਸਤਾਦ ਦੇ ਜਿੰਨੇ ਵੀ ਅੱਗੇ ਇਹ ਕਹਿੰਦੇ ਆ ਬੱਚੇ, ਹਾਂਜੀ ਬੱਚੇ ਕਹਿੰਦੇ ਆ, ਅਤੇ ਉਹਨਾਂ ਨੂੰ ਵੀ ਮਿਲਾ ਚੁੱਕੇ ਹਾਂ। ਉਹ ਹੁਣ ਆਪਾਂ ਇਹਨਾਂ ਦੇ ਦੇਖਦੇ ਹਾਂ ਜੀ ਕਬੂਤਰ, ਨਾਲ ਨਾਲ ਕਰਾਂਗੇ ਆਪਾਂ ਗੱਲਾਂ, ਆਓ ਦੇਖਦੇ ਹਾਂ ਜੀ ਆਪਾਂ ਇਹਨਾਂ ਦੇ ਕਬੂਤਰ। ਸਭ ਤੋਂ ਪਹਿਲਾਂ ਇਹਨਾਂ ਦੇ ਕੋਲ ਖੁੱਡੇ ਆ ਜੀ 10, ਅਤੇ ਆਪਾਂ 1 ਨੰਬਰ ਤੋਂ ਸਟਾਰਟ ਕਰਦੇ ਹਾਂ ਜੀ। 1 ਨੰਬਰ ਖੁੱਡੇ ਦੇ ਕਬੂਤਰ ਤੁਹਾਨੂੰ ਦਿਖਾਉਂਦੇ ਹਾਂ ਆਪਾਂ, ਖੋਲੋ। Thank you.
ਇਸ ਤੋਂ ਅੱਗੇ ਖੁੱਡਾ ਨੰਬਰ ਆ ਗਿਆ ਜੀ ਇਹਨਾਂ ਦਾ 2 ਖੁੱਡਾ ਨੰਬਰ 2 ਹੈ ਜੀ ਹਾਂ ਇਹਦੇ 'ਚ ਆਪਣੇ ਸਾਰੇ ਨਰ ਨੇ ਜੀ ਨਰ ਨੇ ਕੁਛ ਪੁਰਾਣੇ ਨਰ ਨੇ ਅਤੇ ਕੁਛ ਇਸ ਸਾਲ ਦੇ ਕਢਾਏ ਹੋਏ ਪੱਠੇ ਜਿਹੜੇ ਆਲਮੋਸਟ ਸਾਰੀਆਂ ਕਲੀਆਂ ਸਾਫ਼ ਕਰਕੇ ਹੋ ਜਾਣਗੇ ਤਿਆਰ 2 ਕੁ ਮਹੀਨੇ ਤੱਕ 1-2 ਕਲੀ ਰਹਿੰਦੀ ਹੈ ਜੀ ਕਬੂਤਰਾਂ ਦੀ ਖੁੱਡਾ ਨੰਬਰ 3 ਦਿਖਾਉਂਦੇ ਜੀ ਇਹਦੇ 'ਚ ਕਿਹੜੇ ਕਬੂਤਰ ਹੈ ਜੀ ਆਪਣੇ ਕੋਲ ਬਾਈ ਜੀ ਇਹ ਖੁੱਡਾ ਨੰਬਰ 3 ਹੁਣੇ ਤਿਆਰ ਕੀਤਾ ਅੰਦਰ ਤੁਸੀਂ ਦੇਖਿਓ ਬਹੁਤ ਵਧੀਆ ਆਪਾਂ ਛੋਟੇ ਛੋਟੇ ਖਾਨੇ ਜਿਹੇ ਬਣਾਏ ਨੇ ਕਬੂਤਰਾਂ ਦੇ ਅਤੇ ਆਹ ਇਹਦੇ 'ਚ ਜੋੜੀਆਂ ਜਿਹੜੀਆਂ ਵੱਡੀਆਂ ਪੁਰਾਣੀਆਂ ਜੋੜੀਆਂ ਹੈਗੀਆਂ ਨੇ ਉਹਨਾਂ ਵਾਸਤੇ ਖੁੱਡਾ ਨੰਬਰ 3 ਆਪਾਂ ਤਿਆਰ ਕੀਤਾ ਇੱਕ ਬਿਲਕੁਲ ਕੋਨੇ 'ਚ ਆ ਗਿਆ ਗਰਮੀ ਠੰਡ ਦੋਵੇਂ ਪਾਸੇ ਛੋਟੇ ਸਾਈਜ਼ਾਂ ਦੇ ਵਿਖਾਉਣਗੇ ਕਬੂਤਰ ਆਪਾਂ ਪਕੜੋ ਅੰਡੇ ਬੱਚਿਆਂ ਵਾਸਤੇ ਜੋ ਘਰ ਬਣਾਏ ਬਹੁਤ ਵਧੀਆ ਇਹ ਕਿਹਦੀ ਸੋਚ ਸੀ ਘਰ ਬਣਾਉਣੇ ਜੀ ਆਪਣਾ ਹੀ ਆਈਡੀਆ ਸੀਗਾ ਜੀ ਦੇਖੋ ਨੈੱਟ ਤੇ ਲੋਕਾਂ ਦੇ ਖੁੱਡੇ ਦੇਖੀ ਜਾਈਦਾ ਜੀ ਕਈ ਵਾਰੀ ਬੰਦਾ ਥੋੜਾ ਜਿਹਾ ਆਪਣਾ ਦਿਮਾਗ ਯੂਜ ਕਰੇ ਥੋੜਾ ਦੂਸਰੇ ਦਾ ਲੈ ਤੇ ਵਧੀਆ ਚੀਜ਼ ਤਿਆਰ ਹੋ ਜਾਂਦੀ ਹੈ ਜੀ ਇਹ ਬਸ ਹੁਣੇ ਤਿਆਰ ਕੀਤੀ ਹੈ ਜੀ ਵੱਡੀਆਂ ਜੋੜੀਆਂ ਵਾਸਤੇ ਜੀ ਤੇ ਮਿੱਟੀ ਦਾ ਲੈ ਦੇਤਾ ਅੱਗੇ ਇਹਨਾਂ ਦੇ ਥੋੜੀ ਜਿਹੀ ਪੱਟੀ ਲਾ ਦਿੱਤੀ ਬਾਕੀ ਕਈ ਵਾਰੀ ਆਉਂਦਾ ਸਭ ਤੇ ਥੱਲੇ ਨਾ ਗਿਰੇ ਬੱਚਾ ਅੱਗੇ ਨਾ ਸਰ ਕੇ ਬੰਨੀ ਬਣਾਈ ਹੋਈ ਹਾਂ ਬਸ ਬਨੇਰਾ ਕਿਆ ਸਰ ਹਾਂਜੀ ਹਾਂਜੀ ਬਨੇਰੇ ਇਹਨਾਂ ਦੇ ਛੋਟੇ ਛੋਟੇ ਬਣਾਤੇ ਜੀ ਤਕਰੀਬਨ 8 ਖਾਨੇ ਥੱਲੇ ਨੇ ਜੀ ਥੋੜਾ ਜਿਹਾ ਜ਼ੂਮ ਕਰੋ ਰਾਜੂ ਜੀ ਇੱਧਰ ਪਹਿਲਾਂ ਕਬੂਤਰਾਂ ਤੋਂ ਇੱਧਰ ਜ਼ੂਮ ਕਰੋ ਬਹੁਤ ਵਧੀਆ ਜਿਹੜੇ ਇਹਨਾਂ ਨੇ ਆ ਬਣਾਏ ਆ ਜੀ ਵਿੱਚ ਕਬੂਤਰਾਂ ਦੇ ਬੱਚੇ ਕੱਢਣ ਵਾਸਤੇ ਜੋ ਕਿ ਆਂਡਾ ਜਾਂ ਬੱਚਾ ਬਾਹਰ ਨਹੀਂ ਡਿੱਗਦਾ ਬਹੁਤ ਵਧੀਆ ਚੀਜ਼ ਹੈ ਜੀ ਇਹ ਦੂਸਰੀ ਚੀਜ਼ ਨਾ ਜੀ ਜੇ ਜ਼ਿਆਦਾ ਖਾਨਾ ਜ਼ਿਆਦਾ ਵੱਡਾ ਹੈ ਨਾ ਜੀ ਉਹਦੇ 'ਚ ਕਈ ਵਾਰੀ ਬੱਚੇ ਮਰ ਜਾਂਦੇ ਠੰਡ 'ਚ ਇੱਧਰ ਉੱਧਰ ਬੱਚਾ ਠੰਡ 'ਚ ਵੀ ਵੈਸੇ ਵੀ ਕਬੂਤਰ ਚੋਗਾ ਨਹੀਂ ਦੇ ਪਾਉਂਦੇ ਹੈ ਨਾ ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਹੈ ਵੀ ਥੋੜ੍ਹੇ ਟਾਈਮ ਤੋਂ ਬਾਅਦ ਕਬੂਤਰ ਕਬੂਤਰ ਹੀ ਮਸਤ ਹੋ ਜਾਂਦੇ ਨੇ ਜੈਸੇ ਹੀ ਉਹ ਮਸਤ ਹੋ ਗਏ ਉਹ ਫਿਰ ਆਪਣਾ ਬੱਚਿਆਂ ਵੱਲ ਉਹਨਾਂ ਦਾ ਧਿਆਨ ਘੱਟ ਜਾਂਦਾ ਹੈ ਨਾ ਜੀ ਸਹੀ ਗੱਲ ਹੈ ਜੀ ਤੇ ਫਿਰ ਤਾਂ ਕਰਕੇ ਛੋਟੇ ਬਣਾਏ ਵੀ ਇਹਦੇ 'ਚ ਆਰਾਮ ਨਾਲ ਬੈਠੇ ਰਹਿਣ ਔਰ ਜ਼ਿਆਦਾ ਮਤਲਬ ਕਿ ਇੱਧਰ ਉੱਧਰ ਡਾਰੀਆਂ ਨਾ ਮਾਰ ਜਦੋਂ ਡਾਰੀਆਂ ਮਾਰਦੇ ਨੇ ਤਾਂ ਹੀ ਕਬੂਤਰ ਤੇ ਕਬੂਤਰ ਹੀ ਮਸਤ ਹੋ ਜਾਂਦੇ ਨੇ ਬੱਚੇ ਨਹੀਂ ਪਾਉਂਦੇ ਜੀ ਤਾਂ ਕਰਕੇ ਛੋਟੇ ਖਾਨਿਆਂ 'ਚ ਬੱਚੇ ਇਹ ਖਾਨੇ ਦੂਜੀ ਇੱਕ ਚੀਜ਼ ਹੋਰ ਦੇਖੀ ਸੀ ਵੀ ਇਹਦੇ ਵਿੱਚ ਆ ਤੁਸੀਂ 1, 2, 3, 4, 5, 6, 7, 8 8 ਟ੍ਰੇਆਂ ਲਾਈਆਂ ਜੀ ਪਹਿਲੀ ਦੇ ਵਿੱਚ ਰੋੜੀ ਕੁੱਟੀ ਹੋਈ ਹੈ ਦੂਜੀ ਦੇ ਵਿੱਚ ਕਣਕ ਪਈ ਹੋਈ ਹੈ ਜੀ ਤੇ ਜਵਾਰ ਪਈ ਜਵਾਰ ਹਾਂਜੀ ਹਾਂਜੀ
ਤੀਜੀ ਦੇ ਵਿੱਚ ਛੋਲੇ ਹੈ, ਜਵਾਰ ਹੈ ਤੇ ਹਰੀ ਹੈ। ਹਾਂਜੀ ਅੱਗੇ ਆ ਗਏ ਜੀ ਤਿਲ, ਹਾਂਜੀ ਤੇ ਕਣਕ, ਉਸ ਤੋਂ ਅੱਗੇ ਫਿਰ ਦਾਣਾ ਅਲੱਗ ਅਲੱਗ ਪਾਏ। ਇਸ ਚੀਜ਼ ਦਾ ਕੀ ਮਕਸਦ ਹੈ, ਇਹਨੂੰ ਇਕੱਠਾ ਰਲਾ ਕੇ ਕਿਉਂ ਨਹੀਂ ਪਾਉਂਦੇ, ਕੀ ਕਾਰਨ ਹੈ? ਸਾਰਿਆਂ ਤੋਂ ਪਹਿਲਾਂ ਜੀ ਆਪਾਂ ਇਹਨਾਂ ਨੂੰ ਸੁੱਟਦੇ ਹਾਂ ਜੀ, ਛੋਲੇ ਤੇ ਥੋੜ੍ਹੀ ਸਰੋਂ ਅਤੇ ਬਾਜਰਾ ਜੀ। ਉਸ ਤੋਂ ਬਾਅਦ ਉਹਨੂੰ 5 ਮਿੰਟ ਦੀ ਬ੍ਰੇਕ ਦੇ ਕੇ ਫਿਰ ਅਸੀਂ ਸੁੱਟਦੇ ਹਾਂ ਦੂਸਰਾ ਦਾਣਾ। ਤੀਸਰੇ ਨੰਬਰ 'ਤੇ ਅਸੀਂ ਇਹਨਾਂ ਨੂੰ ਸੁੱਟਦੇ ਹਾਂ ਆਪਣਾ ਪਿੱਲੀ ਮਿੱਟੀ ਦੀ ਜਿਹੜੀ ਹੈ ਹੈਗੀ ਕੈਲਸ਼ੀਅਮ ਕੁਲਸ਼ੀਅਮ ਵਾਸਤੇ। ਔਰ ਦੂਸਰੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਸ਼ਾਇਦ ਮੈਂ ਕੋਈ ਖਿਡਾਰੀ ਆਦਮੀ ਤਾਂ ਹੈ ਨਹੀਂ ਇੰਨਾ ਬੇਟਾ, ਪਰ ਇਹਦੇ ਨਾਲ ਵੀ ਜਿਹੜੇ ਅੰਦਰ ਕੀੜੇ ਹੋ ਜਾਂਦੇ ਨੇ ਨਾ ਕਬੂਤਰਾਂ ਦੇ, ਇਹਦੇ ਨਾਲ ਵੀ ਉਹ ਮਰ ਕੇ ਨਿਕਲ ਜਾਂਦੇ ਨੇ ਬਿਲਕੁਲ। ਅਤੇ ਬਾਕੀ ਇਵੇਂ ਟਰੇਆਂ ਫਿਰ ਵਨ ਬਾਏ ਵਨ ਦਾਣਾ ਉਨਾ ਕੁ ਰੱਖਣੇ ਆ ਕਿ ਕਬੂਤਰ ਸਾਰੇ ਜਲਦੀ ਖਾ ਲੈਣ। ਇਗਜ਼ਾਮਪਲ ਆਪਾਂ ਲੈ ਲੈਂਦੇ ਹਾਂ, ਚਲੋ ਹੁਣ ਗੱਲ ਛੇੜੀ ਆ, ਜੇ ਮੈਂ 10 ਰੋਟੀਆਂ ਇੱਕ ਪਲੇਟ 'ਚ ਰੱਖਤੀਆਂ ਨਾ ਜੀ, ਬੰਦਾ 3 ਖਾਊਗਾ ਦੇਖ ਕੇ ਢਿੱਡ ਭਰ ਜਾਂਦਾ। ਜੇ ਤੁਸੀਂ ਇੱਕ ਇੱਕ ਰੋਟੀ ਕਰਕੇ ਰੱਖਦੇ ਰਹੋ ਨਾ, ਤੁਹਾਨੂੰ ਪਤਾ ਵੀ ਨਹੀਂ ਲੱਗਣ ਲੱਗਾ ਕਦੋਂ ਤੁਸੀਂ 10 ਖਾ ਜਾਂਦੀਆਂ ਨੇ। ਅਤੇ ਇਸ ਕਰਕੇ ਦਾਣਾ ਉਨਾ ਕੁ ਸੁੱਟਣੇ ਆ ਵੀ ਕਬੂਤਰ ਇੱਕ ਵਾਰੀ ਸਾਰੇ ਚੁੱਗ ਲੈਣ, ਫਿਰ 2 ਮਿੰਟ ਬਾਅਦ ਸੁੱਟਤੇ, ਫਿਰ 3 ਵਾਰ ਸੁੱਟਤੇ, ਤਾਂ ਕਿ ਉਹ ਇੱਕ ਤਾਂ ਦਾਣਿਆਂ ਦੀ ਵੇਸਟੇਜ ਨਾ ਹੋਏ, ਕਿਉਂਕਿ ਜਦੋਂ ਦਾਣੇ ਤੁਹਾਡੇ ਖੁੱਡੇ 'ਚ, ਮੇਰੇ ਖੁੱਡੇ 'ਚ ਦਾਣਾ ਨਹੀਂ ਨਿਕਲ ਗਿਆ ਜੀ, ਤੁਸੀਂ ਜਿੱਧਰ ਮਰਜ਼ੀ ਮਾਰ ਲਓ ਜੀ, ਹੈ ਨਾ ਚਾਚੀ। ਜੇ ਦਾਣੇ ਰਹਿ ਗਏ ਉਹਦੇ 'ਤੇ ਕਬੂਤਰ ਨੇ ਵੇਟ ਕਰਨੀ ਹੈ, ਥੋੜ੍ਹੇ ਟਾਈਮ ਬਾਅਦ ਉਹੀ ਦਾਣਾ ਕਬੂਤਰ ਨੇ ਚੁੱਕ ਕੇ ਖਾ ਲੈਣਾ ਜੀ, ਸੋਕੇ ਦੀ ਬਿਮਾਰੀ ਸ਼ੁਰੂ ਹੋ ਗਈ ਜੀ ਫਿਰ ਉਹ ਤੋਂ ਜੀ। ਅਤੇ ਤਾਂ ਕਰਕੇ ਆਪਾਂ ਥੋੜ੍ਹਾ ਥੋੜ੍ਹਾ ਲੱਗ ਹੀ ਰੱਖਦੇ ਹਾਂ। ਚਲੋ ਹੁਣ ਥੋੜ੍ਹੇ ਜਿਹੇ ਕਬੂਤਰ ਦਿਖਾਓ ਜੀ, ਖਾਣੇ ਜੋ ਬਹੁਤ ਵਧੀਆ ਬਣਾਏ ਇਹਨਾਂ ਨੇ, ਇਹਨਾਂ ਦੇ ਰਹਿਣ ਦੇ ਘਰ, ਬੱਚੇ ਕੱਢਣ ਦੇ। ਮੈਂ ਕਹਾਂਗਾ ਵੀ ਆਪਾਂ ਸਾਰੇ ਕੁੱਡਿਆਂ ਦੀ ਥੋੜ੍ਹੀ ਥੋੜ੍ਹੀ ਭਾਵੇਂ ਸ਼ੂਟ ਕਰ ਲਈਏ, ਲਾਸਟ 'ਚ ਫਿਰ ਤੁਹਾਨੂੰ ਜਿਹੜੇ ਆਪਣੇ 5-10 ਨਹੀਂ ਬਸ ਅੱਡ ਛੱਡੇ ਹੋਏ ਆ। ਹਾਂਜੀ ਹਾਂਜੀ ਆਪਣੇ ਉਹ ਨੇ ਕੀ ਨਾਮ ਸੀ, ਬੰਟੀ ਨੇ, ਬੰਟੀ ਨੇ। ਹਾਂਜੀ ਇਹਨਾਂ ਦੀ ਪਹਿਲਾਂ ਵੀਡੀਓ ਬਣਾਓ ਜੀ ਤੁਸੀਂ। ਹੁਣ ਬੋਲੋ ਮਾੜਾ ਜਿਹਾ ਇਹਦੇ ਬਾਰੇ। ਇਹ ਕਬੂਤਰ ਦਾ ਨਾਮ ਅਸੀਂ ਰੱਖਿਆ ਜੀ ਮੋਟਰਸਾਈਕਲ। ਕਬੂਤਰ ਗਰਮੀ 'ਚ ਵੀ ਆਪਣੇ ਕੋਲ ਰਾਤ ਤੱਕ ਬੈਠਾ ਜੀ, ਬਹੁਤ ਵਧੀਆ ਕਬੂਤਰ ਉੱਡਿਆ ਜੀ ਆਪਣੇ ਕੋਲ। ਇਹ ਦਿਲ ਨੂੰ ਇੰਨਾ ਕੁ ਲੱਗ ਗਿਆ ਜੀ ਕਿ ਬਾਜੀ 'ਚ ਨਹੀਂ ਛੱਡ ਪਾਏ, ਤਿਆਰ ਕੀਤਾ ਕਰਾਇਆ ਜੀ ਇਹਨੂੰ, ਬਸ ਐਵੇਂ ਛੱਡਤਾ ਜੀ। ਦੇਖੋ ਜੀ ਇਹਦੇ ਪਰ, ਕਬੂਤਰਾਂ ਦੇ ਪਰ ਥੋੜ੍ਹੇ ਜਿਹੇ ਗੰਦੇ ਤਾਂ ਹੋ ਗਏ ਇਹਨਾਂ ਦੇ, ਹੁਣੇ ਪੇਂਟ ਮਾਰਿਆ ਜੀ 5-10 ਦਿਨ ਪਹਿਲਾਂ, ਅਤੇ ਕਬੂਤਰ ਉਹਦੇ ਛਿੱਟਿਆਂ ਛੁੱਟਿਆਂ 'ਚ ਕੰਧਾਂ ਨਾਲ ਵੱਜ ਕੇ ਥੋੜ੍ਹੇ ਜਿਹੇ ਕਬੂਤਰ ਹੈ ਮਾੜੇ ਜਿਹੇ, ਇਹਨਾਂ ਦੇ ਪਰ ਜਿਹੜੇ ਹੈਗੇ ਨੇ ਉਹ ਥੋੜ੍ਹੇ ਜਿਹੇ ਖਰਾਬ ਹੋ ਗਏ, ਹੁਣ ਝਾੜ 'ਚ ਪਏ ਅਤੇ ਆਪੇ ਇਹਨਾਂ ਨੇ ਸਾਫ਼ ਹੋ ਜਾਣਾ ਜੀ। ਆ ਕਬੂਤਰ ਦਾ ਨਾਮ ਮੋਟਰਸਾਈਕਲ ਸੀਗਾ ਜੀ, ਅਤੇ ਆਪਣਾ ਬੈਸਟ ਕਬੂਤਰ ਹੈ ਜੀ, ਬਹੁਤ ਜ਼ਿਆਦਾ ਘਰ ਉੱਡਿਆ, ਇਹਦੇ ਬੱਚੇ ਬਹੁਤ ਜ਼ਿਆਦਾ ਉੱਡੇ ਜੀ, 2 ਬਾਜੀਆਂ ਛੱਡੇ ਸੀਗੇ ਰੀਸੈਂਟਲੀ, ਹੁਣ ਦੂਸਰ ਜਿੱਤੀ ਜੀ ਇੱਕ ਬਾਜੀ ਜ਼ਿਆਦਾ ਪੱਠੇ ਨੇ। ਅਤੇ ਇਹ ਕਬੂਤਰ ਰਾਜਨ ਵਾਲਿਆਂ 'ਚੋਂ ਨੇ ਜੀ, ਬਾਈ ਬਲਬੀਰ ਬੋਸਲ ਆਪਣਾ ਉਹਨਾਂ ਦੇ ਘਰੋਂ ਨਹੀਂ ਆਏ ਹੈਗੇ ਨੇ, ਕਾਫ਼ੀ ਮੰਨੇ ਖਿਡਾਰੀ ਨੇ ਅਤੇ ਉਹਨਾਂ ਕੋਲ ਲਿਆਉਂਦੇ ਨੇ ਜੀ। ਦੂਸਰੀ ਨਸਲ ਆਪਣੇ ਕੋਲ ਹੈਗੀ ਜੀ, ਇੱਕ ਨਸਲ ਦਾ ਨਾਮ ਅਸੀਂ ਸੰਭਾਲ ਕੇ ਵਾਲੇ ਰੱਖੇ ਹੋਏ ਨੇ ਜੀ, ਲਾਲ ਚੀਨੇ ਨੇ ਜੀ, ਸਾਰੇ ਜਿੰਨੇ ਵੀ ਲਾਲ ਚੀਨੇ ਨੇ ਉਹ ਸਾਰੇ ਇੱਕ ਹੀ ਨਸਲ 'ਚੋਂ ਨੇ ਜੀ। ਮੈਂ ਤੁਹਾਨੂੰ ਹੁਣ ਕਬੂਤਰ ਦੱਸਣਾ ਜੀ, ਜਿਹੜਾ ਆਪਣਾ ਕਬੂਤਰ 4th-5th ਨੰਬਰ 'ਤੇ ਰਹਿ ਗਿਆ ਠੀਕ ਹੈ ਜੀ, ਆਹ ਕਬੂਤਰ ਜੀ ਆਪਣਾ 3rd-3rd ਨੰਬਰ 'ਤੇ ਹਰ ਗਿਆ ਸੀਗਾ, ਇੱਕ ਹੀ ਨਸਲ 'ਚ ਕਬੂਤਰ ਹੈ ਜੀ, ਅਤੇ ਭੱਜਦੇ ਨਹੀਂ ਗਿੱਧਰੋਂ ਵੀ ਨਾ, ਇਹਨਾਂ ਕਬੂਤਰਾਂ ਨੇ ਟੀ ਲਵਾਈ ਹੈ ਜੀ। ਕਿਹੜੀ ਨਸਲ 'ਚ ਹੈ ਕਬੂਤਰ ਆਪਣਾ? ਇਹ ਕਬੂਤਰ ਜੀ ਧੰਨੇ ਵਾਲਿਆਂ 'ਚੋਂ ਹੈਗੇ ਨੇ ਜੀ, ਜੀ ਅਤੇ ਥੋੜ੍ਹੇ ਮਿਸ ਪਾਏ ਹੋਏ ਨੇ ਆਪਣੇ ਕਬੂਤਰਾਂ ਨਾਲ, ਅਤੇ ਪਰ ਇਹਨਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਜੀ। ਮੈਂ ਦੱਸੂਗਾ ਆਪਣੇ ਕੋਲ ਜਿਹੜੇ ਕਈ ਕਬੂਤਰ ਪਏ ਐਸੇ ਜਿਹੜੇ 4-4, 5-5 ਬਾਜੀਆਂ ਜੀ, ਥੋੜ੍ਹਾ ਤੁਹਾਨੂੰ ਵਿਸਥਾਰ ਦੇ ਨਾਲ ਕਬੂਤਰ ਵਿੱਚ ਰੱਖੋ, ਜੂਮ ਹੋ ਗਿਆ ਜੀ ਪੂਰਾ। ਹਾਂਜੀ ਚਿੱਟੀਆਂ ਜਿਹਦੀਆਂ ਅੱਖਾਂ ਜੀ, ਲਾਲ ਸਰਾ ਕਬੂਤਰ ਹੈ, ਪਰ ਜੋ ਕਿ ਫੁੱਲ ਲੈਂਥ ਹੈ ਇਹਨਾਂ ਦੀ ਇੱਕ ਪਰਾਂ ਦੀ, ਤੁਸੀਂ ਦੇਖਣੀ ਹੈ ਜੀ ਪਰਾਂ ਦੀ, ਤੁਸੀਂ ਜੇ ਖੋਲਾਂਗੇ ਅਸੀਂ ਤੇ ਦੇਖੋ ਜਿਵੇਂ ਤਲਵਾਰ ਜਿਵੇਂ ਕਹਿੰਦੇ ਆ ਪਰ, ਹੈ ਨਾ ਜੀ। ਹਾਂਜੀ ਪੂਰੀ ਤਲਵਾਰ ਧਾਰ ਪਰ ਹੈ, ਬਰੀਕ ਨੇ ਪਤਲੇ ਨੇ, ਕਈਆਂ ਦੇ ਇੱਥੋਂ ਐਵੇਂ ਜਾ ਕੇ ਕਰਦ ਟਾਈਪ ਹੁੰਦੇ ਆ ਜੀ ਪਰ। ਲਾਲ ਚੀਨਾ ਖੱਟੀਆਂ ਚਿੱਟੀਆਂ, ਹੋਰ ਕੋਈ ਖਾਸ ਕਬੂਤਰ? ਦੋ ਹੀ, ਇੱਕ ਜ਼ਿਆਦਾ ਆਪਣੇ ਕੋਲ ਇੱਕ ਹੀ ਨਸਲ ਹੈ ਜੀ ਜਿਹਨਾਂ ਦਾ ਅਸੀਂ ਨਾਮ ਹੀ ਸੰਭਾਲ ਕੇ ਲਈ ਰੱਖਿਆ ਹੋਇਆ ਜੀ। ਜੀ ਅਤੇ ਸਭ ਤੋਂ ਜ਼ਿਆਦਾ ਆਪਣੇ ਕੋਲ ਕਬੂਤਰ ਉਹੀ ਬਾਜੀਆਂ ਜਿੱਤੇ ਨੇ, ਉਹੀ ਉੱਡੇ ਨੇ, ਹੈ ਉਹ ਧੰਨੇ ਵਾਲਿਆਂ 'ਚੋਂ ਨੇ ਸਾਰੇ ਜੀ, ਪਰ ਅਸੀਂ ਨਾਮ ਉਹਨਾਂ ਦਾ ਆਪਣੇ ਘਰ ਦੇ ਹਿਸਾਬ ਨਾਲ ਰੱਖਿਆ ਵੀ ਉਹ ਸੰਭਾਲ ਕੇ ਵਾਲੇ ਵੱਜਦੇ, ਫਿਰ ਉਹ ਹੈ ਸਾਰਾ
ਬਾਕੀ ਹੋਰ ਮਿਕਸ ਵੀ ਕਬੂਤਰ ਹੈਗੇ ਨੇ ਇਹ ਕਿੰਨਾ ਚ ਇਹ ਕਬੂਤਰ ਬਾਦਲ ਵਾਲਿਆਂ ਕੋਲ ਹੈ ਜੀ ਲਓ ਜੀ ਇਹ ਕਬੂਤਰ ਬਾਹਰ ਘਰੇ ਬਹੁਤ ਉੱਡੇ ਨੇ ਜੀ ਗਰਮੀ 'ਚ 4-5 ਵਜੇ ਤੱਕ ਉੱਡਿਆ ਜੀ ਇਹ ਕਬੂਤਰ ਪਰ ਛੱਡਿਆ ਨਹੀਂ ਬਾਹਰ ਬਾਜੀ 'ਚ ਉਹਦਾ ਰੀਜ਼ਨ ਸੀਗਾ ਜੀ ਉੱਚਾ ਉੱਡਦਾ ਸੀਗਾ ਮੈਂ ਕਿਹਾ ਵੀ ਜਿਹੜੇ ਉੱਚੇ ਉੱਡਣ ਵਾਲੇ ਨੇ ਲੰਘ ਨਾ ਜਾਏ ਡਰਦਿਆਂ ਨੇ ਨਹੀਂ ਛੱਡਿਆ ਜੀ ਬਹੁਤ ਜ਼ਿਆਦਾ ਚੰਗਾ ਕਬੂਤਰ ਉੱਡਦਾ ਜੀ ਕਹਿੰਦਾ ਆਪਣੇ ਕੋਲ ਪੱਠੇ ਵੀ ਹੈਗੇ ਦੋ ਉੱਥੇ ਕੀ ਕਢਾਏ ਛਕਾਂਗੇ ਦੇਖਾਂਗੇ ਕੀ ਰਿਜ਼ਲਟ ਰਹਿੰਦਾ ਇਹਦੀ ਕਬੂਤਰੀ ਛੱਡੀ ਸੀਗੀ ਇੱਕ ਪੱਠੀ ਇਹਦੀ ਲੁਧਿਆਣੇ ਦੇ ਕੋਲ ਅਤੇ ਉੱਥੇ ਦੂਸਰ 'ਚ ਚੌਥੇ ਕੁ ਨੰਬਰ 'ਤੇ ਹਾਰ ਗਈ ਸੀਗੀ ਸਾਨੂੰ ਦੂਸਰ ਛੱਡਣੀ ਵੀ ਨਹੀਂ ਆਈ ਜੀ ਇੱਕ ਕਬੂਤਰ ਹੋਰ ਦਿਖਾਉਣੇ ਜੀ ਤੁਹਾਨੂੰ ਥੋੜ੍ਹਾ ਜਿਹਾ ਹਾਂਜੀ ਇਹ ਤੁਸੀਂ ਦੇਖੋ ਜੀ ਕਿਹੜੇ ਵਾਲਿਆਂ 'ਚ ਤੁਹਾਨੂੰ ਲੱਗਦਾ ਜੀ ਇੱਕ ਅੱਖ ਇਹਦੀ ਪੀਲੀ ਹੈ ਇੱਕ ਅੱਖ ਕਾਲੀ ਹੈ ਜੋ ਕਿ ਤਾਂ ਦੇਖੋ ਤੁਸੀਂ ਗ੍ਰੀਨ ਕਲਰ ਦੀਆਂ ਜਿਹੜੀਆਂ ਇਹਦੇ ਖੰਭ ਲਿਸ਼ਕਾਂ ਮਾਰ ਰਹੇ ਆ ਲਾਈਟ ਦੇ ਵਿੱਚ ਚੁੰਝ ਆ ਜਿਹੜੀ ਥੋੜ੍ਹੀ ਜਿਹੀ ਉੱਪਰਲੀ ਲੰਬੀ ਹੈ ਜੀ ਮਾਮੂਲੀ ਜੀ ਜਿਹੜੀ ਚੁੰਝ ਹੈ ਉੱਪਰਲੀ ਚੁੰਝ ਥੱਲੇ ਵਾਲੀ ਨਾਲੋਂ ਲੰਬੀ ਹੈ ਜਿਵੇਂ ਤੋਤੇ ਦੀ ਹੁੰਦੀ ਹੈ ਇੱਧਰਲੀ ਅੱਖ ਪੀਲੀ ਇੱਧਰਲੀ ਅੱਖ ਹੈ ਜਿਹੜੀ ਸ਼ਾਖ ਬੜਾ ਉਸਦੇ ਉੱਪਰ ਕਾਲੇ ਜਿਹੜੇ ਹੈ ਲੌਂਸ ਦਿੱਤੇ ਰਹੀ ਹੈ ਖੰਭ ਥੱਲੇ ਵਾਲੇ ਵੀ ਜਿਹੜੇ ਲੌਂਸ ਕੱਢੀ ਹੋਈ ਹੈ ਜੀ ਦੋ ਖੰਭਾਂ ਦੀ ਇੱਕ ਖੰਭ ਵਿੱਚ ਕਾਲਾ ਵੀ ਹੈ ਇਹ ਜ਼ਿਆਦਾਤਰ ਤਾਂ ਦੇਖੋ ਜੀ ਜਿੰਨੀ ਸਾਨੂੰ ਹੈ ਪੁੰਨੂ ਵਾਲੇ ਜਿਹੜੇ ਕਬੂਤਰ ਉਹਨਾਂ ਦੀ ਮਿਸ ਲੱਗ ਰਹੀ ਹੈ ਸਾਨੂੰ ਹਾਂਜੀ ਇਹ ਕਬੂਤਰ ਕਿਸੇ ਨੇ ਬਾਜੀ 'ਚ ਛੱਡਿਆ ਸੀਗਾ ਰਾਤ ਰਹਿ ਗਿਆ ਸੀਗਾ ਜੀ ਕਿਸੇ ਨੇ ਚੁੱਕ ਲਿਆ ਸੀਗਾ ਜੀ ਮੈਂ ਉਹਦੇ ਕੋਲੋਂ ਮੁੱਲ ਲੈ ਲਿਆ ਜੀ ਫਿਰ ਬਾਅਦ 'ਚ ਪਰ ਇਹਦਾ ਜਿਹੜਾ ਅਸਲੀ ਮਾਲਕ ਸੀਗਾ ਜਾਂ ਓਰੀਜਨਲ ਮਾਲਕ ਸੀਗਾ ਉਹ ਆਇਆ ਨਹੀਂ ਜੀ ਜੀ ਅਤੇ ਸਾਨੂੰ ਪਤਾ ਨਹੀਂ ਸੀ ਲੱਗਾ ਕਿਹਦਾ ਇਹ ਬੱਚਾ ਸੀਗਾ ਛੋਟਾ ਜਿਹਾ ਜੀ ਫਿਰ ਇਹਦੇ ਮੈਂ ਇਹਨੂੰ ਘਰੇ ਡਾਇਆ ਨਹੀਂ ਮੈਂ ਐਵੇਂ ਕਹਾਂ ਜੀ ਅਤੇ 7 ਵਜੇ ਜਦੋਂ 7:30 ਵਜੇ ਕਿਸੇ ਨੇ ਪਕੜ ਲਿਆ ਜੀ ਅਤੇ ਉਸ ਤੋਂ ਬਾਅਦ ਫਿਰ ਇਹਦੇ ਹੁਣ ਬੱਚੇ ਉੱਡੇ ਆਪਣੇ ਕੋਲ 2-4 ਜੀ ਇਹ ਆਪਣੇ ਕੋਲ ਬਹੁਤ ਮਸਤ ਕਬੂਤਰ ਜੀ ਹੈ ਬਹੁਤ ਵਧੀਆ ਫੰਗ ਦੇਖੋ ਜੀ ਇਹਦੇ ਪੂੰਛ ਦੇ ਨਾਲ ਲਾ ਲਓ ਜੀ ਇੱਕ ਆਹ ਦਿਖਾਉਣੇ ਤੁਹਾਨੂੰ ਲਾਲ ਚੀਨਾ ਲੈਂਥ ਦੇਖੋ ਖੰਭਾਂ ਦੀ ਦਾਣਾ ਸ਼ਾਇਦ ਬੱਚੇ ਕੱਢੇ ਕਿ ਵੈਸੇ ਹੈ ਨਹੀਂ ਵੈਸੇ ਲਾਲ ਚੀਨਾ ਇਹ ਜੀ ਖਰੀਦਿਆ ਸੀ ਫਿੱਕੀਆਂ ਜਿਹੜੀਆਂ ਹੈਗੀਆਂ ਪੀਲੀਆਂ ਅੱਖਾਂ ਜੀ ਇਹਦੀਆਂ ਫਿੱਕੀਆਂ ਪੀਲੀਆਂ ਸ਼ਾਇਦ ਤੰਗ ਹੋ ਜਾਣ ਹਾਂਜੀ ਹਾਂਜੀ ਆਹ ਕਬੂਤਰ ਵੀ ਮੁੱਲ ਲੈ ਕੇ ਆਉਂਦਾ ਸੀਗਾ ਜੀ ਬਠਿੰਡੇ ਤੋਂ ਲੈ ਕੇ ਆਉਂਦਾ ਸੀ ਇਹ ਕਬੂਤਰ ਜੀ ਕਿਸੇ ਕੋਲੋਂ ਕਿਸੇ ਨੇ ਸਪੈਸ਼ਲ ਸਾਡੇ ਵਾਸਤੇ ਮੰਗਵਾਇਆ ਸੀਗਾ ਜੀ ਇੱਕ ਆਹ ਕਬੂਤਰ ਦਾ ਜ਼ਿਕਰ ਹਾਂਜੀ 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 ਇਹ ਕਬੂਤਰ ਆਪਣਾ ਬਹੁਤ ਜ਼ਿਆਦਾ ਘਰੇ ਉੱਡਿਆ ਜੀ ਜੀ ਹੁਣ ਬਾਜੀ 'ਚ ਵੀ ਛੱਡਣਾ ਜੀ ਇਹਨੂੰ ਜੀ ਅਤੇ ਇਹ ਆਪਣਾ ਧੰਨੇ ਵਾਲਿਆਂ 'ਚ ਵੀ ਹੈਗਾ ਜੀ ਜੀ ਜਿੱਦਾਂ ਕਿ ਵੀ ਇਹਦਾ ਰੰਗ ਰੁੰਗ ਮਾਰਿਆ ਜੀ ਹੁਣੇ ਪਰ ਉਹ ਛਿੱਟੇ ਛੁੱਟੇ ਜਿਹੇ ਲੱਗ ਗਏ ਪਰ ਹੁਣ ਕੱਢਦੇ ਨੇ ਥੋੜ੍ਹੇ ਥੋੜ੍ਹੇ ਫੰਗ ਉਸ ਹਿਸਾਬ ਨਾਲ ਤਾਂ ਕਿ ਇਹ ਅਗਲੇ ਜਿਹੜੇ ਵੀ ਪਰ ਆਉਣ ਇਹਦੇ ਇਹਨਾਂ ਦੇ ਕੋਈ ਇਹ ਲਾਸਟ ਵਾਲਾ ਪਰ ਛੋਟਾ ਹੈ ਜੀ ਜੀ ਬਹੁਤ ਵਧੀਆ ਕਬੂਤਰ ਹੈ ਲਓ ਜੀ ਪਿਓਰ ਹੈ ਜੀ ਬਿਲਕੁਲ ਇਹਨਾਂ ਦਾ ਦੱਸਣਾ ਹੈ ਕਿ ਕਬੂਤਰ ਨਿਕਲਦੇ ਵੀ ਨਹੀਂ ਪਿੰਡ ਨਹੀਂ ਜੀ ਜਾਂਦੇ ਨਹੀਂ ਹੈਗੇ ਬਾਹਰ ਢਿੱਲੇ ਢਿੱਲੇ ਉੱਡਦੇ ਨੇ 12 ਵਜੇ ਲੱਗਦਾ ਬਹਿ ਜਾਣਗੇ ਜੀ ਪਰ ਸ਼ਾਮੀ 5 ਵਜੇ ਨੂੰ ਲੱਗਦਾ ਜਿਵੇਂ ਹੁਣੇ ਛੱਡੇ ਨੇ ਜੀ ਕੁਛ ਇੱਕ ਕਬੂਤਰ ਜੋ ਕਿ ਮੈਨੂੰ ਕੁਛ ਖਾਸ ਲੱਗਿਆ ਵਿੱਚੋਂ ਕਬੂਤਰਾਂ 'ਚੋਂ ਹਾਂਜੀ ਬੁੱਢਾ ਹੋ ਗਿਆ ਹਾਂਜੀ ਕਾਫੀ ਪੁਰਾਣਾ ਹੋ ਗਿਆ ਪੁਰਾਣਾ ਮੁੱਲ ਲਿਤਾ ਜੀ ਆਪ ਕਿਸੇ ਬੰਦੇ ਕੋਲ ਜੀ ਬੱਚੇ ਦੇ ਬਹੁਤ ਉੜੇ ਲਓ ਜੀ ਤਾਂ ਕਰਕੇ ਉਹਨੂੰ ਬੰਦੇ 22 ਕਿਲੋ ਕਬੂਤਰ ਮੁੱਲ ਲੈ ਲਿਆ ਜੀ ਉਹ ਰੁਕ ਜਾ ਬੱਲਿਆ ਰੁਕ ਜਾ ਲਓ ਜੀ ਚੋਗਾ ਦੇਣਾ ਸਟਾਰਟ ਕਰਦਾ ਪੀਲੀਆਂ ਅੱਖਾਂ ਕਾਫੀ ਵਧੀਆ ਕਬੂਤਰ ਹੈ ਜੀ ਪਹਿਚਾਣ ਸਕਦੇ ਹੋ ਤੁਸੀਂ ਕਿੰਨਾ ਚੁੱਪ ਹੋਊਗਾ ਕੌਣ ਬੰਦ
ਪਰ ਦੇਖੋ ਜੀ ਕਿੱਥੇ ਕਿੱਥੇ ਜਾ ਰਹੇ ਆ ਲੰਬੇ। ਬਸ ਹੁਣ ਇਹਨਾਂ ਦੇ ਅਸੀਂ ਪੱਟੇ ਨਹੀਂ ਨਾ ਹੀ ਪੱਟਣੇ ਨੇ ਜੀ, ਕਿਉਂ ਮੈਂ ਕਿਹਾ ਆਪਣੇ ਆਪ ਹੀ 5 ਸਾਲ ਹੋ ਜਾਣਗੇ ਜੀ। ਹਾਂਜੀ, ਕਿਉਂਕਿ ਹੁਣੇ ਦੂਸਰੇ ਘਰੋਂ ਵੀ ਇੱਧਰ ਸਾਰੇ ਲੈ ਕੇ ਆਏ ਹਨ। ਇਹ ਕਾਕੇ ਵਾਲਿਆਂ 'ਚ ਜੀ ਕਬੂਤਰੀ ਨਵਾਂ ਕਿਹੜਾ ਕਾਕਾ ਦੇਖੋ ਜੀ ਆਹ ਛਿੰਬ। ਹਾਂਜੀ, ਉਹਦੇ ਘਰੋਂ ਹੀ ਆਈ ਹੈ ਜੀ ਆਹ ਛਿੰਬ, ਆਹ ਕਾਲਾ ਛਿੰਬ ਇੱਧਰਲੇ ਪਾਸੇ ਆਹ ਕਾਲਾ ਛਿੰਬ। ਜੀ ਬਹੁਤ ਹੀ ਵਧੀਆ, ਪੰਜਾਬ ਦੇ ਕੀ ਸਾਰੇ ਇੰਡੀਆ ਦੇ ਸੁਪਰ ਸਟਾਰ ਬਾਈ ਜੀ ਕਾਕਾ ਨਵਾਂ ਕਿਲਾ, ਨਹਾਇਤ ਹੀ ਸ਼ਰੀਫ ਆਦਮੀ, ਜਿਨ੍ਹਾਂ ਨੂੰ ਮੈਨੂੰ ਲੱਗਦਾ ਪੰਜਾਬ ਦਾ ਕੀ ਹਰ ਇੱਕ ਹਿੰਦੁਸਤਾਨ ਦਾ ਕੀ ਹਰ ਇੱਕ ਮੁਲਕ ਦਾ ਬੱਚਾ ਬੱਚਾ ਜੋ ਵੀ ਕਬੂਤਰ ਖਿਡਾਰੀ ਰੱਖਦਾ ਹਰ ਇੱਕ ਬੰਦਾ ਜਾਣਦਾ ਜੀ ਬਾਈ ਜੀ ਕਾਕਾ ਨਵਾਂ ਕਿਲਾ ਬਹੁਤ ਹੀ ਉੱਚਾ ਕਬੂਤਰਬਾਜ਼ੀ ਦੇ ਵਿੱਚ ਉਹਨਾਂ ਦਾ ਜਿਹੜਾ ਕੱਦ ਹੈ ਬਹੁਤ ਉੱਚਾ ਜੀ। ਸ਼ਾਇਦ ਵੈਸੇ ਉਹ ਮਧਰੇ ਆ ਥੋੜ੍ਹੇ ਜੀ ਕੱਦ 'ਤੇ, ਪਰ ਕਬੂਤਰਬਾਜ਼ੀ 'ਚ ਉਹਨਾਂ ਦਾ ਜਿਹੜਾ ਕੱਦ ਹੈ ਸ਼ਾਇਦ ਬਹੁਤ ਉੱਚਾ। ਸੋ ਮੈਂ ਵੀ ਸਲੂਟ ਕਰਦਾ ਬਾਈ ਜੀ ਨੂੰ, ਸਾਡੇ ਹੇਠਾਂ ਦੇ ਬਹੁਤ ਵਧੀਆ ਪਲੇਅਰ ਬਾਈ ਜੀ ਕਾਕਾ ਨਵਾਂ ਕਿਲਾ। ਹਾਂਜੀ, ਮੈਂ ਕਬੂਤਰੀ ਜੀ ਉਹਨਾਂ ਦੇ ਘਰੋਂ ਆਈ ਆ, ਇਹ ਕਬੂਤਰੀ ਕਿਤੇ ਟਾਵਰ ਟੂਵਰ 'ਤੇ ਲੱਗੀ ਸੀਗੀ ਬਹਿਣ ਜੀ, ਅਤੇ ਇਹ ਉਹਨਾਂ ਕੋਈ ਆਪਣਾ ਯਾਰ ਬੇਲੀ ਸੀ ਉੱਥੇ ਗਿਆ, ਉਹਨਾਂ ਨੇ ਉਹਨਾਂ ਨੂੰ ਦੇ ਦਿੱਤੀ, ਕਹਿੰਦਾ ਤੂੰ ਲੈ ਜਾ ਜੀ, ਘੁੰਮਣ ਨੂੰ ਅੱਗੇ ਗਿਫਟ ਕਰ ਗਿਆ ਜੀ, ਆ ਜਾਂਦੇ ਜਾਂਦੇ ਗਿਫਟ ਕਰ ਗਿਆ ਸੀਗਾ, ਕਹਿੰਦਾ ਬਾਈ ਕਬੂਤਰੀ ਕਹਿੰਦਾ ਉਹਨੇ ਘਰੋਂ ਲੈ ਕੇ ਆਏ, ਮੈਂ ਕਿਹਾ ਮੈਂ ਕੋਈ ਛੱਡ ਜਾ ਜੀ, ਇਹਦੇ ਬੱਚੇ ਕਢਾਏ ਬਹੁਤ ਉੱਡੇ ਜੀ, ਮੋਟਰਸਾਈਕਲ ਨਾਲ ਪਾਈ ਸੀਗੀ ਇਹ ਬਹੁਤ ਉੱਡੇ ਦੇ, ਪਰ ਹੁਣ ਤੁਹਾਡੇ ਕਬੂਤਰ ਪਿੱਛੇ ਜੀ ਮਾੜੇ ਜਿਹੇ ਠੰਡ ਠੁੰਡ ਕਰਕੇ ਉੱਡੇ ਨਵੇਂ ਤਾਜ਼ੇ ਹੋਣ ਕਰਕੇ ਮਾੜੇ ਜਿਹੇ ਕਬੂਤਰ ਢਿੱਲੇ ਜਿਹੇ ਹੋ ਗਏ ਸੀਗੇ, ਹੁਣ ਕਬੂਤਰ ਸਾਰੇ ਸੈੱਟ ਨੇ, ਅਤੇ ਤਾਂ ਕਰਕੇ ਹੁਣ ਲਾਵਾਂਗੇ ਜੋੜੀਆਂ ਇਹਨਾਂ ਦੀਆਂ ਫਿਰ ਕਢਾਵਾਂਗੇ ਜੀ ਇਹਨਾਂ ਦੇ ਵਿੱਚ। ਲਓ ਜੀ ਕਾਕਾ ਨਵਾਂ ਕਿਲਾ, ਜਿਹੜੇ ਮੇਰੇ ਵੀਰ ਨੇ ਕਬੂਤਰ ਉਹਨਾਂ ਨੇ ਨਹੀਂ ਵੇਖੇ ਸੀ ਉਹਨਾਂ ਦੇ ਘਰ ਦਾ ਕਬੂਤਰ, ਹਾਂਜੀ ਉਹਨਾਂ ਦੇ ਬਿਲਕੁਲ ਘਰ ਦਾ ਜੀ, ਕੋਈ ਇੱਧਰ ਉੱਧਰ ਨਹੀਂ ਸੁਣਿਆ। ਬਾਕੀ ਕੁਛ ਕਬੂਤਰ ਇੱਕ ਜੇਕਰ ਸਾਡੇ ਬਾਪੂ ਬਜ਼ੁਰਗ ਖਿਡਾਰੀ ਨਿਹੰਗ ਬਾਬਾ ਘਰਾਂਗੜਾ ਜੇਕਰ ਕਰਦੇ ਹੁੰਦੇ ਆ ਦਾੜੀ ਵਾਲਾ, ਇਹਨਾਂ ਦੇ ਖੁੱਡੇ 'ਚ ਵੀ ਆਪਾਂ ਨੂੰ ਦਾੜੀ ਵਾਲਾ ਵੇਖਣ ਨੂੰ ਮਿਲਿਆ ਜੀ। ਲਓ ਜੀ ਇਹ ਕਿੱਥੋਂ ਦਾ ਜੀ ਦਾੜੀ ਵਾਲਾ, ਕਿਹਦਾ ਪੱਠਾ ਪਿਛਲੇ ਸਾਲ ਦਾ ਹੀ ਪੱਠਾ ਮੇਰੇ ਦਿਮਾਗ ਚੋਂ ਨਿਕਲ ਗਿਆ ਜੀ, ਤੇ ਘਰੇ ਬਹੁਤ ਉੱਡਿਆ ਜੀ। ਲਓ ਜੀ ਬਹੁਤ ਲੰਬੇ ਜਿਹੜੇ ਇਹਦੇ ਪਰ ਹੈ ਤਿੱਖੇ ਨੇ ਜੀ, ਦੇਖੋ ਤਿੱਖੇ ਲੰਬੇ ਕਾਫੀ ਲੰਬੇ ਪਰ ਹੈ ਜੀ, ਸ਼ਾਇਦ ਪੂਛ ਤੋਂ ਮੈਨੂੰ ਲੱਗਦਾ ਵੀ ਜੇ ਆਪਾਂ ਕਰੀਏ ਤਾਂ ਬਰਾਬਰ ਜਾਂਦਾ, ਉਸ ਤੋਂ ਵੀ ਥੋੜ੍ਹਾ ਜਿਹਾ ਵੱਧ ਕੇ ਪਿੱਛੇ ਨੂੰ ਰੱਖਾਂ। ਹਾਂਜੀ ਹਾਂਜੀ ਬਹੁਤ ਜ਼ਿਆਦਾ ਡਾਵੇ ਨੇ ਜੀ, ਬਹੁਤ ਜ਼ਿਆਦਾ ਡਾਵੇ, ਯਾਦ ਦਵਾਈ ਇਸ ਕਬੂਤਰ ਨੇ ਬਾਬਾ ਜੀ ਨਿਹੰਗ ਘਰਾਂਗੜੇ ਤੋਂ, ਔਰ ਬਾਈ ਉਹਨਾਂ ਨੂੰ ਵੀ ਮੇਰਾ ਜੀ ਸਤਿਕਾਰ ਮੇਰਾ ਸਤਿ ਸ਼੍ਰੀ ਅਕਾਲ ਹੈ ਜੀ। ਚਲੋ ਤਾਂ ਸੁਪਰ ਸਟਾਰ ਆਦਮੀ ਨੇ ਉਹ ਸੁਪਰ ਸਟਾਰ ਹੀ ਰਹਿਣਗੇ ਜੀ, ਅਤੇ ਸਾਨੂੰ ਇਹ ਵੀ ਅਸੀਂ ਤਾਂ ਥੋੜ੍ਹੇ ਬਹੁਤੇ ਸ਼ੌਕੀਨ ਨਹੀਂ ਹਾਂ ਜੀ, ਆਪਣਾ ਸ਼ੌਂਕ ਪੂਰਾ ਕਰ ਲਿਆ, ਬਸ 2-4-10 ਵੀ ਬਾਜ਼ੀਆਂ ਛੱਡ ਲਈਆਂ ਜੀ, ਅਤੇ ਉਹਦੇ ਨਾਲ ਹੀ ਆਪਾਂ ਨੂੰ ਲਾਈਫ ਦੀ ਸੰਤੁਸ਼ਟੀ ਹੋ ਜਾਂਦੀ ਹੈ ਜੀ। ਖਾਸ ਮੂਵੀ ਬਣ ਰਹੀ ਹੈ ਤੇਰੀ, ਲੋਕਾਂ ਨੂੰ ਵੇਖੇਗੀ ਤੂੰ, ਹਜ਼ਾਰ ਵਾਲੀ ਹੈ ਜੀ। ਲਓ ਜੀ ਹਜ਼ਾਰ ਵਾਲੀ ਔਰ ਰੁਕ ਜਾ ਭਾਈ ਕਬੂਤਰੀ ਬਾਲੇ ਦੇਖੇ ਵੀਰ ਤੇਰੇ। ਲਓ ਜੀ ਚਿੱਟੀਆਂ ਅੱਖਾਂ ਦੁੱਧ ਵਰਗੀਆਂ ਜਿਵੇਂ ਕਹਿ ਦਿੰਦੇ ਆ, ਚਿੱਟੀਆਂ ਅੱਖਾਂ ਉਹਦਾ ਤਾਂ ਸਿਰ ਦੇਖੋ ਜੀ ਅੰਦਰ ਟੋਰੀ ਜੀ ਬਣਦੀ ਜੀ, ਆਹ ਬੈਠਾ ਗੁੱਠਾ ਜਿਹਨੂੰ ਆ ਕਹਿ ਦਿੰਦੇ ਪ੍ਰੈਸ ਵਾਲਾ, ਹਾਂਜੀ ਇਹ ਪਿਓਰ ਹੈ ਜੀ ਬਿਲਕੁਲ ਜੀ। ਇਹ ਤੁਸੀਂ ਕਿੱਥੋਂ ਲਈ? ਇਹ ਆਪਾਂ ਕੋਲ ਆਈ ਹੈਗੀ ਮਲੋਟ ਤੋਂ ਜੀ, ਰੋਮੇ ਤੋਂ, ਰੋਮੇ ਤੋਂ ਜੀ। ਜਦੋਂ ਮਲੋਟ ਦਾ ਨਾਂ ਲਿਆ ਤੁਹਾਨੂੰ ਪਤਾ ਹੀ ਤੇ ਰੋਮੇ ਦਾ ਨਾਂ ਨਾ ਆਵੇ ਹੋ ਹੀ ਨਹੀਂ ਸਕਦਾ। ਮੇਰੇ ਰੋਮੇ ਵੀਰ ਨੇ ਗਿਫਟ ਭੇਜੀ ਹੈ ਜੀ, ਪਿਓਰ ਹਜ਼ਾਰ ਵਾਲਿਆਂ ਦੀ ਹੈ ਜੀ ਪੱਟੀ। ਲਓ ਜੀ ਸਾਡੇ ਏਰੀਏ ਦੇ ਕਬੂਤਰ ਆ ਗਏ ਜੀ, ਮਲੋਟ ਦੇ ਬਿਲਕੁਲ। ਲਓ ਜੀ ਬੱਚੇ ਬੁੱਚੇ ਕਢਾਏ ਇਹਦੇ? ਬਸ ਹੁਣੇ ਹਲੇ ਲਾਣੀ ਹੈ ਜੀ, ਠੀਕ ਲਾਈ ਨਹੀਂ ਹੈਗੀ, ਠੀਕ ਹੈ ਅਤੇ ਇਹਦੇ ਕਢਾਵਾਂਗੇ, ਬੱਚੇ ਕਢਾਵਾਂਗੇ ਜੀ। ਕੁਛ ਕਬੂਤਰ ਮੇਰੇ ਫੇਵਰੇਟ ਕਬੂਤਰ ਨੇ ਜੀ, ਜੀ ਕੁਛ ਇੱਧਰ ਮੈਂ ਤੁਹਾਨੂੰ ਦੱਸਾਂਗਾ ਜੀ, ਇਹ ਆਪਾਂ ਬਾਹਰ ਦੇਖਦੇ ਹਾਂ। ਚਲੋ ਇੱਥੇ ਇਹਨਾਂ ਨੂੰ ਮੂਵੀ ਬਣਾਉਣ ਦੇ ਬਾਅਦ Thank you.
ਆਪਾਂ ਵਿਖਾਉਣੇ ਇਹਨਾਂ ਦਾ ਖੁੱਡਾ ਨੰਬਰ 4 ਅੱਜ ਆ ਰਿਹਾ ਇਹਦੇ ਦੋ ਤਿੰਨ ਜੋੜੀਆਂ ਨੇ ਜੀ ਆਪਣੇ ਕੋਲ ਜੀ ਆਓ ਜੀ ਖੁੱਡਾ ਖੱਟੀਆਂ ਦੇ ਹੈਗੀ ਕਬੂਤਰੀ ਵੀ ਖੱਟੀਆਂ ਦਾ ਕਬੂਤਰ ਵੀ ਖੱਟੀਆਂ ਦਾ ਦੋਨੇ ਲਾਲਚੀਨੇ ਨੇ ਜੀ ਮੈਂ ਇਹਨਾਂ ਦੇ ਤੁਹਾਨੂੰ ਬੱਚੇ ਦੱਸੂੰਗਾ ਜੀ ਰੱਤੇ ਬੱਚੇ ਕੱਢਦੇ ਨੇ ਜ਼ਿਆਦਾ ਲਾਲ ਰੱਤੇ ਅਤੇ ਜਿਵੇਂ ਤਾਂ ਗੋਲੇ ਹੁੰਦੇ ਨੇ ਉਵੇਂ ਦੇ ਜ਼ਿਆਦਾ ਕੱਢਦੇ ਨੇ ਜੀ ਹਰ ਤਰ੍ਹਾਂ ਦਾ ਬੱਚਾ ਕੱਢ ਦਿੰਦੇ ਨੇ ਜੀ ਭੱਜਦੇ ਨਹੀਂ ਸ਼ੁਰੂ 'ਚ ਤਾਂ ਉੱਡਦੇ ਨੇ ਮੱਠੇ 2 ਵਜੇ ਤੱਕ ਉਸ ਤੋਂ ਬਾਅਦ ਜਿਹੜੇ ਉਹ ਆਪਣੀ ਡਾਂ 'ਚ ਆਉਂਦੇ ਨੇ ਫਿਰ ਦਿਖਾਉਂਦੇ ਨੇ ਜੀ ਇਹ ਫਿਰ ਬਹਿੰਦੇ ਹੀ ਨਹੀਂ ਹੈਗੇ ਜੀ ਥੱਲੇ ਅੱਧ ਕਪੱਟੇ ਤੋਂ ਥੋੜ੍ਹੇ ਜਿਹੇ ਥੱਲੇ ਉੱਡਦੇ ਨੇ ਜੀ ਇਹ ਹੁਣ ਬਸ ਹੁਣੇ ਜੋੜੀ ਇਹਨਾਂ ਨੇ ਇੱਕ ਦੋ ਦਿਨ ਇੱਧਰ ਪਹਿਲਾਂ ਗੇਰੇ ਨੇ ਇਹਨਾਂ ਦੇ ਆਂਡੇ ਲਵਾ ਕੇ ਇਹਨਾਂ ਨੂੰ ਫਿਰ ਤੋੜ ਦੇਣਾ ਜੀ ਆਹ ਨੇ ਜੀ ਦੇਖੋ ਜੀ ਜੋੜੀ ਆਪਣੀ ਬਹੁਤ ਹੀ ਖਾਸ ਜਿਹੜੇ ਇਹਨਾਂ ਦੇ ਕਬੂਤਰ ਜੀ ਮੇਨ ਉਹ ਦਿਖਾ ਰਹੇ ਇਹਨਾਂ ਦਾ ਮੈਂ ਤੁਹਾਨੂੰ ਬੱਚੇ ਦੱਸਾਂਗਾ ਜੀ ਹਾਂਜੀ ਬਹੁਤ ਮੇਨ ਇਹਦਾ ਬੱਚਾ ਲਿਆ ਖਾਸ ਕਬੂਤਰ ਹੈ ਜੀ ਇਹਨਾਂ ਦਾ ਇੱਕ ਲਿਆ ਰੱਤਾ ਜੀ ਬੜਾ ਕਿ ਛੋਟਾ ਹੈ ਰੱਤ ਜੁਨ ਲਿਆ ਇਹ ਛੋਟ ਜਿਹਾ ਬਾਜੀ ਹਾਂਜੀ ਇਹਨਾਂ ਨੂੰ ਛੋਟ ਓਕੇ ਚੋ ਹਾਂਜੀ ਇਹ ਵਾਲਾ ਇਹ ਕਬੂਤਰ ਵੀ ਜੀ ਮੈਂ ਤੁਹਾਨੂੰ ਦੱਸਿਆ ਜੀ ਇਹਦਾ ਪੱਠਾ ਪਰਲੇ ਪਾਸੇ ਹੈ ਜੀ ਜਿਹੜਾ ਆਪਾਂ ਛੱਡਾਂਗੇ ਇੱਥੇ ਬਾਜੀ 'ਚ ਜੀ ਅਤੇ ਇਹ ਕਬੂਤਰ ਵੀ ਪੰਜਾਬ ਤੋਂ ਆਇਆ ਹੋਇਆ ਜੀ ਕਬੂਤਰ ਇਹ ਵੀ ਅਸੀਂ ਮੁੱਲ ਲਿੱਤਾ ਸੀਗਾ ਝੁੰਡ 'ਚ ਅਤੇ ਬਹੁਤ ਜ਼ਿਆਦਾ ਵਧੀਆ ਕਬੂਤਰ ਹੈ ਇਹਦੀ ਵੀ ਉਹੀ ਕਮੀ ਹੈ ਜੀ ਬਹੁਤ ਜ਼ਿਆਦਾ ਉੱਚਾ ਉੱਡਦਾ ਜੀ ਫਿਰ ਸਾਨੂੰ ਅਸੀਂ ਥੋੜ੍ਹੇ ਜਿਹੇ ਬਹੁਤ ਜ਼ਿਆਦਾ ਉੱਚੇ ਉੱਡਣ ਵਾਲੇ ਕਬੂਤਰਾਂ ਨੂੰ ਸਾਨੂੰ ਇਹ ਹੁੰਦਾ ਖੂਨ ਚੱਕ ਰਹੇਗਾ ਜੀ ਅਤੇ ਤਾਂ ਕਰਕੇ ਇਹਦੇ ਨਾਲ ਕਬੂਤਰੀ ਪਾਈ ਹੈ ਜੀ ਇਹ ਜੈਂਟ ਵਾਲਿਆਂ 'ਚ ਕਬੂਤਰੀ ਹੈ ਜੀ ਜੀ ਬਹੁਤ ਜ਼ਿਆਦਾ ਵਧੀਆ ਬੱਚੇ ਉੱਡਦੇ ਇਹਨਾਂ ਦੇ ਜੀ ਹੁਣ ਆਂਡੇ ਰੱਖੇ ਹੋਏ ਨੇ ਇਹਨਾਂ ਨੇ ਹੁਣ ਇਹੀ ਰੱਖੇ ਨੇ ਆਂਡੇ 2-4 ਦਿਨ ਪਹਿਲਾਂ ਖੱਟੀਆਂ ਦੀ ਕਬੂਤਰੀ ਹੈ ਜੀ ਦੇਖੋ ਤਾਂ ਜੀ ਇੱਕ ਥੋੜ੍ਹੀ ਜਿਹੀ ਸਲਾਹ ਦਿੰਦੇ ਹਾਂ ਤੁਹਾਨੂੰ ਜੰਟੇ ਵਾਲੇ ਵੀ ਕਬੂਤਰ ਖੁੱਬ ਕੇ ਉੱਡਦੇ ਆ ਆਹ ਵੀ ਤੁਸੀਂ ਕਿਹਾ ਵੀ ਕਬੂਤਰ ਉੱਚਾ ਉੱਡਦਾ ਹਾਂਜੀ ਸਾਨੂੰ ਨਹੀਂ ਪਤਾ ਵੀ ਕਿਵੇਂ ਬੱਚੇ ਤੁਹਾਡਾ ਤਾਰ ਲੱਗਿਆ ਜਾਂ ਇਹਨਾਂ ਦੇ ਬਹੁਤ ਜ਼ਿਆਦਾ ਉੱਚੇ ਉੱਡਦੇ ਨੇ ਤਾਂ ਵੈਸੇ ਜੋੜਾ ਤੁਸੀਂ ਤੋੜ ਕੇ ਹਾਂਜੀ ਹਾਂਜੀ ਇਹਦੇ ਨਾਲ ਜਿਹੜਾ ਤੁਸੀਂ ਕੋਈ ਪੁੰਨੂ ਵਾਲਾ ਜਾਂ ਹੋਰ ਕਬੂਤਰ ਮਿਸ ਪਾਓ ਠੀਕ ਹੈ ਜਾਂ ਧੰਨੇ ਵਾਲੇ ਠੀਕ ਹੈ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਜਿਹੜਾ ਗਰਾਸ ਬੈਠੂਗਾ ਇਹ ਜੋੜਾ ਤੁਸੀਂ ਤੋੜ ਦਿਓ ਇਹ ਜੋੜਾ ਹੁਣ ਤੋੜ ਦੇਣਾ ਐਤਕੀ ਆਂਡੇ ਆਪਾਂ ਇਹਨਾਂ ਦੇ ਰਖਾ ਤੇ ਪਰ ਇਹਨਾਂ ਬਦਲੇ ਦਾ ਰਹਦਾ ਜੀ ਇਹ ਲਾਲ ਰੱਤੇ ਜਿਹੜਾ ਮੈਂ ਜੋੜਾ ਪਹਿਲਾਂ ਦੱਸਿਆ ਜੀ ਆਪਾਂ ਪਹਿਲਾਂ ਇਹਨਾਂ ਨੇ ਜੋੜਾ ਦਿਖਾਇਆ ਸੀ ਦਿਖਾਇਆ ਜੀ ਬੱਚੇ ਜੀ ਹਾਂ ਜੀ ਉਹਦਾ ਬੱਚੇ ਜੀ 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 ਇੱਕ ਚਿੱਟਾ ਕੱਢਦੇ ਨੇ ਇੱਕ ਲਾਲ ਰੱਤਾ ਜੀ ਬਹੁਤ ਜ਼ਿਆਦਾ ਉੱਡਦੇ ਨੇ ਜੀ ਇਹ ਤਾਂ ਟਟੀਰੀਆਂ ਜੀ ਨਜ਼ਰ ਆ ਰਹੀਆਂ ਨੇ ਪਰ ਜਦੋਂ ਇਹਨਾਂ ਦੀ ਡਾਈ ਹੁੰਦੀ ਜੀ ਉਦੋਂ ਪਤਾ ਲੱਗਦਾ ਜੀ ਬਹਿੰਦੇ ਨਹੀਂ ਜੀ ਦੂਸਰੀ ਫੜਕ ਦੇ 3 ਵਜਾ ਦਿੰਦੇ 3-4 ਵਜੇ ਦੂਸਰੀ ਫੜਕ ਦਾ ਇਹਨਾਂ ਦਾ ਟਾਈਮ ਹੈ ਜਿੱਥੋਂ ਦੀ ਇੱਕ ਵਾਰੀ ਉੱਡ ਗਏ ਜੀ ਉਹ ਇੱਕ ਖਾਸ ਕਬੂਤਰ ਤੁਹਾਡਾ ਲਾਲ ਗਲਾ ਸ਼ਾਹ ਜੀ ਹਾਂਜੀ 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 ਦੇਖੋ ਤੁਸੀਂ ਲਾਲ ਗਲਾ ਸ਼ਾਹ ਅੱਖਾ ਕਬੂਤਰ ਇਹਦੇ ਬਾਰੇ ਚਾਨਣਾ ਪਾਓ ਜੀ ਥੋੜਾ ਜਿਹਾ ਕਬੂਤਰ ਹੈ ਜੀ ਇਹਦੇ ਨਾਲ ਦਾ ਇੱਕ ਕਬੂਤਰ ਮੈਂ ਵੀਡੀਓ 'ਚ ਦੇਖਿਆ ਸੀ ਸੁੱਖਾ ਚੰਡੀਗੜ੍ਹ ਜੀ ਹਨਾ ਜੀ ਤੇ ਬੱਚੇ ਕੱਢਦਾ ਜੀ ਇਹ ਚਿੱਟੀਆਂ ਦੇ ਇਹਦਾ ਪੱਠਾ ਚੁੱਕ ਲਿਆ ਲਾਲਚੀਨਾ
ਇਸੀ ਜੈਸੇ ਤੇ ਪਹਿਲੀ ਵਾਰੀ ਤੁਹਾਨੂੰ ਕਿਸੇ ਨੇ ਦੱਸਿਆ ਸੀ ਐਵੇਂ ਕਹਿੰਦੇ ਵੀ ਜੇ ਇਹਨੇ ਲਾਲ ਚੀਨਾ ਕਾਲੀਆਂ ਅੱਖਾਂ ਦਾ ਬੱਚਾ ਕੱਢਿਆ ਉਹ ਬੱਚਾ ਕਹਿੰਦੇ ਵੀ ਤੁਸੀਂ ਡਾ ਕੇ ਦੇਖਿਓ ਇਹਦੀ ਕਬੂਤਰੀ ਛੱਡੀ ਸੀਗੀ ਜੀ ਰਾਮ ਥਰੀਕੇ ਦੇ ਪਿੰਡ ਇਹਦੀ ਪੱਠੀ ਜਿਹੜੀ ਸੀਗੀ ਚਿੱਟੀਆਂ ਅੱਖਾਂ ਦੀ ਲਾਲ ਚੀਨੀ ਉਹ ਪਿਛਲੇ ਪਿੰਡ 'ਤੇ ਖੜ ਗਈ ਸੀਗੀ ਜੀ ਸਵਾ 7 ਵਜੇ ਕਬੂਤਰੀ ਬੈਠੀ ਸੀਗੀ ਉੱਥੇ ਸਵਾ 6 ਵਜੇ 5 ਕਬੂਤਰਾਂ 'ਚ ਵੰਡੀ ਗਈ ਸੀ ਬਾਜੀ ਆਪਣੀ 7:15 ਵਜੇ ਕਬੂਤਰੀ ਬੈਠੀ ਜੀ ਉੱਧਰ ਇਹਦੀ ਕਬੂਤਰੀ ਵੀ ਪੜੋ ਨਾਲ ਜਿਹੜੀ ਇੱਕ ਗੂੜਾ ਲਾਲ ਚੀਨਾ ਨਹੀਂ ਪਹਿਲਾਂ ਦੀ ਕਬੂਤਰੀ ਹਾਂਜੀ ਹਾਂਜੀ ਇਹਦੇ ਨਾਲ ਕਬੂਤਰੀ ਪਾਈ ਹੈ ਜੀ ਬਲਬੀਰ ਬੋਸਲ ਦੇ ਘਰੋਂ ਦੀ ਕਬੂਤਰੀਆਂ ਦੇ ਨਾਲ ਮੈਂ 12-13 ਪਾ ਲਈਆਂ ਜੀ ਤੁਸੀਂ ਆਹ ਫੜ ਲਓ ਹਾਂਜੀ 12-13 ਕਬੂਤਰੀਆਂ ਨਾਲ ਇਹਦਾ ਕਰਵਾਏ ਬੱਚੇ ਬੁੱਚੇ ਕਢਾਏ ਜੀ ਜੀ ਕਿਸੇ ਵੀ ਕਬੂਤਰੀ ਨਾਲ ਇਹਨੇ ਥੋੜ੍ਹੀ ਜਿਹੀ ਅੱਖ ਦਿਖਾਓ ਜੀ ਕਬੂਤਰੀ ਦੀ ਪਹਿਲਾਂ ਕਿਸੇ ਵੀ ਕਬੂਤਰੀ ਨਾਲ ਜੀ ਇਹਨੇ ਕਾਲੀ ਅੱਖਾਂ ਦਾ ਪੱਠਾ ਨਹੀਂ ਕੱਢਿਆ ਜੀ ਜੀ ਇਹ ਕਬੂਤਰੀ ਨਾਲ ਅਸੀਂ ਇੱਕ ਝੋਲ ਆਂਡੇ ਰਖਾ ਕੇ ਜੀ ਅਤੇ ਬੱਚੇ ਕਢਾ ਲਏ ਜੀ ਉਹਨੇ ਬੱਚੇ ਮਾਰੇ ਜੀ ਮੈਂ ਤੁਹਾਨੂੰ ਇਹਨਾਂ ਦਾ ਬੱਚਾ ਦੱਸਣਾ ਜੀ ਇਹ ਕਬੂਤਰ ਦਾ ਜੀ ਜੀ ਅਤੇ ਇਹ ਕਬੂਤਰੀ ਨਾਲ ਮੇਜ ਬਗੈ ਬਲਬੀਰ ਬੋਸਲ ਦੇ ਘਰ ਦੀ ਕਬੂਤਰੀ ਹੈ ਜੀ ਠੀਕ ਅਤੇ ਇਹਨਾਂ ਦਾ ਪਾਓ ਬਹੁਤ ਜ਼ਿਆਦਾ ਸੱਚਾ ਹਾਂਜੀ ਇਹਦਾ ਪੱਠਾ ਹੈ ਜੀ ਇਸ ਕਬੂਤਰ ਦਾ ਪੱਠਾ ਹਾਂਜੀ ਠੀਕ ਹੈ ਜੀ ਇਹ ਸੇਮ ਹੀ ਮਾਰਤੇ ਜੀ ਦੇਖੋ ਜੀ ਜੇ ਤੁਸੀਂ ਦੇਖੋ ਜੀ 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 ਇਹਨੇ ਵੀ ਇਹੀ ਤਰ੍ਹਾਂ ਦਾ ਹੋ ਜਾਣਾ ਜੀ ਜੋੜੀ ਵਿਖਾਈਏ ਜੀ ਤੁਹਾਨੂੰ ਪਿਓ ਪੁੱਤ ਦੀ ਹਾਂਜੀ ਪਿਓ ਪੁੱਤ ਦੀ ਜੋੜੀ ਹੈ ਜੀ ਇੱਕ ਗੂੜਾ ਲਾਲ ਵੀ ਤਾਂ ਇਸ ਕਾਲੀਆਂ ਅੱਖਾਂ ਠੀਕ ਹੈ ਜੀ ਆਹ ਇਹਨੇ ਕੱਢਿਆ ਜੀ ਪਹਿਲਾ ਬੱਚਾ ਇਹਨੇ ਸਾਡੇ ਕੋਲ ਕਾਲੀਆਂ ਦਾ ਕੱਢਿਆ ਜੀ ਤੇ ਜਿੰਨਾ ਝੂਠ ਬੋਲੀ ਓਨਾ ਹੀ ਵਧੀਆ ਵੀ ਕਹਿਣ ਦਾ ਮਤਲਬ ਵੀ ਇਹ ਘਰੇ 7 ਵਜੇ ਤੱਕ ਉੱਡਿਆ ਜੀ ਘਰੇ ਕਬੂਤਰੀ ਨਾਲ ਜੀ ਹਾਂਜੀ ਐਸੇ ਕਬੂਤਰੀ ਪਿੰਡ ਦੀ ਬਾਜੀ ਸੀਗੀ ਖੁੱਲੀ 30 ਕਬੂਤਰ ਸੀਗੇ ਇਹਨੂੰ ਘਰੇ ਹੀ ਛੱਡਤਾ ਸੀ ਐਵੇਂ 25 ਕਿੱਲੇ ਪਾਣੀ ਦੇ ਕੇ ਜੀ ਜੀ ਕਬੂਤਰ 7:15 ਕਬੂਤਰ ਬੈਠਾ ਘਰੇ ਆਪਦੇ ਛੱਤਰੀ ਲਗਾ ਦਿੱਤੀ ਸੀ 6:30 ਵਜੇ 3-4 ਕਬੂਤਰਾਂ ਚੱਪ ਚ ਵੰਡ ਲਈ ਸੀਗੀ ਅਤੇ ਇਹ ਕਬੂਤਰ ਬਹੁਤ ਜ਼ਿਆਦਾ ਪਤਲਾ ਸਰੀਰ ਜੀ ਬਹੁਤ ਜ਼ਿਆਦਾ ਵਧੀਆ ਹੋ ਗਿਆ ਬਹੁਤ ਵਧੀਆ ਲਓ ਜੀ ਇੱਕ ਬੱਚਾ ਹੋਰ ਲਿਆਇਆ ਉਹ ਰੱਤਾ ਫੜ ਗਿਆ ਇਹ ਦੂਸਰਾ ਹਾਂਜੀ ਉਹ ਦੂਸਰਾ ਲਿਆ ਮਕੋਏ ਵਾਲਾ ਹਾਂ ਕਾਲੀ ਅੰਕ ਕਾਲੀ ਅੰਕ ਲਿਆ ਕਾਲੀ ਅੰਕ ਕੌਣ ਸੀ ਇੱਕ ਹੋਰ ਤਾਂ ਚੱਲ ਇਹ ਰੱਤਾ ਲੈ ਕੇ ਆਏ ਹੋ ਜੀ ਦੱਸੋ ਜੀ ਇਹ ਰੱਤਾ ਜੀ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਜੋੜਾ ਦਿਖਾਇਆ ਜੀ ਜੀ ਧੰਨੇ ਵਾਲੇ ਬਾਬਾ ਧੰਨੇ ਵਾਲੀ ਨਸਲ ਚੋਂ ਜੀ 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 ਅਤੇ ਇਹ ਉਹਨਾਂ ਦਾ ਹੈ ਜੀ ਕਬੂਤਰ ਪੀਲੀਆਂ ਹਾਂ ਪੀਲੀਆਂ ਖਾ ਲਏ ਜੀ ਲਾਲ ਰੱਤੇ ਕਬੂਤਰ ਨੇ ਭੱਜਦੇ ਨਹੀਂ ਹੈਗੇ ਜੀ ਜੀ ਇਹ ਕਬੂਤਰ ਜੀ 3 ਬਾਜੀਆਂ ਛੁੱਟਿਆ ਜੀ ਜੀ ਇੱਕ ਇੱਕ ਕਲੀ ਵੀ ਨਹੀਂ ਸੀ ਜਦੋਂ ਝਾੜੀ ਜੀ ਇਹ ਕਬੂਤਰ ਨੇ ਜੀ ਇਹ ਕਬੂਤਰ ਮੇਰੇ ਘਰ ਦਾ ਹੀ ਪੱਠਾ ਜੀ ਇਹਦਾ ਇਹਨਾਂ ਦਾ ਹੀ ਪੱਠਾ ਹੈ ਜੀ ਜੋੜੇ ਦਾ ਪਹਿਲੀ ਬਾਜੀ ਛੁੱਟਿਆ ਸੀਗਾ ਜੀ ਚੀਂ ਚੀਂ ਕਰਦਾ ਬੱਚਾ ਸੀਗਾ ਇਹਦੀ ਮੈਂ ਤੁਹਾਨੂੰ ਥੋੜ੍ਹੀ ਹਿਸਟਰੀ ਦੱਸ ਦੇਣਾ ਜੀ 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 ਅਤੇ ਇਹ 3 ਰਹਿ ਗਏ ਸੀਗੇ ਸਾਂਝੀ ਹੋ ਗਈ ਜੀ ਦੂਸਰੀ ਬਾਜੀ 6 ਦਿਨ ਬਾਅਦ ਛੱਡਤਾ ਜੀ 5:30 ਵਜੇ ਇਕੱਲਾ ਰਹਿ ਗਿਆ ਸੀਗਾ ਜੀ ਜੀ ਫਿਰ ਤੀਸਰੀ ਬਾਜੀ ਹਾਂਜੀ ਇਹ ਦੇਖੋ ਜੀ ਇਹਦੇ ਮੌਜ ਇਹ ਤੀਸਰੀ ਬਾਜੀ ਛੱਡਿਆ ਜੀ ਪਿੰਡ ਭੜੋਗ ਮੈਂ ਆਪ ਆ ਕੇ ਛੱਡਿਆ ਜੀ ਇਹਨੂੰ 5-7 ਦਿਨ ਬਾਅਦ ਇਹ 2 ਵਜੇ ਬਹਿਣਾ ਸ਼ੁਰੂ ਕਰਤਾ ਸੀਗਾ ਜੀ 8:30 ਵਜੇ ਆ ਕੇ ਰਾਤ ਦੇ ਜੀ ਬਹਿੰਦੇ ਬਹਿੰਦੇ ਉੱਦਣ 11 ਕਬੂਤਰ ਰਹਿ ਗਏ ਸੀਗੇ 2 ਮੇਰੇ ਸੀਗੇ ਬਾਕੀ ਹੋਰ ਪਾਰਟੀਆਂ ਦੇ ਆਪਣੀਆਂ ਦੇ ਸੀਗੇ ਜੀ ਇਹ ਕਬੂਤਰ ਰਾਤ ਨੂੰ ਹੱਥ ਹੀ ਨਹੀਂ ਲੱਗੇ ਜੀ ਰਾਤ ਨੂੰ ਹੱਥ ਲੱਗੇ ਹੀ ਨਹੀਂ ਸੀਗੇ ਅਤੇ ਉਹ 14 ਪਰਾਂ ਵਾਲੀ ਕਿੱਧਰ 14 ਪਰਾਂ ਵਾਲਾ ਕੌਣ ਸੀ ਕਬੂਤਰੀ ਆਪਣੀ ਬੜੀ ਇਹ ਛੋੜ ਦੋ ਬੱਚਾ ਕੱਢਿਆ ਜੀ ਰੱਤਾ ਬੱਚਾ ਇਹ ਵੀ ਹਾਂਜੀ ਬਣੂਗਾ ਔਰ ਇੱਕ ਰੱਤਾ ਇੱਕ ਵਿਚਲੇ ਵਾਲੀ ਉਂਗਲ ਤੇ ਇਹਨਾਂ ਦੇ ਦੇਖੋ ਜੀ ਪਰ ਨੇ ਜੀ ਹਾਂਜੀ ਹਾਂਜੀ ਇਹ ਵੀ ਉਵੇਂ ਮੌਜ ਭਰਾ ਹਾਂ ਮੌਜ ਭਰਾ ਜੀ ਮੌਜ ਭਰਾ ਕੱਢਿਆ ਉਹ ਮੈਂ ਗਰੰਟੀ ਦੇਣਾ ਜੀ ਜੇ ਬਚਿਆ ਰਿਹਾ ਜੀ ਜੀ ਬਹੁਤ ਅੱਛਾ ਰਿਜ਼ਲਟ ਦੱਸੂਗਾ ਜੀ ਬਹੁਤ ਵਧੀਆ ਰਿਜ਼ਲਟ ਕੱਢੂਗਾ ਜੀ ਪੱਠਾ ਭੱਜਦੇ ਨਹੀਂ ਹੈਗੇ ਜੀ ਲਓ ਜੀ ਇਹ ਸਾਨੂੰ ਖਾਸ ਕਬੂਤਰ ਬਾਈ ਜੀ ਦੇ ਬਿਲਕੁਲ ਜਮਾਂ ਚੋਰੀ ਛਿਪੇ ਰੱਖੇ ਹੋਏ ਆ ਅੱਜ ਇਸ ਖੁੱਡੇ 'ਚ ਲੈ ਕੇ ਆਉਂਦੇ ਆ ਰਾਤ ਨੂੰ ਇਹਨਾਂ ਨੂੰ ਅੰਡਰਲੋਕ ਕਰ ਦੇਣਾ ਫਿਰ ਬਿਲਕੁਲ ਇਹਨਾਂ ਨੂੰ ਇਹ ਕੁਝ ਖਾਸ ਕਬੂਤਰ ਹਾਂਜੀ ਹਾਂਜੀ ਆਓ ਜੀ ਅੱਗੇ ਵੇਖ ਤੇ ਇਹਨਾਂ ਨੇ ਬੱਚੇ ਹੈ ਜੀ
Thank you.